ਅੱਜ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਦੇ ਜਨਮ ਦਿਹਾੜੇ ਦੀ ਦੇਸ਼ ਪ੍ਰਦੇਸ਼ ਵਿੱਚ ਜਿਤਨੀ ਸੰਗਤ ਬੈਠੀ ਹੈ ਹਾਲ ਵਿੱਚ ਵੀ, ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਭਾਈ ਸਾਹਿਬ ਜੀ ਨੇ ਕੀਰਤਨ ਦੀ ਸਮਾਪਤੀ 'ਤੇ ਪੰਚਮ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਗਾਇਨ ਕੀਤਾ ਅਤੇ ਅੱਜ ਦੇ ਦਿਨ ਇਹ ਸ਼ਬਦ ਗੁਰਬਾਣੀ ਵਿੱਚੋਂ ਢੁੱਕਦਾ ਵੀ ਪਿਆ ਹੈ। ਗੋਜਰੀ ਰਾਗ ਦਾ ਸ਼ਬਦ ਹੈ। ਪੰਚਮ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ ਸ਼ਬਦ। ਮੇਰਾ ਖਿਆਲ ਸਿੱਖਾਂ ਦਾ ਕੋਈ ਘਰ ਐਸਾ ਨਹੀਂ ਹੋਵੇਗਾ ਜਿੱਥੇ ਬੱਚੇ ਦਾ ਜਨਮ ਦਿਨ ਹੋਵੇ ਜਾਂ ਬੱਚੇ ਦਾ ਜਨਮ ਹੋਇਆ ਹੋਵੇ ਅਤੇ ਇਸ ਅੰਮ੍ਰਿਤ ਸ਼ਬਦ ਨੂੰ ਰਾਗੀ ਸਿੰਘ ਗਾਇਨ ਨਾ ਕਰਦੇ ਹੋਣ। ਆਓ ਆਧਾਰ ਇਸ ਸ਼ਬਦ ਨੂੰ ਬਣਾ ਕੇ, ਕਿਉਂਕਿ ਜਦੋਂ ਇਹ ਕੱਲ੍ਹ ਵੀ ਮੈਂ ਅਰਜ਼ ਕੀਤੀ, ਪ੍ਰੋਗਰਾਮ ਸਾਰੇ ਉਲੀਕੇ ਗਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਰਕੇ ਅੱਗੇ ਪਿੱਛੇ ਹੋਇਆ ਹੈ। ਅਗਲੇ ਸਾਲ ਇਸੇ ਤਰ੍ਹਾਂ ਹੀ ਸੰਕ੍ਰਾਂਤ ਤੋਂ ਸ਼ੁਰੂ ਕਰਕੇ ਜਿਸ ਤਰ੍ਹਾਂ ਸਮਾਗਮ ਚੱਲਦੇ ਨੇ ਉਸ ਤਰ੍ਹਾਂ, ਫਿਰ ਇੱਥੋਂ ਦੀ ਇਲਾਕੇ ਦੀ ਸੰਗਤ ਵੱਲੋਂ ਜੋ ਬਹੁਤ ਭਾਵਨਾ ਸਹਿਤ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਨੇ, ਉਹਨਾਂ ਵੱਲੋਂ ਸੀ ਵੀ ਇੱਕ ਦਿਨ ਦੋ ਸਮਾਗਮ ਕਿਵੇਂ ਹੋਣਗੇ, ਪਰ ਆਪ ਸੰਗਤ ਨੇ ਅਸੀਸ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨੇ ਔਰ ਇੱਥੋਂ ਦੇ ਸੁਹਿਰਦ ਮੈਨੇਜਰ ਸਾਹਿਬ ਜੋ ਕਲਮ ਰਾਹੀਂ ਵੀ ਬਹੁਤ ਸੋਹਣਾ ਲਿਖਦੇ ਆ, ਉਹਨਾਂ ਨੇ ਸਮਾਗਮ ਇਸ ਅਸਥਾਨ 'ਤੇ 14 ਤਰੀਕ ਦਾ ਕਰਨ ਲਈ ਸਾਨੂੰ ਸਭ ਨੂੰ ਕਿਹਾ। ਆਪ ਨੇ ਹਾਜ਼ਰੀ ਭਰੀ, ਆਓ ਜੀ ਆਪਾਂ ਉਹਨਾਂ ਦੇ ਅੱਜ ਜਨਮ ਦਿਹਾੜੇ ਨਾਲ ਸੰਬੰਧਿਤ ਕੁਝ ਵਿਚਾਰਾਂ ਕਰਾਂਗੇ ਗੁਰਬਾਣੀ ਦੇ ਆਧਾਰ 'ਤੇ, ਕਿਉਂਕਿ ਉਹਨਾਂ ਦਾ ਸਮਾਂ ਬੜਾ ਥੋੜ੍ਹਾ ਹੈ। ਮੇਰੀ ਗੱਲ ਧਿਆਨ 'ਚ ਰੱਖਿਓ, ਇਸ ਮ੍ਰਿਤ ਮੰਡਲ 'ਤੇ ਭਾਈ ਸਾਹਿਬ ਕਥਾ ਕਰ ਰਹੇ ਸਨ, ਠੀਕਰਾ ਸ਼ਬਦ, ਉਸ ਵਜੂਦ ਲਈ ਸਮਾਂ 7 ਸਾਲ ਅਤੇ 9 ਸਾਲ ਦਾ ਹੈ। ਉਸ 7 ਸਾਲ ਅਤੇ 9 ਸਾਲ ਦੇ ਜੀਵਨ ਵਿੱਚੋਂ ਜਿਹੜੀ ਜ਼ਿੰਦਗੀ ਨਿਕਲੀ, ਉਹ ਅੱਜ ਵੀ ਸਿੱਖ ਨੌਜਵਾਨਾਂ ਦੇ ਅੰਦਰ ਧੜਕਦੀ ਪਈ ਹੈ। ਉਹ ਨੀਹਾਂ 'ਚ ਦਫ਼ਨ ਨਹੀਂ ਹੋਈ, ਉਹ ਸਰਬ ਵਿਆਪਕ ਹੋ ਗਈ ਹੈ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ ਜੋ ਅਸੀਂ ਭਾਈ ਸਾਹਿਬ ਜੀ ਤੋਂ ਅਸਥਾਈ ਰੂਪ ਵਿੱਚ ਸਰਵਣ ਕੀਤੀਆਂ। ਪੂਤਾ ਮਾਤਾ ਕੀ ਆਸੀਸ, ਲਫਜ਼ੀ ਅਰਥ ਬੜੇ ਸੌਖੇ ਨੇ। ਪੂਤਾ ਦਾ ਅਰਥ ਹੈ ਪੁੱਤਰ, ਤੈਨੂੰ ਮਾਂ ਦੀ ਅਸੀਸ ਹੈ ਜਿਹਨੂੰ ਆਸ਼ੀਰਵਾਦ ਆਪਾਂ ਕਹਿੰਦੇ, ਮਾਂ ਦੀ ਤੈਨੂੰ ਅਸੀਸ ਹੈ ਅਤੇ ਉਸ ਅਸੀਸ ਵਿੱਚ ਮਾਂ ਇਹ ਕਹਿ ਰਹੀ ਹੈ ਮੇਰੇ ਬੱਚੇ ਕਿ ਸਭ ਤੋਂ ਛੋਟੇ ਸਮੇਂ ਦੀ ਇਕਾਈ ਜਾਂ ਕਹਿ ਲਓ ਸਮੇਂ ਦੀ ਸਭ ਤੋਂ ਛੋਟੀ ਇਕਾਈ ਹੈ ਇੱਕ ਵਾਰੀ ਅੱਖ ਚਮਕਣਾ, ਜਿਸ ਨੂੰ ਆਪਾਂ ਨਿਮਕ ਕਹਿੰਦੇ ਹਾਂ, ਕਿ ਬੇਟਾ ਤੈਨੂੰ ਮਾਂ ਦੀ ਅਸੀਸ ਹੈ ਕਿ ਇੱਕ ਅੱਖ ਚਮਕਣ ਜਿੰਨਾ ਸਮਾਂ ਵੀ ਜਿਹੜਾ ਇਸ ਜਗਤ ਦਾ ਈਸ਼ਕ ਪਾਰ ਬ੍ਰਹਮ ਵਾਹਿਗੁਰੂ ਹੈ ਤੈਨੂੰ ਭੁੱਲੇ ਨਾ। ਹੁਣ ਇਹ ਸ਼ਬਦ ਕਿਸ ਪਰਪੇਖ ਵਿੱਚ ਕਿਸ ਸੰਦਰਭ 'ਚ ਉਚਾਰਨ ਕੀਤਾ ਗਿਆ, ਇਹ ਦੁਬਧਾ ਲਈ ਨਹੀਂ,
ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਬਦਾਰਥ ਟੀਕਾ ਛਾਪਿਆ ਹੈ। ਆਪ ਨੂੰ ਪਤਾ ਹੋਣਾ 1900 ਤੇ ਮੈਂ ਭੁੱਲਾ ਨਾ 1949 ਤੋਂ ਲੈ ਕੇ ਅੱਜ ਤੱਕ ਸ਼ਬਦ ਆ ਰਿਹਾ ਹੈ। ਉਸ ਟੀਕੇ ਦੇ ਵਿੱਚ ਇਸ ਸ਼ਬਦ ਦੀ ਭੂਮਿਕਾ ਇਹ ਦਿੱਤੀ ਗਈ ਹੈ ਕਿ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਜਾਂਦੇ ਆ, ਫਿਰ ਸੁਣਿਓ, ਲਾਹੌਰ ਜਾਂਦੇ ਨੇ ਤੇ ਉਸ ਵਕਤ ਮਾਤ ਜੀ ਆਪਣੇ ਬੇਟੇ ਨੇ ਜਦੋਂ ਹੁਕਮ ਮੰਨ ਲਿਆ, ਮੈਂ ਦੋਨੋਂ ਬੇਨਤੀਆਂ ਆਪਣਾ ਕਰ ਜਾਂਦਾ ਕਿ ਇਸ ਦੀ ਭੂਮਿਕਾ ਦੋ ਤਰੀਕਿਆਂ ਨਾਲ ਵਿਦਵਾਨ ਪੁਰਸ਼ ਦੱਸਦੇ ਆ ਕਿ ਮਾਤ ਭਾਨੀ ਜੀ ਨੇ ਆਪਣੇ ਪੁੱਤਰ ਦੀ ਪਿੱਠ ਉੱਤੇ ਥਾਪੜਾ ਦਿੱਤਾ ਤੇ ਨਾਲ ਇੱਕ ਸ਼ਬਦ ਕਿਹਾ, ਬੇਟਾ, ਕਿ ਪਿਤਾ ਦੇ ਵਿੱਚ ਮੋਹ ਨਾਮ ਦੀ ਕੋਈ ਚੀਜ਼ ਨਹੀਂ। ਗੁਰੂ ਰਾਮਦਾਸ ਜੀ ਉਹ ਮੁਹੱਬਤ ਪਿਆਰ ਕਰਦੇ ਆ, ਤੇ ਇਹ ਵੀ ਬੇਟਾ ਸੱਚ ਹੈ ਕਿ ਮੇਰੀ ਅਸੀਸ ਹੈ, ਆਸ਼ੀਰਵਾਦ ਹੈ ਕਿ ਤੁਸੀਂ ਚੱਲੇ ਹੋ ਤੇ ਤੁਹਾਨੂੰ ਅੱਖ ਚਮਕਣ ਜਿਤਨਾ ਸਮਾਂ ਵੀ ਕਰਤਾ ਪੁਰਖ ਵਾਹਿਗੁਰੂ ਪਰਮਾਤਮਾ ਦੀ ਯਾਦ ਨਾ ਵਿਸਰੇ। ਫਿਰ ਇਸ ਨਾਮ ਦੀ ਬਰਕਤ ਕੀ, ਉਹ ਸਾਰੇ ਸ਼ਬਦ ਦੱਸੀ। ਦੂਸਰਾ, ਇਸ ਦੀ ਭੂਮਿਕਾ ਇਹ ਹੈ ਕਿ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰਿਆਈ ਤੇ ਬਿਰਾਜਮਨ ਹੁੰਦੇ ਨੇ ਤੇ ਸਨਮਾਨਯੋਗ ਮਾਤਾ ਜੀ ਪ੍ਰੇਮ ਭਾਵਨਾ ਸਹਿਤ ਆਪਣੇ ਪੁੱਤਰ ਨੂੰ ਇਹ ਅਸੀਸ ਦਿੰਦੇ ਆ, ਮੈਂ ਕਿਉਂਕਿ ਦੋਨੋਂ ਪੱਖ ਰੱਖ ਦਿੱਤੇ। ਉਂਝ ਆਪ ਸੰਗਤ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸ਼ਬਦ ਐਸੇ ਨੇ ਜਿਹੜੇ ਉਸ ਵਕਤ ਦੀਆਂ ਵਾਪਰੀਆਂ ਹੋਈਆਂ ਘਟਨਾਵਾਂ ਨਾਲ ਸੰਬੰਧਿਤ ਨੇ, ਜਿਹੜੀਆਂ ਵਾਰਤਕ ਰੂਪ ਵਿੱਚ ਗੱਲਬਾਤ ਹੋਈ ਉਹਨਾਂ ਨੂੰ ਸਤਿਗੁਰਾਂ ਨੇ ਫਿਰ ਧੁਰ ਕੀ ਬਾਣੀ ਦੇ ਰੂਪ ਵਿੱਚ ਉਚਾਰਨ ਕਰ ਦਿੱਤਾ। ਫਿਰ ਅਰਜ਼ ਸੁਣਿਓ, ਕਿਉਂਕਿ ਸ਼ਬਦ ਦੇ ਅਰਥ ਕਰਨ ਲਈ ਇੱਕ ਸ਼ਬਦ ਅਸੀਂ ਭਗਤ ਕਬੀਰ ਜੀ ਦਾ ਪੜ੍ਹਨੇ ਹਾਂ। ਮੈਂ ਇਸ ਕਰਕੇ ਵੀ ਕਈਆਂ ਦੇ ਮਨ 'ਚ ਆਏਗਾ, ਪੂਤਾਂ ਮਾਤਾ ਕੀ ਅਸੀਸ, ਇਹ ਮਾਤਾ ਭਾਨੀ ਨੇ ਸ਼ਬਦ ਉਚਾਰਨ ਕਰ ਦਿੱਤਾ। ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ, ਇਹ ਵਾਰਤਕ ਲਫ਼ਜ਼ ਕਹੇ ਨੇ ਮਾਂ ਨੇ, ਅਤੇ ਉਹ ਲਫ਼ਜ਼ ਇੰਨੇ ਕੁ ਧੁਰ ਅੰਦਰ ਵਸ ਗਏ, ਸਤਿਗੁਰੂ ਨੇ ਉਸ ਅਸੀਸ ਨੂੰ ਧੁਰ ਕੀ ਬਾਣੀ ਦੇ ਰੂਪ 'ਚ ਉਚਾਰਨ ਕਰ ਦਿੱਤਾ ਅਤੇ ਉਹ ਅਸੀਸ ਸਦਾ ਵਾਸਤੇ ਸਿੱਖਾਂ ਦੇ ਅਤੇ ਰਹਿਮਤਾਂ ਕਰਦੀ ਪਈ ਹੈ। ਫਿਰ ਸੁਣਿਓ, ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦਾ, ਉਸ ਸ਼ਬਦ ਵਿੱਚ ਮਾਂ ਬੋਲਦੀ ਹੈ ਅਤੇ ਅੱਗੋਂ ਭਗਤ ਕਬੀਰ ਜੀ ਉੱਤਰ ਦਿੰਦੇ ਨੇ। ਇਹਦਾ ਮਤਲਬ ਲਫ਼ਜ਼ ਵਾਰਤਕ ਮਾਂ ਦੇ ਨੇ ਪਰ ਰੂਹਾਨੀ ਤੌਰ 'ਤੇ ਜਦੋਂ ਸ਼ਬਦ ਜੁੜਦਾ ਭਗਤ ਅਤੇ ਭਗਤ ਜੀ ਦੇ ਅੰਦਰੋਂ ਬਾਣੀ ਰੂਪ ਹੁੰਦੇ ਨੇ, ਉਹ ਸ਼ਬਦ ਕਹਿ ਮੁਸ ਮੁਸ ਰੋਵੈ ਕਬੀਰ ਕੀ ਮਾਈ, ਅਤੇ ਮਾਂ ਕਹਿ ਰਹੀ ਹੈ ਇਹ ਵਾਰਕ ਕੈਸੇ ਜੀਵੈ ਰਗੁਰਾਈ, ਇਹ ਮਾਂ ਕਹਿ ਰਹੀ ਹੈ ਨਾ। ਹੁਣ ਉਹ ਜਿਹੜੇ ਸ਼ਬਦ ਮਾਂ ਕਹਿ ਰਹੀ ਸੀ ਕਿ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਵਾਰਕ ਕੈਸੇ ਜੀਵੈ ਰਗੁਰਾਈ, ਉਹ ਸ਼ਬਦ ਨੂੰ ਭਗਤ ਕਬੀਰ ਜੀ ਨੇ ਰੂਹਾਨੀ ਰੂਪ ਵਿੱਚ ਪਿਆਰੇ ਉਹ ਸਦੀਵ ਕਾਲ ਅਮਰ ਕਰ ਦਿੱਤਾ ਆਪਣੀ ਰਸਨਾ ਤੋਂ ਉਚਾਰਨ ਕਰਕੇ। ਇੱਕ ਹੋਰ ਬਚਨ, ਬੜੇ ਸ਼ਬਦ ਐਸੇ ਮਿਲਣਗੇ ਬਾਣੀ 'ਚ, ਅਸੀਂ ਇੱਕ ਪਾਠ ਕਰਨੇ ਹਾਂ, ਸੁਣੋ ਜਠਾਨੀ ਸੁਣੋ ਦਰਾਨੀ, ਇਹ ਮਾਂ ਕਹਿ ਰਹੀ ਹੈ ਨਾ, ਅਤੇ ਲਫ਼ਜ਼ ਮਾਂ ਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਮੱਥਾ ਟੇਕ ਕੇ ਕਹਿੰਦੇ ਹਾਂ ਧੁਰ ਕੀ ਬਾਣੀ ਹੈ। ਸੁਣੋ ਜਠਾਨੀ ਸੁਣੋ ਦਰਾਨੀ, ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਅਨ ਖੋਏ, ਇਹ ਮੁੰਡਿਆ ਕਿਉਂ ਨਾ ਮੋਇਓ, ਹਮਾਰੇ ਕੁਲ ਕੌਣ ਹੈ ਰਾਮ ਕਹਿਓ, ਜਬ ਕਿ ਮਾਲਾ ਲਈ ਨਪੁੱਤੇ ਤਬ ਤੇ ਸੁੱਖ ਨਾ ਪਇਓ। ਜਵਾਨ ਭਗਤ ਕਬੀਰ ਜੀ ਦੀ ਹੈ, ਜਿਹੜੇ ਵਿਚਾਰ ਨੇ ਉਹ ਮਾਂ ਨੇ ਦਿੱਤੇ, ਉਹਨਾਂ ਨੇ ਧੁਰ ਕੀ ਬਾਣੀ ਦਾ ਰੂਪ ਦੇ ਦਿੱਤਾ। ਇੱਕ ਹੋਰ ਬੇਨਤੀ, ਮੈਂ ਸਿਰਫ ਟਿਊਕ ਮਾਤਰ ਕਹਿ ਰਿਹਾ ਜੀ, ਅਤੇ ਫਿਰ ਅਰਜ਼ ਹੈ ਕਿ ਮੰਨ ਲਓ ਅਸੀਂ ਸੰਥਿਆ ਕਰ ਲਈ, ਸਹਿਜ ਪਾਠ ਵੀ ਕਰਨੇ ਹਾਂ, ਪਰ ਗੁਰਮੁਖੋ ਮੈਂ ਕੱਲ੍ਹ ਵੀ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪਾਂ ਗੱਲਾਂ ਕਰਨੀਆਂ ਸ਼ੁਰੂ ਕਰੀਏ। ਫਿਰ ਅਰਜ਼ ਹੈ, ਪ੍ਰਿੰਸੀਪਲ ਸਤਬੀਰ ਸਿੰਘ ਇਹ ਬੜੀ ਪਿਆਰੀ ਗੱਲ ਕਹਿੰਦੇ ਸਨ, ਕਹਿੰਦੇ ਹੁੰਦੇ ਸਨ
ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪਾਠ ਕਰੋਗੇ, ਗੁਰੂ ਗ੍ਰੰਥ ਸਾਹਿਬ ਕੇਵਲ ਪਰਮਾਤਮਾ ਦੀਆਂ ਗੱਲਾਂ ਨਹੀਂ ਕਰਦੇ, ਪਾਠ ਕਰਨਾ ਸ਼ੁਰੂ ਕਰ ਦਿਓ ਤੇ ਗੁਰੂ ਗ੍ਰੰਥ ਸਾਹਿਬ ਪਰਮਾਤਮਾ ਨਾਲ ਗੱਲਾਂ ਕਰਾ ਦਿੰਦੇ ਆ, ਫਿਰ ਅਰਜਾ ਕੇਵਲ ਪਰਮਾਤਮਾ ਦੀਆਂ ਲਿਖੀ। ਜਿਵੇਂ ਇੱਕ ਹੋਰ ਮੈਂ ਉਦਾਹਰਣ ਦੇਣਾ, ਅਸੀਂ ਸ਼ਬਦ ਭਗਤ ਨਾਮ ਦੇ ਵਿੱਚ ਜਿਹਦਾ ਪੜ੍ਹਨੇ, ਸੁਲਤਾਨ ਪੁੱਛੇ ਸੁਣ ਬੇਨਾਮਾ, ਇਹ ਵਾਰਤਕ ਸ਼ਬਦ ਸੁਲਤਾਨ ਕਹਿ ਰਿਹਾ ਤੇ ਬਾਣੀ ਰੂਪ ਭਗਤ ਨਾਮ ਦੇਵ ਜੀ ਕਹਿ ਰਹੇ ਨੇ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੂ ਰਾਮ ਤੁਮਾਰੇ ਕਾਮਾ, ਮੈਂ ਤੇਰੇ ਰਾਮ ਨੂੰ ਪਰਮਾਤਮਾ ਨੂੰ ਦੇਖਣਾ ਚਾਹੁੰਦਾ। ਹੁਣ ਲਫ਼ਜ਼ ਸੁਲਤਾਨ ਦੇ ਨੇ ਪਰ ਭਗਤ ਜੀ ਨੇ ਉਹਨੂੰ ਬਾਣੀ ਦੇ ਰੂਪ ਵਿੱਚ ਉਚਾਰਨ ਕਰ ਦਿੱਤਾ। ਫਿਰ ਅਰਜਾ ਇਹਦੇ ਚ ਸ਼ਬਦ ਹੁੰਦਾ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ, ਮਾਂ ਦੇ ਸ਼ਬਦਾਂ ਨੂੰ। ਮੈਂ ਸਿਰਫ ਇਸ ਕਰਕੇ ਥੋੜੀਆਂ ਜਿਹੀਆਂ ਉਦਾਹਰਨਾਂ ਦਿੱਤੀਆਂ ਭਾਈ, ਇਸ ਸ਼ਬਦ ਨੂੰ ਪੜ੍ਹਦਿਆਂ ਇਸ ਦੀ ਭੂਮਿਕਾ ਨੂੰ ਸ਼ਰਧਾ ਨਾਲ ਆਪਾਂ ਮੰਨਣਾ ਹੈ, ਕਿਉਂਕਿ ਜਿਹੜੀ ਬਾਣੀ ਹੈ ਭਾਵੇਂ ਉਸ ਵਕਤ ਉਹਨਾਂ ਘਟਨਾਵਾਂ ਨਾਲ ਸੰਬੰਧਿਤ ਕਈ ਸ਼ਬਦ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਘਟਨਾ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਸਰਬਕਾਲੀ, ਸਰਬਦੇਸ਼ੀ ਅਤੇ ਰਹਿੰਦੀ ਦੁਨੀਆ ਤੱਕ ਆਪਣੀ ਰੁਖਾਨੀਅਤ ਤੱਥ ਨੂੰ ਕਾਇਮ ਰੱਖੇਗੀ। ਇੱਥੇ ਹੁਣ ਜਿਹੜਾ ਸ਼ਬਦ ਸੀ ਪੂਤਾ, ਮਾਤਾ ਕੀ ਅਸੀਸ, ਮਾਂ ਦੀ ਅਸੀਸ ਹੈ। ਮੈਂ ਕਈ ਵਾਰੀ ਇਹਦੀ ਕਥਾ ਕਰਦਿਆਂ ਕਹਿੰਦਾ, ਅਸੀਂ ਦੁਨੀਆਦਾਰ ਜਦੋਂ ਅਸੀਸ ਦਿੰਦੇ ਹਾਂ, ਸਾਡੀ ਅਸੀਸ ਵਿੱਚ ਅਤੇ ਗੁਰੂ ਮਾਂ ਦੀ ਅਸੀਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਫਿਰ ਅਰਜ ਕਹਿ, ਸ਼ਬਦ ਇੱਕ ਇੱਕ ਤੋਕਾ ਆਪਾਂ ਧਿਆਨ ਨਾਲ ਲਾਂਗੇ, ਇੱਕ ਕਮਾਲ ਦੇ ਬਚਨ ਕਹਿ ਮਹਾਰਾਜ ਜੀ ਨੇ ਇਹਦੇ 'ਚ, ਮੇਰੇ ਪੁੱਤਰ ਤੈਨੂੰ ਮਾਂ ਦੀ ਅਸੀਸ ਹੈ, ਪਰ ਜਦੋਂ ਦੁਨੀਆਦਾਰ ਬੰਦਾ ਕੋਈ ਅਸੀਸ ਦਿੰਦਾ, ਉਹਦੀ ਅਸੀਸ ਵਿੱਚ ਤਕਰੀਬਨ ਦੋ ਸ਼ਬਦ ਹੁੰਦੇ ਆ, ਅਤੇ ਉਹ ਸ਼ਬਦ ਇਹਦੇ ਵਿੱਚ ਵੀ ਨੇ, ਇਹ ਸ਼ਬਦ ਵਿੱਚ ਵੀ ਨੇ। ਪਹਿਲਾ ਸ਼ਬਦ ਹੁੰਦਾ, ਮੇਰੇ ਪੁੱਤਰ ਪਰਮਾਤਮਾ ਤੈਨੂੰ ਲੰਮੀ ਉਮਰ ਦੇ, ਇਹ ਸ਼ਬਦ ਹੁੰਦਾ ਹੈ ਨਾ, ਪਰਮੇਸ਼ਵਰ ਕਹਿ ਲਓ ਜਾਂ ਵਾਹਿਗੁਰੂ ਕਹਿ ਲਓ, ਮਾਂ ਤੈਨੂੰ ਅਸੀਸ ਦਿੰਦੀ ਹੈ, ਬਜ਼ੁਰਗ ਅਸੀਸ ਦਿੰਦਾ, ਪੁੱਤਰ ਤੇਰੀ ਉਮਰ ਬੜੀ ਲੰਮੀ ਹੋਵੇ। ਅਤੇ ਦੂਜਾ ਸ਼ਬਦ ਇਹ ਹੁੰਦਾ ਹੈ ਕਿ ਪੁੱਤਰ ਜਿੱਥੇ ਪਰਮਾਤਮਾ ਤੈਨੂੰ ਲੰਮੀ ਉਮਰ ਦੇ, ਤੈਨੂੰ ਦੁਨੀਆਂ ਦੇ ਸੁੱਖ ਦੇ, ਇਹ ਸਾਡੇ ਅਸੀਸ ਦੇ ਦੋ ਸ਼ਬਦ ਨੇ ਨਾ, ਤੈਨੂੰ ਤਰੱਕੀ ਬਖਸ਼ੇ, ਤੈਨੂੰ ਸੁੱਖ ਦੇਵੇ, ਤੇਰੇ ਘਰ 'ਚ ਦੁੱਧ ਪੁੱਤ ਧਨ ਦੀ ਕੋਈ ਕਮੀ ਨਾ ਰਹੇ। ਪਿਆਰਿਓ ਚੇਤੇ ਰੱਖਿਓ, ਸਾਡੀ ਅਸੀਸ ਕੇਵਲ ਅਤੇ ਕੇਵਲ ਸੰਸਾਰਕ ਅਤੇ ਪਦਾਰਥਕ ਹੈ, ਪਰ ਜਦੋਂ ਸਤਿਗੁਰੂ ਅਸੀਸ ਦਿੰਦੇ ਆ ਨਾ, ਉਹ ਇਸ ਤੋਂ ਵੱਖਰੀ ਗੱਲ ਕਰਦੇ ਪਏ। ਥੋੜ੍ਹਾ ਦੇਖਿਓ, ਜੇ ਇਹ ਅਸੀਸ ਹੈ ਕਿ ਲੰਮੀ ਉਮਰ ਹੋਵੇ, ਧਨ ਪਦਾਰਥ ਤੇਰੇ ਕੋਲ ਹੋਣ, ਪਰ ਮੇਰੀ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਹਜ਼ੂਰ ਦੀ ਜਪਜੀ ਸਾਹਿਬ 'ਚ ਇੱਕ ਪੌੜੀ ਦਾ ਪਾਠ ਕਰਨੇ, ਉਸ ਵਿੱਚ ਜਿੰਨੀ ਲੰਮੀ ਉਮਰ ਗੁਰੂ ਨਾਨਕ ਸਾਹਿਬ ਜੀ ਨੇ ਕਹੀ, ਅੱਜ ਤੱਕ ਮੇਰਾ ਖਿਆਲ ਸੰਸਾਰੀ ਤੌਰ 'ਤੇ ਕੋਈ ਭੋਗ ਕੇ ਨਹੀਂ ਗਿਆ, ਪਰ ਉੱਥੇ ਸਤਿਗੁਰਾਂ ਨੇ ਇੱਕ ਲਫ਼ਜ਼ ਪਾ ਦਿੱਤਾ, ਜੇ ਤੈਨੂੰ ਪਰਮਾਤਮਾ ਇੰਨੀ ਉਮਰ ਦੇ ਕਿ ਚਾਰ ਯੁੱਗਾਂ ਜਿੰਨੀ ਤੇਰੀ ਉਮਰ ਹੋ ਜਾਏ, ਇਹਨਾਂ ਚਾਰਾਂ ਨੂੰ 10 ਨਾਲ ਗੁਣਾ ਕਰ ਲੈ, ਤੂੰ 40 ਯੁੱਗ ਜੀ ਕੇ ਜਾਏ। ਦੇਖੋ ਮੈਂ ਖੰਡਾ ਨਹੀਂ ਬਣਾਗਾ, ਨਾ ਆਪਾਂ ਨੈਗੇਟਿਵ ਅਰਥ ਕਰ ਰਹੇ, ਮੇਰੀ ਸਿਰਫ ਇੱਕ ਕਥਾ ਹੈ, ਬੇਨਤੀ ਹੈ, ਇਹ ਅਸੀਸ ਮਾਂ ਦੀ ਹੈ, ਅਤੇ ਚੇਤੇ ਰੱਖਿਓ ਉਸ ਮਾਂ ਦੀ ਹੈ ਜਿਹਨੂੰ ਨਿਮਕ ਜਿੰਨਾ ਰੱਬ ਕਦੀ ਭੁੱਲਿਆ ਨਹੀਂ, ਉਸ ਮਾਂ ਦੀ ਅਸੀਸ ਹੈ। ਜੇ ਅਸੀਂ ਸੰਸਾਰੀ ਤੌਰ 'ਤੇ ਦੇਖੀਏ, ਮਹਾਰਾਜ ਕਹਿੰਦੇ ਜੇ ਲੰਮੀ ਉਮਰ ਹੀ ਆਖਰੀ ਮੰਜ਼ਿਲ ਹੈ, ਮੈਂ ਇਸ ਗੱਲ 'ਤੇ ਹੁਣ ਸਾਹਿਬਜ਼ਾਦਿਆਂ ਦੀ ਜਿਨ੍ਹਾਂ ਦਾ ਜਨਮ ਮਨਾ ਰਹੇ ਹਾਂ, ਉਹਨਾਂ ਦੀ ਉਮਰ ਤਾਂ ਕੇਵਲ 7 ਸਾਲ ਦੀ ਸੀ ਜੀ, ਦੀਰਘਾਯੂ ਥੋੜ੍ਹਾ ਸੀ। ਫਿਰ ਅਰ ਸੁਣਿਓ, ਜ਼ਿੰਦਗੀ ਕੇਵਲ ਉਮਰ ਭੋਗਣ ਦਾ ਨਾਮ ਨਹੀਂ, ਜ਼ਿੰਦਗੀ ਉਹ ਚਿਣਗ ਹੈ ਜਿਹੜੀ ਇੱਕ ਵਾਰੀ ਲੱਗ ਜਾਏ ਅਤੇ ਸਦੀਆਂ ਤੱਕ ਉਹ ਚਿਣਗ ਕਦੀ ਬੁੱਝਦੀ ਨਹੀਂ ਹੁੰਦੀ। ਇਸ ਨੂੰ ਬਾਣੀ 'ਚੋਂ ਆਪਾਂ ਦੇਖਾਂਗੇ ਜੀ, ਉੱਥੇ ਸ਼ਬਦ ਵਰਤਿਆ ਕਿ ਮੰਨ ਲਓ ਤੇਰੀ ਉਮਰ 40 ਯੁੱਗ ਹੋ ਜਾਏ, ਅਤੇ ਇਸ ਤੋਂ ਬਾਅਦ ਤੇਰੇ ਕੋਲ ਪੈਸਾ ਇੰਨਾ ਹੋਵੇ
ਕਿ ਸਾਰੀ ਧਰਤੀ ਦਾ ਰਾਜ ਭਾਗ ਤੇਰੇ ਕੋਲ ਹੋਵੇ। ਮੈਂ ਅਰਥ ਪਹਿਲਾਂ ਕਰ ਦੇਣਾ, ਇਕੱਲਾ ਰਾਜ ਭਾਗ ਨਹੀਂ, ਪੂਰੇ ਇਸ ਪਲੈਨਟ 'ਤੇ ਸਾਰੇ ਸੰਸਾਰ 'ਚ ਕੋਈ ਬੰਦਾ ਤੇਰੀ ਆਪੋਜੀਸ਼ਨ ਨਾ ਕਰੇ, ਕੋਈ ਤੇਰਾ ਵਿਰੋਧੀ ਨਾ ਹੋਵੇ। ਤੂੰ ਇੰਨਾ ਚੰਗਾ ਨੇਕ ਬੰਦਾ ਹੋਵੇਂ, ਤੇਰੀ ਪਿੱਠ ਪਿੱਛੇ ਵੀ ਲੋਕ ਕਹਿਣ ਨਹੀਂ ਹੋਏ ਇਹਦੇ ਵਰਗਾ ਬੰਦਾ ਕੋਈ ਨਹੀਂ, ਹਰ ਬੰਦਾ ਤੇਰਾ ਯਸ ਕਰੇ। ਅਤੇ ਜਿਨ੍ਹਾਂ ਥਾਵਾਂ ਤੋਂ ਤੂੰ ਲੰਘਣਾ ਉੱਥੇ ਲੋਕਾਂ ਦੇ ਇਕੱਠ ਹੋਣ, ਸਾਰੀ ਸਾਰੀ ਦਿਨ ਰਾਤ ਖਲੋ ਕੇ ਇੰਤਜ਼ਾਰ ਕਰਨ ਵੀ ਇਸ ਬੰਦੇ ਨੇ ਲੰਘ ਕੇ ਜਾਣਾ। ਅਤੇ ਸਤਿਗੁਰੂ, ਜਿਸ ਬੰਦੇ ਦੀ ਉਮਰ ਇੰਨੀ, ਜਿਸ ਕੋਲ ਪੈਸਾ ਇੰਨਾ, ਜਿਹਦੀ ਵਾਕਿਵਿਅਤ ਅਤੇ ਜਿਹਦਾ ਇੰਨਾ ਸੰਸਾਰ ਵੀ ਸਤਿਕਾਰ, ਇਹਦਾ ਮਤਲਬ ਉਹ ਆਪਣੀ ਜ਼ਿੰਦਗੀ ਸਫਲ ਕਰ ਗਿਆ। ਕਿਉਂਕਿ ਸਾਡੀ ਇੱਕ ਸਮੱਸਿਆ ਹੈ, ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਮੈਨੂੰ ਬਖਸ਼ ਦਿਆ, ਤੁਸੀਂ ਵੀਰੇ ਵੀਰ ਬੈਠੇ ਹੋ, ਕਿਸੇ ਭੋਗ 'ਤੇ ਬਹੁਤ ਵੱਡਾ ਇਕੱਠ ਹੋਵੇ ਨਾ, ਮੰਨ ਲਓ 10,000 ਬੰਦਾ ਇਕੱਠ ਆ, ਅਤੇ ਅਸੀਂ ਖਲੋ ਕਹਿੰਦੇ ਹਾਂ ਇਹ ਇਕੱਠ ਦੱਸਦਾ ਪਿਆ ਕਿ ਇਸ ਬੰਦੇ ਨੂੰ ਰੱਬ ਦੇ ਘਰ 'ਚ ਥਾਂ ਜ਼ਰੂਰ ਮਿਲ ਗਈ ਹੋਵੇਗੀ। ਬਿਲ ਗੁਰਮੁਖੋ ਬਿਲਕੁਲ ਝੂਠ, ਜੇ ਜਿਨ੍ਹਾਂ ਸਾਹਿਬਜ਼ਾਦਿਆਂ ਦੀ ਯਾਦ ਮਨਾਉਂਦੇ ਪਏ ਉਹਨਾਂ ਦੇ ਤਾਂ ਸੰਸਕਾਰ ਵੇਲੇ ਵੀ ਇਕੱਠ ਨਹੀਂ ਸੀ ਹੋਇਆ। ਇਹ ਤਰੀਕਾ ਹੀ ਗਲਤ ਹੈ ਕਿ ਇਸ ਬੰਦੇ ਪਿੱਛੇ ਇੰਨੇ ਲੋਕ ਆ ਗਏ, ਇੰਨੀ ਵੱਡੀ ਸੀ। ਹਾਂ, ਦੁਨਿਆਵੀ ਤਾਣਾ ਬਾਣਾ ਹੋ ਸਕਦਾ ਮੈਨੂੰ ਬਖਸ਼ ਦਿਆ ਜੇ, ਪਰ ਗੁਰੂ ਸਾਹਿਬ ਕਹਿੰਦੇ ਨੇ ਸੱਚ ਇਹ ਵੇ ਉਮਰੀ ਵੀ ਹੋਵੇ, ਲੋਕ ਵੀ ਹੋਣ, ਪੈਸਾ ਵੀ ਹੋਵੇ, ਰਾਜ ਵੀ ਹੋਵੇ, ਜੇ ਤੇਰੇ ਹਿਰਦੇ ਵਿੱਚ ਸੱਤ ਨਾ ਵਾਹਿਗੁਰੂ ਨਹੀਂ ਨਾ, ਤਾਂ ਤੇਰੀ ਰੱਬ ਦੇ ਘਰ ਵਿੱਚ ਕੀਮਤ ਇੱਕ ਗੰਦਗੀ ਦੇ ਕੀੜੇ ਜਿੰਨੀ ਹੈ। ਮੇਰੀ ਬੇਨਤੀ, ਉਮਰ ਤਾਂ ਉਹ ਵੀ ਹੈ ਨਾ। ਮਹਾਰਾਜ ਜੀ ਨੇ ਕਿਹਾ ਜੇ ਯੁਗ ਚਾਰੇ ਆਰ ਜਾ, ਇੱਥੇ ਵੀ ਕਿਹਾ ਨਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅਤੇ ਆਹ ਬੰਦਾ 40 ਯੁਗ, ਜੇ ਯੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੇ, ਸਭ ਕੋਏ ਚੰਗਾ ਨੌਂ ਰਖਾਇਕ ਹੈ, ਯਸ ਜਸ ਕੀਰਤ ਜਗ ਲੇ, ਇੰਨਾ ਕੁਝ ਲੈ ਕੇ ਪਿਆਰਿਓ ਜੇ ਤਿਸ ਨਦਰ ਨਾ ਆਵਈ। ਇਹ ਜ਼ਿੰਦਗੀ ਥੋੜ੍ਹਾ ਹੈ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕਿ ਅੱਗੇ ਮਾਰ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਵਾਹ ਵਾਹ, ਕਹਿੰਦੇ ਨੇ ਇੱਥੇ ਤੇਰੀ ਜੈ ਜੈਕਾਰ, ਖੰਭਿਆਂ 'ਤੇ ਤੇਰੀ ਫੋਟੋ, ਚੌਂਕ 'ਚ ਤੇਰੀ ਫੋਟੋ, ਲੋਕਾਂ ਦੇ ਹਰ ਥਾਂ 'ਤੇ ਤੇਰੀ ਫੋਟੋ, ਪਰ ਜਦੋਂ ਰੱਬ ਦੇ ਘਰ 'ਚ ਗਿਆ ਉਹਨੇ ਕਹਿਣਾ ਮੈਂ ਤੇਰੇ ਨਾਲ ਧੱਕਾ ਨਹੀਂ ਕਰਦਾ। ਤੇਰੇ ਸਿਰ 'ਤੇ ਦੋਸ਼ ਥਰੋਪਣ ਕੀਤਾ ਜਾਂਦਾ ਹੈ, ਤੂੰ ਸਭ ਕੁਝ ਲੈ ਲਿਆ ਪਰ ਤੇਰੇ ਅੰਦਰ ਰੱਬ ਦਾ ਸਿਮਰਨ ਨਹੀਂ ਚੱਲਿਆ, ਤੂੰ ਵਾਹਿਗੁਰੂ ਨੂੰ ਭੁਲਾ ਦਿੱਤਾ, ਤੂੰ ਉਸ ਦੀ ਨਦਰ ਤੋਂ ਵਿਰਵਾ ਰਹਿ ਗਿਆ। ਮੈਂ ਫਿਰ ਬੇਨਤੀ ਕਰਾਂਗਾ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੇ, ਸਭ ਕੋਏ ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਇੱਕ ਹੋਰ ਬੇਨਤੀ ਮੈਂ ਫਿਰ ਅਰਜ਼ ਕਰਾਂਗਾ ਕਿ ਇੱਕ ਸਲੋਕ ਹੈ ਇਹ ਗੁਰੂ ਅਰਜਨ ਸਾਹਿਬ ਦਾ ਹੋਰ, ਕਿਉਂਕਿ ਅੱਜ ਮੈਂ ਗੱਲ ਬਾਣੀ 'ਚੋਂ ਕਰਨੀ ਹੈ, ਪਰ ਇਹ ਗੱਲ ਮੈਂ ਤੁਹਾਨੂੰ ਕਹਿ ਦਿਆਂ, ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਨਿਵਾਸੀ ਉਹ ਚੇਤੇ ਰੱਖਿਓ, ਭਾਵੇਂ ਜਨਮ ਦਿਨ ਦੀ ਗੱਲ ਕਰ ਲਓ, ਉਹਨੇ ਭਾਈ ਰੁਪਾਲ ਸਿੰਘ ਕਦਾ ਕਰ ਰਹੇ ਸਨ, ਜਿੰਨਾ ਮਰਜ਼ੀ ਕਰ ਲਓ, ਇਸ ਗੱਲ ਨੂੰ ਇਸ 'ਚ ਨਾ ਪਾਓ ਜੀ ਅੱਜ ਜਨਮ ਦਿਨ, ਅੱਜ ਸ਼ਹੀਦੀ ਦੀ ਗੱਲ ਕਿਵੇਂ ਹੋ ਜਾਏਗੀ। ਆ ਪਿਛਲੇ ਸਾਲਾਂ 'ਚ ਤੁਸੀਂ ਸ਼ਹੀਦੀ ਦਾ ਦਿਨ ਅਤੇ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਇੱਕੋ ਦਿਨ ਮਨਾਇਆ ਹੈ, ਮਨਾਇਆ ਹੈ ਨਾ। ਕੁਝ ਵਿਦਵਾਨ ਤਾਂ ਇਹ ਕਹਿੰਦੇ ਨੇ ਜਿਸ ਦਿਨ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਉਸ ਦਿਨ ਗੁਰੂ ਗੋਬਿੰਦ ਸਿੰਘ ਦਾ 39 ਗੁਰਪੁਰਬ ਸੀ। ਮੈਂ ਇਸ ਕਰਕੇ ਆਪਾਂ ਇਸ ਮਸਲੇ 'ਚ ਨਹੀਂ, ਪਰ ਆਪਾਂ ਕਰਾਂਗੇ ਜਨਮ ਦੀ ਕਥਾ, ਕਿਉਂਕਿ ਮੈਨੂੰ ਕਿਹਾ ਗਿਆ ਜੀ ਸ਼ਹੀਦੀਆਂ ਹੋ ਰਹੀਆਂ ਨੇ ਅਤੇ ਜਨਮ ਦੀ ਕਿਵੇਂ ਕਥਾ ਹੋ ਜੂਗੀ। ਨਹੀਂ ਪਿਆਰਿਓ, ਇਹ ਜਨਮ ਕਥਾ ਜਿੰਨੀ ਮਰਜ਼ੀ ਕਰ ਲਓ, ਗੱਲ ਫਿਰ ਆ ਕੇ ਇਸ ਨੀਂਹ 'ਤੇ ਮੁੱਕਣੀ ਹੈ, ਇਕੱਲੇ ਇਸ ਨੀਂਹ 'ਤੇ ਕਥਾ ਮੁੱਕਣੀ ਹੈ। ਪਰ ਅੱਜ ਮੈਂ ਤੁਹਾਨੂੰ ਕੁਝ ਉਦਾਹਰਨਾਂ ਹੋਰ ਵੀ ਦੇਣੀਆਂ ਨੇ। ਇਹ ਨੀਂਹ ਤਾਂ ਲਾਹੌਰ ਤੱਕ ਗਈ ਜੀ, ਇਹ ਚਰਖੜੀਆਂ ਤੱਕ ਗਈ, ਇਹ ਉੱਤਰ ਦੀਆਂ ਖੋਪਰੀਆਂ ਤੱਕ ਗਈ। ਸਿੱਖਾਂ ਨੇ ਕਿੰਨੇ ਹਮਲੇ ਸਰਹੰਦ ਕੀਤੇ, ਅਤੇ ਭਾਈ ਰਤਨ ਸਿੰਘ ਭੰਗੂ ਕਹਿੰਦਾ, ਉਹ ਕਹਿੰਦੇ ਹੁੰਦੇ ਸਨ ਮਰਨਾ ਤੇ ਹੈ, ਜਿਹੜਾ ਸਵਾਦ ਸਰਹੰਦ ਮਰਨ ਦਾ ਆਉਣਾ ਉਹ ਕਿਸੇ ਹੋਰ ਥਾਂ ਮਰਨ 'ਤੇ ਨਹੀਂ ਆਉਣਾ।
ਇੱਥੇ ਦੇਖੋ ਬੇਨਤੀ ਹੈ, ਇੱਕ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ ਜਿਹਨੂੰ ਆਪਾਂ ਜ਼ਿੰਦਗੀ ਕਹਿੰਦੇ ਹਾਂ, ਕਿਉਂਕਿ ਮੈਂ ਤਾਂ ਅਜੇ ਇੱਕ ਪੱਖ ਰੱਖ ਦਿੱਤਾ। ਉਧਰੋਂ ਤਾਂ ਬੱਚੇ ਦਾ ਜਨਮ ਦਿਨ, ਪੂਤਾਂ ਮਾਤਾ ਕੀ ਅਸੀਸ, ਐਂ ਖੁਸ਼ ਨੇ ਸਾਰੇ ਜੀ। ਸਵੇਰੇ ਗੁਰੂ ਗ੍ਰੰਥ ਸਾਹਿਬ ਹੈ, ਬਦਕਿਸਮਤੀ ਉਹਨਾਂ ਲੋਕਾਂ ਦੀ ਜਿਸ ਸਵੇਰੇ ਸੰਗਤ ਦਾ ਇਕੱਠ ਕਰਕੇ ਕੀਰਤਨ ਹੁੰਦਾ ਹੈ, ਸ਼ਾਮ ਨੂੰ ਉੱਥੇ ਨੱਚਦੇ ਨੇ, ਉੱਥੇ ਸ਼ਰਾਬ ਪੀਂਦੇ ਨੇ, ਉਹ ਅਸੀਸ ਕੋਈ ਨਹੀਂ, ਉਹ ਬਦ ਅਸੀਸ ਲੈਂਦੇ ਪਏ। ਇਹ ਮੇਰੀ ਗੱਲ ਨੂੰ ਗੁੱਸਾ ਨਾ ਕਰਿਓ ਪਿਆਰਿਓ, ਸੱਚਾਈ ਹੈ। ਮੈਂ ਇੱਕ ਦਿਨ ਕਿਹਾ ਸੀ ਕਿ ਬੰਦਿਆਂ ਦਾ ਸੁਭਾਅ ਹੈ, ਉਹ ਦੋਨੋਂ ਪੱਖ ਰੱਖਣੇ ਚਾਹੁੰਦੇ ਆ। ਬਾਹਰ ਮੁਖੀ ਇਹ ਡੈਕੋਰੇਸ਼ਨ ਹੋਵੇਗੀ, ਇੱਥੇ ਬਾਬਾ ਜੀ ਬੈਠਣਗੇ ਅਤੇ ਰਾਗੀ ਸਿੰਘ ਬੈਠਣਗੇ, ਪੈਸਾ ਇੰਨਾ ਅਸੀਂ ਦੇ ਦਿਆਂਗੇ। ਯਾਦ ਰੱਖਿਓ, ਅਸੀਸ ਤਾਂ ਸੀ ਜੇ ਰਾਤ ਨੂੰ ਉਸ ਘਰ ਵਿੱਚ ਸ਼ਰਾਬ ਦੀ ਥਾਂ 'ਤੇ ਸੋ ਦਰ ਦਾ ਪਾਠ ਹੁੰਦਾ। ਫਿਰ ਅਰਜ਼ ਹੈ, ਗੁਰੂ ਸਾਹਿਬ ਨੇ ਇੱਕ ਬਚਨ ਹੋਰ ਕਿਹਾ ਜਿਹਨੂੰ ਆਪਾਂ ਜ਼ਿੰਦਗੀ ਕਹਿ ਰਹੇ ਹਾਂ। ਇੱਕ ਸਲੋਕ ਨੇ ਜੀ ਦੋ, ਬਸੰਤ ਸਵਰਗ ਲੋਕਾ ਹੈ ਜਿੱਤ 'ਤੇ ਪ੍ਰਿਥਵੀ ਨਾ ਵਖੰਡਣਾ। ਜੇ ਰੱਬ ਭੁੱਲ ਜਾਓ ਜ਼ਿੰਦਗੀ ਨਹੀਂ। ਬਸੰਤ ਸਵਰਗ ਲੋਕਾ ਹੈ ਜਿੱਤ 'ਤੇ ਪ੍ਰਿਥਵੀ ਨਾ ਵਖੰਡਣਾ, ਬਿਸਰੰਤ ਹਰ ਗੋਪਾਲ ਹੈ ਨਾਨਕ 'ਤੇ ਪ੍ਰਾਣੀ ਉਦਿਆਨ ਭਰਮਣਾ। ਮੈਂ ਕਿਉਂ ਇਹ ਪ੍ਰਮਾਣ ਲਿਆ, ਕੌਤਕ ਕੋੜ ਤਮਾਸ਼ਿਆਂ ਆਇਆ ਤਮਾਸ਼ਾ ਨਾ, ਅਤੇ ਭਾਈ ਸਾਹਿਬ ਪੜ੍ਹ ਕੇ ਗਏ ਗਏ ਤੁਕ ਦੇ ਅਰਥ ਕਰਨੇ, ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੈ ਚਿੰਤਾ। ਇੱਕ ਉਹ ਤਮਾਸ਼ੇ ਨੇ ਜਿਹਦੇ ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਪਸ ਨਾ ਹੋ, ਨਾਨਕ ਕੋੜੀ ਨਰਗ ਬਰਾਬਰੇ ਉੱਜੜ ਸੋਈ ਥਾਂ। ਮੈਂ ਆਪ ਨੂੰ ਸਿਰਫ ਪਹਿਲੀ ਬੇਨਤੀ ਇੰਨੀ ਕੀਤੀ ਹੈ, ਜੇ ਇਹ ਕਹੀਏ ਕਿ ਪੁੱਤਰ ਤੇਰੀ ਉਮਰ ਬੜੀ ਲੰਮੀ, ਪਰਮਾਤਮਾ ਤੈਨੂੰ ਦੌਲਤ ਦੇਵੇ, ਪਰਮਾਤਮਾ ਤੈਨੂੰ ਪਦਵੀ ਦੇਵੇ, ਮੇਰੀ ਖੱਤ ਜੋੜ ਕੇ ਬੇਨਤੀ ਹੈ, ਪਰਮੇਸ਼ਵਰ ਸਭ ਕੁਝ ਦੇਵੇ, ਸਭ ਤੋਂ ਪਹਿਲਾਂ ਵਾਹਿਗੁਰੂ ਉਹਨੂੰ ਸਿਮਰਨ ਦੀ ਦਾਤ ਦੇਵੇ ਜਿਸ ਕਰਕੇ ਦੇਹ ਧਾਰਨ ਕੀਤੀ ਹੈ। ਮਹਾਰਾਜ ਜੀ ਨੇ ਤੇ ਸ਼ਬਦ ਵਰਤਿਆ ਜਿਹੜੇ ਅਰਥ ਨੇ, ਪੂਤਾ ਮਾਤਾ ਕੀ ਅਸੀਸ, ਤੈਨੂੰ ਮਾਂ ਦੀ ਅਸੀਸ ਹੈ, ਅਤੇ ਕਿੱਡੀ ਉੱਚੀ ਅਵਸਥਾ ਕਹਿ ਦਿੱਤੀ ਜੀ, ਮੇਰੀ ਧਿਆਨ ਨਾਲ ਸੁਣੀ ਜਾਓ। ਨਿਮਖ ਨਾ ਵਿਸਰੋ ਤੁਮ ਕੋ ਹਰ ਹਰ, ਇੱਥੇ ਇਹ ਨਹੀਂ ਕਿਹਾ ਸਵੇਰੇ ਵੀ ਨਿਤਨਿਮ ਕਰ ਲਈ ਅਤੇ ਸ਼ਾਮੀ ਵੀ ਕਰ ਲਈ। ਮੈਂ ਕਹਿੰਦਾ ਕਿੱਡੀ ਉੱਚੀ ਅਸੀਸ ਦੇ ਦਿੱਤੀ ਜੀ। ਫਿਰ ਅਰਜ਼ ਕਹਿ, ਸਵੇਰੇ ਨਿਤਨਿਮ ਕੀਤਾ ਸਮਾਂ ਲੱਗਿਆ, ਸ਼ਾਮ ਨੂੰ ਕੀਤਾ, ਉੱਥੇ ਅਸੀਸ ਇਹ ਦੇ ਦਿੱਤੀ ਮੇਰੇ ਪੁੱਤਰ, ਜਿਵੇਂ ਨਿਮਖ ਨਿਮਖ ਸਰੀਰ ਵਿੱਚੋਂ ਸਵਾਸ ਨਿਕਲਦਾ ਪਿਆ ਹੈ, ਮੇਰੀ ਅਸੀਸ ਵਿੱਚ ਤੇਰਾ ਕੋਈ ਸਵਾਸ ਵੀ ਰੱਬ ਦੀ ਬੰਦਗੀ ਤੋਂ ਖਾਲੀ ਨਾ ਜਾਏ। ਨਿਮਖ ਜਿਤਨਾ ਭੁੱਲੀ ਨਾ, ਸੱਚ ਇਵੇਂ ਨਿਮਖ ਜਿਤਨਾ ਥੋੜ੍ਹਾ ਜਿਹਾ ਸਮਾਂ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ, ਜਗਦੀਸ਼ ਸਦਾ ਲਈ ਜਗਤ ਦੇ ਮਾਲਕ ਨੂੰ ਭਜੀ ਸਿਮਰਨੀ, ਇਹ ਰਹਾਉ ਹੈ। ਅਤੇ ਸੱਚਮੁੱਚ ਗੁਰੂ ਘਰ 'ਚ ਐਸਾ ਹੋਇਆ ਵੀ ਹੈ, ਨਿਮਖ ਜਿੰਨਾ ਰੱਬ ਭੁੱਲਦਾ ਅਤੇ ਬੰਦਗੀ ਕਰਨ ਵਾਲਾ ਤੜਪ ਉੱਠਦਾ। ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨ ਸਮੋਕੋ ਕਬੂ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਘਨੇਰੀ, ਕੋਈ ਐਸਾ ਸੰਤ ਮੋਕੋ ਫਿਰੈ ਮਿਲਾਵੈ, ਚਾਰ ਪੈਰ ਜੂ ਚੋ ਜੁਗੈ ਸਮਾਨੈ, ਰਹਿਣ ਭਈ ਤਬ ਅੰਤ ਨਾ ਜਾਣੇ। ਮਹਾਰਾਜ ਕਹਿੰਦੇ ਨਿਮਖ ਜਿੰਨਾ ਸਮਾਂ ਵੀ ਤੈਨੂੰ ਪਰਮਾਤਮਾ ਨਾ ਭੁੱਲੇ, ਅਤੇ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਭੁੱਲਿਆ ਉਹਦੀ ਚੀਸ ਇੰਨੀ ਜ਼ਬਰਦਸਤ ਸੀ ਪਿਆਰਿਓ। ਉਹਨਾਂ ਨੇ ਬਾਣੀ 'ਚ ਕਿਹਾ, ਕਰਵਤ ਭਲਾ ਨਾ ਕਰਵਟ ਤੇਰੀ, ਲਾਂ ਗਲੇ ਸੁਣ ਮੇਰੀ ਮੇਰੀ ਕਿ ਪਿੱਠ ਨਾ ਕਰੀ, ਮੇਰੇ ਸਿਰ 'ਤੇ ਆਰਾਂ ਚੱਲਣ ਦਾ ਇੰਨਾ ਦੁੱਖ ਨਹੀਂ ਜਿੰਨਾ ਦੁੱਖ ਲੱਗਦਾ ਤੇਰਾ ਸਿਮਰਨ ਹਿਰਦੇ ਵਿੱਚੋਂ ਵਿਸਰ ਜਾਂਦਾ ਹੈ। ਮੈਂ ਇੱਥੇ ਇੱਕ ਹੋਰ ਬੇਨਤੀ ਆਪ ਨੂੰ ਕਰਦਾ ਜਾਂਦਾ, ਸ਼ਾਇਦ ਪਹਿਲਾਂ ਕਥਾ ਕੀਤੀ ਹੋਵੇ ਇੱਥੇ ਜਾਂ ਸੁਣੀ ਹੋਣੀ ਆਪ ਜੀ ਨੇ। ਹਰ ਸਿੱਖ, ਮੈਂ ਕਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਦਾ ਪਹਿਲਾ ਸ਼ਬਦ ਜ਼ਰੂਰ ਚੇਤੇ ਰੱਖੇ ਹਰ ਸਿੱਖ। ਉਹਦੇ ਵਿੱਚ ਵੀ ਇਹੀ ਹੈ ਕਿ ਰੱਬ ਵਿਸਰੇ ਨਾ, ਜਿਹੜੀਆਂ ਚੀਜ਼ਾਂ ਵਿਸਾਰ ਦਿੰਦੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ। ਅਤੇ ਉੱਥੇ ਮੈਂ ਬੇਨਤੀ ਕਰਨ ਵਾਲਾ, ਚਾਰ ਗੱਲਾਂ ਦਾ ਜ਼ਿਕਰ ਕੀਤਾ ਉੱਥੇ, ਇੱਕ ਦਾਮ ਹੈ, ਦੂਸਰਾ ਚਾਮ ਹੈ, ਤੀਸਰਾ ਕਾਮ ਹੈ, ਅਤੇ ਚੌਥਾ ਨਾਮ ਹੈ।
ਦਾਮ ਚਾਮ ਨਾਮ ਔਰ ਕਾਮ ਇਹ ਲਫ਼ਜ਼ ਦਿੱਤੇ ਆ ਮੈਂ ਹੁਣ ਉੱਥੇ ਪਹਿਲਾ ਸ਼ਬਦ ਇਹ ਵੇ ਅਤੇ ਮੇਰਾ ਖਿਆਲ ਹੈ ਜੇ ਬੰਦਾ ਚੇਤੇ ਰੱਖੇ ਉਹ ਸ਼ਬਦ ਕਹਿ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਖੋਹੈ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਤੁਸੀਂ ਸ਼ਬਦ ਜਿਹੜੇ ਪੜ੍ਹਦੇ ਤੁਹਾਨੂੰ ਚੇਤੇ ਕਹਿ ਅਰਥ ਸੌਖੇ ਨੇ ਕਿ ਘਰ ਮੋਤੀਆਂ ਦੀਆਂ ਦੀਵਾਰਾਂ ਖੜੀਆਂ ਕਰਕੇ ਘਰ ਬਣਾਇਆ ਜਾਏ ਉਹਦੇ 'ਤੇ ਚੰਦਨ ਦਾ ਲੇਪਣ ਹੋਇਆ ਹੋਵੇ ਉਹਦੇ ਵਿੱਚ ਸੱਚਮੁੱਚ ਕੁੰਗੂ ਊਦ ਉਹਦੀ ਸੁਗੰਧੀ ਹੋਵੇ ਪਰ ਵਾਹਿਗੁਰੂ ਜੀ ਕਿਰਪਾ ਕਰਿਓ ਮੇਰੀ ਮੰਜ਼ਿਲ ਇਹ ਨਹੀਂ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਵੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਅੱਗੇ ਹੈ ਮਤ ਦੇਖ ਭੁੱਲਾਂ ਵਿਸਰੈ ਮੈਂ ਤੁਖ ਤੁਸ ਤੋਂ ਬੋਲਣੀ ਨਾਲ ਥੋੜ੍ਹੇ ਆਪਾਂ ਅਰਥ ਦੇਖਣੇ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ ਇਹ ਚਾਰ ਵਾਰੀ ਆਉਣਾ ਨਾ ਬਸ ਇੱਕ ਵਾਰੀ ਇਹਦੇ ਅਰਥ ਕਰ ਲਈ ਅੱਗੇ ਸੌਖੇ ਨੇ ਭੁੱਲਾਂ ਅਤੇ ਵਿਸਰੇ ਦੇ ਅਰਥ ਇੱਕ ਨਹੀਂ ਭਲਾ ਫਿਰ ਸੁਣਿਓ ਭੁੱਲਾਂ ਵਿਸਰੈ ਵਿਸਰੈ ਅਤੇ ਤੀਸਰਾ ਚੇਤਨਾ ਆਵੇ ਨੋ ਅਰਥ ਤਿੰਨਾਂ ਦੇ ਇੱਕੋ ਨੇ ਅਰਥ ਇੱਕੋ ਨੇ ਤਿੰਨ ਵਾਰੀ ਕਿਉਂ ਕਹਿ ਦਿੱਤਾ ਅਤੇ ਚਾਰ ਵਾਰੀ ਕਿਹਾ ਇਸ ਬਾਣੀ ਇਸ ਸ਼ਬਦ ਵਿੱਚ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੇ ਨੋ ਭੁੱਲ ਨਾ ਜਾਵਾਂ ਮੈਂ ਵਿਸਰ ਨਾ ਜਾਵਾਂ ਇਹੋ ਜਿਹਾ ਮਾੜੇ ਦਿਨ ਆ ਜਾਣ ਕਿ ਮੇਰੇ ਚਿੱਤ ਵਿੱਚ ਰੱਬ ਚੇਤੇ ਹੀ ਨਾ ਆਵੇ ਇਹਨੂੰ ਫਿਰ ਸੁਣਿਓ ਸ਼੍ਰੀਮਾਨ ਭਾਈ ਵੀਰ ਸਿੰਘ ਹੁਣਾਂ ਅਰਥ ਕੀਤੇ ਕਿਉਂਕਿ ਜਿਸ ਨੇ ਕੀਤੇ ਹੁਣ ਮੈਂ ਉਹਨੂੰ ਵੀ ਕਿਹਾ ਸੀ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਉਹਨਾਂ ਕਿਹਾ ਜਦੋਂ ਬੰਦਾ ਬਾਹਰਮੁਖੀ ਪ੍ਰਵਿਰਤ ਹੁੰਦਾ ਨਾ ਸਭ ਤੋਂ ਪਹਿਲਾਂ ਇਹਦੇ ਅੰਦਰ ਟੁੱਟਣ ਦੀ ਜਿਹੜੀ ਖੇਡ ਵਾਪਰਦੀ ਇਹਨੂੰ ਭੁੱਲਣਾ ਸ਼ੁਰੂ ਹੋ ਜਾਂਦਾ ਸਭ ਤੋਂ ਪਹਿਲਾਂ ਭੁੱਲਦਾ ਫਿਰ ਵਿਸਰਿਆ ਹੈ ਫਿਰ ਤੀਜੀ ਅੱਗੇ ਗੱਲ ਹੈ ਸਭ ਤੋਂ ਪਹਿਲਾਂ ਬੰਦਾ ਜਦੋਂ ਟੁੱਟਣ ਵਾਲੇ ਪਾਸੇ ਜਾਂਦਾ ਪਿਆਰਿਓ ਇਹ ਭੁੱਲਦਾ ਹੈ ਕਈ ਵਾਰੀ ਤੁਸੀਂ ਦੇਖਿਆ ਹੋਣਾ ਜਦੋਂ ਬੰਦਾ ਥੋੜ੍ਹੀ ਕਮਾਈ ਕਰਦਾ ਸਵੇਰੇ ਸ਼ਾਮੀ ਨਿਤਨੇਮ ਜਦੋਂ ਬੰਦੇ ਦਾ ਨਾਮ ਵੀ ਬਣ ਜਾਂਦਾ ਦੁਨੀਆਂ ਵਿੱਚ ਵੀ ਵਿਚਰਦਾ ਪੈਸਾ ਵੀ ਆ ਜਾਂਦਾ ਫਿਰ ਕਈ ਵਾਰੀ ਕਹਿੰਦਾ ਤੁਹਾਡਾ ਭਲਾ ਹੋ ਜਾਏ ਅੱਜ ਰਾਤੀ ਤਾਂ ਰਹਿਰਸ ਦਾ ਪਾਠ ਹੀ ਚੇਤੇ ਨਹੀਂ ਆਇਆ ਭੁੱਲ ਗਿਆ ਨਾ ਇੱਥੋਂ ਕੰਮ ਸ਼ੁਰੂ ਹੁੰਦਾ ਤਬਾਹੀ ਦਾ ਦੇਖੋ ਸਭ ਤੋਂ ਪਹਿਲਾਂ ਬੰਦਾ ਥੋੜ੍ਹਾ ਭੁੱਲਣਾ ਸ਼ੁਰੂ ਕਰਦਾ ਜੇ ਅੱਜ ਭੁੱਲ ਗਿਆ ਨਿਤਨੇਮ ਕੱਲ੍ਹ ਨੂੰ ਕਰੇਗਾ ਪਰ ਜਿਹੜੀ ਭੁੱਲੀ ਹੋਈ ਇਹਦੇ ਅੰਦਰ ਖੇਡ ਵਾਪਰ ਗਈ ਇੱਕ ਦਿਨ ਦੀ ਉਹ ਖਤਮ ਨਹੀਂ ਹੋਣੀ ਉਹ ਏਡਾ ਭੈੜਾ ਫੁਰਨਾ ਚਾਰ ਦਿਨਾਂ ਬਾਅਦ ਫਿਰ ਇਹ ਭੁੱਲੇਗਾ ਐਸਤਾ ਜਿਉਂ ਜਿਉਂ ਭੁੱਲੇਗਾ ਨਾ ਫਿਰ ਇਹਦੇ ਅੰਦਰ ਵਿਸਰਨ ਦੀ ਖੇਡ ਸ਼ੁਰੂ ਹੋ ਜਾਏਗੀ ਇਹਨੂੰ ਨਿਤਨੇਮ ਬਿਲਕੁਲ ਹੀ ਵਿਸਰ ਜਾਏ ਪਹਿਲਾਂ ਭੁੱਲੇ ਹੈ ਭੁੱਲਾਂ ਫਿਰ ਵਿਸਰੈ ਅਤੇ ਫਿਰ ਪਿਆਰਿਓ ਜਦੋਂ ਸਮਾਂ ਲੰਘ ਜਾਂਦਾ ਨਾ ਬੜੇ ਬੰਦੇ ਮਿਲਦੇ ਆ ਮੈਂ ਕਿਸੇ ਦੇ ਤਰਕ ਕਰਕੇ ਨਹੀਂ ਦੇਖੋ ਭਾਈ ਸਾਹਿਬ ਜੀ ਹੁਣ ਅਸੀਂ ਇਹ ਜਿਹਾ ਪਰ ਅੱਗੇ ਤਾਂ ਅਸੀਂ ਪੂਰਾ ਨਿਤਨੇਮ ਕਰਦੇ ਸਾਂ ਹੁਣ ਬਿਜ਼ਨਸ ਪੈ ਗਿਆ ਜੀ ਤੁਹਾਨੂੰ ਕੀ ਦੱਸੀਏ ਮੈਨੂੰ ਆਹ ਵੀ ਬਾਣੀ ਚੇਤੇ ਆਹ ਵੀ ਬਾਣੀ ਚੇਤੇ ਮੈਂ ਇੱਕੋ ਗੱਲ ਕਹਿੰਦਾ ਤੁਕ ਚੇਤੇ ਰੱਖੀ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ ਪਹਿਲਾਂ ਭੁੱਲਿਆ ਫਿਰ ਤੈਨੂੰ ਵਿਸਰ ਗਿਆ ਹੁਣ ਵਿਸਰ ਇੰਨਾ ਕੁ ਗਿਆ ਹੁਣ ਯਤਨ ਵੀ ਕਰਦਾ ਚਿੱਤ ਇੰਨੇ ਕੁ ਕੂੜੇ ਕਰਕਟ ਨਾਲ ਭਰਿਆ ਗਿਆ ਹੁਣ ਨਿਤਨੇਮ ਦੁਬਾਰਾ ਚੇਤੇ ਆਉਂਦਾ ਹੀ ਨਹੀਂ ਪਿਆ ਫਿਰ ਅਰਜਿਆ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਸਤਿਗੁਰੂ ਨੇ ਇੱਥੇ ਦੇਖੋ ਸ਼ਬਦ ਵਰਤਿਆ ਸ਼ਬਦ ਆਪਾਂ ਪੜ੍ਹ ਲੈਂਦੇ ਹਾਂ ਪਹਿਲਾਂ ਹੈ ਇਹ ਦਾਮਦਾਰ ਅਤੇ ਦਮੜਾ ਇੰਨੇ ਪੈਸੇ ਤੇਰੇ ਕੋਲ ਹੋਣ ਤੇਰੇ ਘਰ ਵੀ ਮੋਤੀਆਂ ਦੇ ਹੋਣ ਆਪਾਂ ਅਰਥ ਕਰ ਲੈਣੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਕੋਵੇਂ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਉਹ ਨਾ ਵਿਸਰ ਜਾਈ ਕਿਤੇ ਭੁੱਲ ਨਾ ਜਾਈ ਇਹੋ ਜਿਹਾ ਮਾੜੇ ਦਿਨ ਆ ਜਾਣ ਕਿ ਮੇਰੇ ਚਿੱਤ ਵਿੱਚ ਤੂੰ ਸਦਾ ਲਈ ਚਲਾ ਜਾ ਅੱਗੇ ਰਹੋ ਦੀਆਂ ਤੁਕਾਂ ਨੇ ਖਰਬਿਨ ਜੀਓ ਜਲ ਵੱਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ ਰਹਾਓ ਅੱਗੇ ਹੈ ਮੈਂ ਸ਼ਬਦ ਵਰਤਿਆ ਚਾਮ ਪਹਿਲਾਂ ਸੀ ਦਮੜੇ ਹੁਣ ਚਾਮ ਕੀ ਹੈ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਓ ਸੋਹਣਾ ਪਲੰਘ ਜੜਿਆ ਹੋਵੇ ਲੱਕੜ ਕੀਮਤੀ ਹੋਵੇ ਸੋਨੇ ਦੀ ਕਢਾਈ ਹੋਈ ਹੋਵੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਓ ਮੋਹਣੀ ਮੁੱਖ ਮਣੀ ਸੋ ਹੈ
ਅਰਥ ਸਿਆਣੇ ਸਮਝ ਗਏ ਮੇਰੇ, ਜਿਹਨੂੰ ਮਾਸਟਰ ਬੈਡਰੂਮ ਅੱਜ ਕੱਲ੍ਹ ਪਾ ਕੇ ਨੇ ਸਾਰੇ, ਕਹਿੰਦੇ ਇਹੋ ਜਿਹਾ ਤੇਰਾ ਮਾਸਟਰ ਬੈਡਰੂਮ ਹੋਵੇ, ਤੇਰੇ ਪਲੰਘ ਦੇ ਵਿੱਚ ਵੀ ਹੀਰੇ ਜੜੇ ਹੋਣ, ਅਤੇ ਜਿਸ ਕਮਰੇ ਵਿੱਚ ਤੂੰ ਰਹਿੰਦਾ ਉਹਦੇ ਫਰਸ਼ ਦੇ ਵਿੱਚ ਮਾਰਬਲ ਨਹੀਂ, ਉਹਦੇ ਵਿੱਚ ਕੀਮਤੀ ਲਾਲ ਲੱਗੇ ਹੋਣ। ਫਿਰ ਅਰਜੀ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁੱਖ ਉਹ ਜੀਵਨ ਸਾਥਨ ਜਿਹਦੇ ਮੱਥੇ ਦੇ ਉੱਤੇ ਸੱਚਮੁੱਚ ਮਣੀ ਦੀ ਤਰ੍ਹਾਂ ਉਹਦਾ ਹੁਸਨ ਚਮਕਦਾ ਹੋਵੇ। ਇੱਕ ਦੂਜੇ ਅਰਥ ਕੋ ਵੀ ਦੇਖੋਗੇ ਹੀ ਮਿਲਣਗੇ। ਮੋਹਣੀ ਮੁੱਖ ਮਣੀ ਸੋ ਹੈ, ਅੱਗੇ ਜੀ ਕਰੈ ਰੰਗ ਪਸਾਓ, ਤੁਸੀਂ ਸਮਝ ਗਏ ਕਲੋਲ, ਕਰੈ ਰੰਗ ਪਸਾਓ। ਪਰ ਮਹਾਰਾਜ ਕਹਿੰਦੇ ਦੇਖੀ ਇਸ ਦਾਮ ਤੋਂ ਬਾਅਦ ਚਾਮ ਨੂੰ ਦੇਖ ਕੇ ਕਿਤੇ ਤੇਰਾ ਨਿਤਨੇਮ ਨਾ ਭੁੱਲ ਜਾ, ਮਤ ਦੇਖ ਭੂਲਾ ਵਿਸਰੇ, ਮਤ ਦੇਖ ਭੂਲਾ ਵਿਸਰੇ, ਤੇਰਾ ਚੇਤਨ ਆਵੇ ਨਾ। ਪਹਿਲਾ ਦਾਮ ਚਾਮ, ਹੁਣ ਅਗਲਾ ਸ਼ਬਦ ਹੈ ਜੀ, ਮੈਂ ਬੇਨਤੀ ਕਰਾਂਗਾ, ਕਾਮ। ਇੱਥੇ ਕਾਮ ਦਾ ਅਰਥ ਇਹ ਆ ਨਹੀਂ, ਦੂਸਰਾ ਨਹੀਂ, ਕਾਮਣਾ। ਹੁਣ ਬੰਦਾ ਸਮਾਧੀ ਵੀ ਲਾਉਂਦਾ ਅਤੇ ਇੰਨੀ ਸੁਰਤ ਇਕਾਗਰ ਹੋ ਕੇ ਟਿਕ ਗਈ ਜਿਹੜੀ ਅੱਜ ਸਾਨੂੰ ਸੱਚੀ ਮੁੱਚੀ ਚੀਜ਼ਾਂ ਪ੍ਰਭਾਵਿਤ ਕਰ ਰਹੀਆਂ ਨਹੀਂ ਸਿੱਖ ਜਗਤ ਨੂੰ। ਚਾਰ ਚਫੇਰਿਓ ਜਿਵੇਂ ਬੰਦਾ ਫਸ ਜਾਂਦਾ ਨਾ ਜੀ, ਚਾਰ ਚਫੇਰਿਓ ਹਮਲੇ 'ਤੇ ਹਮਲਾ ਹੈ, ਕੋਈ ਕਿਸੇ ਰੂਪ 'ਚ, ਕੋਈ ਕਿਸੇ ਰੂਪ 'ਚ। ਅਤੇ ਇਹ ਦੇਖੋ ਜੀ, ਮੈਂ ਨਿੰਦਿਆ ਨਹੀਂ ਕਰ ਰਿਹਾ, ਬਾਬਾ ਜੀ ਕੋਲ ਕਰਾਮਾਤ ਨਾ ਜਾਂਦਿਆਂ ਸਾਰੀ ਸਾਡੀ ਗੱਲ ਕਰ ਦਿੱਤੀ। ਅਨਮਤ ਵਾਲੇ ਬੰਦਿਆਂ ਦੇ ਬੂਹਿਆਂ 'ਤੇ ਜਾ ਕੇ ਅਸੀਂ ਪੁੱਛਣੇ ਪਏ ਹਾਂ ਕਿ ਪ੍ਰਭੂ ਕਾ ਸਿਮਰਨ ਕੀ ਹੁੰਦਾ ਹੈ, ਪਰਮਾਤਮਾ ਦਾ ਚਿੰਤਨ ਕੀ ਹੈ। ਮੇਰੇ ਸਤਿਗੁਰਾਂ ਨੇ ਕਿਹਾ ਇੰਨੀ ਤਾਕਤ ਆ ਜਾਏ ਕਿ ਬੰਦਾ ਸਮਾਧੀ ਲਾ ਕੇ ਬਹਿ ਅਤੇ ਕਿਤੇ ਵੀ ਆਪਣੀ ਬੋਡੀ ਵਿੱਚੋਂ ਨਿਕਲ ਜਾਏ ਅਤੇ ਕਿਤੇ ਵੀ ਜਾ ਕੇ ਪ੍ਰਗਟ ਹੋ ਜਾਏ ਅਤੇ ਸਾਰੀ ਦੁਨੀਆ ਕਹੇ ਇੱਦੂ ਵੱਡਾ ਸੰਤ ਹੀ ਕੋਈ ਨਹੀਂ, ਪਰਮਾਤਮਾ ਇੰਨੀ ਕਰਾਮਾਤ ਦੇ ਦੀ, ਪਰ ਵਾਹਿਗੁਰੂ ਕਿਰਪਾ ਕਰੀ ਇਹਦੇ ਪਿੱਛੇ ਲੱਗ ਕੇ ਤੇਰੀ ਯਾਦ ਨਾ ਕਿਤੇ ਵਿਸਰ ਜਾਏ। ਸਿੱਧ ਹੋਵਾਂ, ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖ ਹੈ ਭਾਓ, ਮੇਰੇ ਪ੍ਰਤੀ ਸਤਿਕਾਰ ਰੱਖਣ, ਪਰ ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨ ਆਵੇ ਨਾ। ਅਗਲਾ ਬਚਨ, ਪਹਿਲਾ ਦਾਮ ਚਾਮ, ਹੁਣ ਕਾਮਣ ਹੈ ਨਾ ਏਡਾ ਵੱਡਾ ਬਣ ਜਾ, ਹੁਣ ਅੱਗੇ ਹੈ ਨਾਮ। ਮੇਰੀ ਦੁਨੀਆ 'ਚ ਮੇਰਾ ਹੀ ਰਾਜ ਹੋਵੇ, ਮੇਰੀ ਚੱਲੇ। ਗੁਰੂ ਜੀ ਨੇ ਕਿਹਾ ਸੁਲਤਾਨ ਕੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉਂ, ਹੁਕਮ ਹਾਸਲ ਕਰੀ ਬੈਠਾ ਨਾਨਕਾ, ਨਾਨਕਾ ਸਭ ਵਾਓ। ਬੜੇ ਪਿਆਰੇ ਅਰਥ ਦੇ ਕੀਤੇ, ਨਾਨਕਾ ਸਭ ਵਾਓ, ਸਭ ਦਰ ਤੇ ਸਾਰੇ, ਜਿਹੜੇ ਮੋਤੀ ਤਾਂ ਮੰਦਰ ਉਸਰੈ, ਬੜਾ ਡੂੰਘਾ ਸ਼ਬਦ ਹੈ ਸਭ ਵਾਓ, ਉੱਤੇ ਨਹੀਂ ਕਿਹਾ ਸਭ ਵਾਓ। ਮਹਾਰਾਜ ਕਹਿੰਦੇ ਜਿਹੜੇ ਧਰਤੀ ਤਾਂ ਹੀਰੇ ਲਾਲ ਜਲਤੀ, ਜਿਹੜਾ ਸਿੱਧ ਲਾਈ ਇਹ ਸ਼ਬਦ, ਤੇ ਸੁਲਤਾਨ ਹੋਵਾਂ, ਜੇ ਤੈਨੂੰ ਰੱਬ ਦਾ ਨਾਮ ਵਿਸਰ ਗਿਆ, ਤੇਰਾ ਚਾਮ, ਤੇਰਾ ਦਾਮ, ਤੇਰਾ ਕਾਮ ਤੇ ਤੇਰਾ ਨਾਮ, ਇਸ ਤਰ੍ਹਾਂ ਦੁਨੀਆ ਤੋਂ ਉੱਡ ਜਾਏਗਾ ਜਿਵੇਂ ਹਵਾ ਦਾ ਬੁੱਲਾ ਉੱਡਦਾ ਹੈ, ਜਿਵੇਂ ਹਵਾ ਚਲੀ ਗਈ। ਮਹਾਰਾਜ ਕਹਿੰਦੇ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ। ਮੈਂ ਬੇਨਤੀ, ਵਿਸ਼ੇ ਤੋਂ ਦੂਰ ਨਹੀਂ ਮੈਂ ਜਾ ਰਿਹਾ। ਪੁੱਤਾਂ, ਮੇਰੇ ਪੁੱਤਰ, ਤੈਨੂੰ ਅਸੀਸ ਹੈ ਮਾਂ ਦੀ ਕਿ ਤੈਨੂੰ ਜ਼ਿੰਦਗੀ ਦੇ ਕਿਸੇ ਵੀ ਪੜਾਅ ਵਿੱਚ ਵਾਹਿਗੁਰੂ ਦੀ ਯਾਦ ਨਿਮਕ ਜਿਤਨਾ ਸਮਾਂ ਵੀ ਨਾ ਭੁੱਲੇ, ਨਿਮਕ ਨਾ ਵਿਸਰੋ, ਤੁਮ ਕੋ ਹਰ ਸਦਾ ਭਜੋ ਜਗਦੀਸ਼ ਰਹਾਓ। ਹੁਣ ਆ ਜਾਈਏ ਪਹਿਲੀ ਤੁਕ 'ਤੇ। ਮੈਂ ਜਦੋਂ ਭਾਈ ਸਾਹਿਬ ਪੜ੍ਹ ਰਹੇ ਸੋ, ਕਈ ਵਾਰੀ ਮਰਜ਼ ਕੀਤੀ, ਇਹ ਸ਼ਬਦ ਸ਼ੁਰੂ ਹੁੰਦਾ ਜਿਹੜੇ ਘਰ 'ਚੋਂ ਜਾ ਚੁੱਕੇ ਨੇ ਜਾਂ ਜਿਹੜੇ ਅਜੇ ਘਰ ਦੇ ਵਿੱਚ ਰਹਿੰਦੇ ਨੇ। ਮਹਾਰਾਜ ਜੀ ਨੇ ਸ਼ਬਦ ਵਰਤੇ ਆ ਕਿ ਪੁੱਤਰ ਨਾਮ ਤੈਨੂੰ ਚੇਤੇ ਆਵੇ, ਅਤੇ ਗੱਲ ਤੈਨੂੰ ਦੱਸਾਂ, ਇਸ ਨਾਮ ਦੀ ਬਰਕਤ ਇੰਨੀ ਹੈ, ਤੇਰਾ ਬਾਪ, ਤੇਰਾ ਦਾਦਾ, ਤੇਰਾ ਪੜਦਾਦਾ, ਤੇਰੇ ਪੜਦਾਦੇ ਦਾ ਪਿਓ, ਉਹਦੇ ਪਿਓ ਦਾ ਪਿਓ, ਜਿੰਨੇ ਪਿੱਤਰ ਤੇਰੀ ਅੰਸ਼ ਵਿੱਚ ਤੇਰੇ ਖਾਨਦਾਨ 'ਚ ਹੋਏ ਨਾ, ਮੇਰੇ ਪੁੱਤ ਤੋਂ ਇੱਕ ਨੂੰ ਵਾਹਿਗੁਰੂ ਚੇਤੇ ਕਰੀ, ਤੇਰੇ ਮਰਿਆਂ ਪਿੱਤਰਾਂ ਦਾ ਵੀ ਉਧਾਰ ਹੋ ਜਾਏਗਾ। ਮੇਰੀ ਫਿਰ ਬੇਨਤੀ ਕਰਾਂਗਾ ਜੀ, ਇਹ ਸ਼ਬਦ ਨੂੰ ਸਰਬਕਾਲੀ ਅਰਥ ਕਰਕੇ ਦੇਖਣਾ। ਇਹ ਬਚਨ ਕਹੇ ਜਿਸ ਸਿਮਰਤ ਸਭ ਕਿਲਵਿਖ ਨਾਸ ਹੈ, ਜਿਹਦਾ ਸਿਮਰਨ ਕੀਤਿਆਂ ਕਿਲਵਿਖ, ਜਿੰਨੇ ਮਰਜ਼ੀ ਪਾਪ ਕੀਤੇ ਹੋਣ ਜੀ,
ਸਿਮਰਨ 'ਚ ਐਡੀ ਵੱਡੀ ਤਾਕਤ ਹੈ ਕਿ ਪਾਪਾਂ ਦੀਆਂ ਜੜ੍ਹਾਂ ਨੂੰ ਪੱਟ ਦਿੰਦਾ ਹੈ। ਅਤੇ ਗੁਰੂ ਅਰਜਨ ਸਾਹਿਬ ਨੇ ਤਾਂ ਇੱਕ ਖੁਦ ਬਚਨ ਕਿਹਾ ਹੈ, ਘੋਰ ਦੁੱਖਿਅੰਗ ਅਨਖਾਤਿਅੰਗ ਜਨਮ ਦਰਿਦਰੰਗ ਮਾਂ ਬਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਥ। ਜਿਵੇਂ ਲੱਕੜ ਨੂੰ ਇੱਕ ਅੱਗ ਦੀ ਚੰਗਿਆੜੀ ਸਾੜ ਕੇ ਢੇਰ ਦੇ ਢੇਰ ਖਤਮ ਕਰ ਦਿੰਦੀ ਹੈ, ਪਿਆਰਿਆ ਕਰੋੜਾਂ ਜਨਮਾਂ ਦੇ ਪਾਪ ਕੀਤੇ ਉਹਨਾਂ ਨਿਮਖ ਜਿੰਨਾ ਰੱਬ ਚੇਤੇ ਆ ਜਾ ਮੇਰੇ ਬੱਚਿਆ, ਇਹ ਸਾਰੇ ਦੇ ਸਾਰੇ ਕਿਲਬਕ ਖਤਮ ਹੋ ਜਾਂਦੇ ਆ। ਜਿਸ ਸਿਮਰਤ ਸਭ ਕਿਲਵਿਖ ਨਾਸੈ ਪਿਤਰੀ ਹੋਏ ਉਧਾਰੋ, ਤੇਰੇ ਪਿੱਤਰਾਂ ਦਾ ਭਲਾ ਹੋਵੇਗਾ। ਸੋ ਹਰ ਹਰ ਤੁਮ ਸਦ ਹੀ ਜਾਪੋ, ਉਸ ਹਰੀ ਪਰਮਾਤਮਾ ਨੂੰ ਤੂੰ ਸਦਾ ਜਪ, ਕਿਨੂੰ ਜਾ ਕਾ ਅੰਤ ਨਾ ਪਾਰੋ, ਜਿਹਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਅੱਗੇ ਰਹਾਓ ਦੀਆਂ ਤੂੰ ਕਾਸਾਂ। ਉਸ ਤੋਂ ਬਾਅਦ ਦੂਜਾ ਪਦਾ ਹੈ, ਸਤਿਗੁਰੂ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਵੇਖੋ ਇਹ 'ਚ ਤਿੰਨ ਬਚਨ ਕਹਿ ਦਿੱਤੇ ਮਹਾਰਾਜ ਨੇ ਜੀ, ਇਹ ਦੋ ਤੁਕਾਂ 'ਚ, ਸਿਰਫ ਦੋ ਪੰਕਤੀਆਂ 'ਚ। ਹਰ ਮਾਂ ਉਹ ਚਾਹੁੰਦੀ ਮੇਰੇ ਬੱਚੇ ਦੀ ਪੁਸ਼ਾਕ ਚੰਗੀ ਹੋਵੇ, ਦੂਜਾ ਉਹ ਕਹਿੰਦੀ ਹੈ ਮੇਰੇ ਬੱਚੇ ਦੀ ਖੁਰਾਕ ਚੰਗੀ ਹੋਵੇ, ਅਤੇ ਤੀਸਰੀ ਮਾਂ ਦੀ ਇੱਛਾ ਹੁੰਦੀ ਹੈ ਕਿ ਮੇਰੇ ਬੱਚੇ ਦੀ ਜਿਹੜੀ ਸੁਸਾਇਟੀ ਹੈ ਨਾ ਉਹ ਬੜੀ ਚੰਗੀ ਹੋਵੇ। ਇਹ ਹੀ ਅਸੀਸ ਹੈ ਨਾ, ਵੀ ਤੇਰੀ ਖੁਰਾਕ ਚੰਗੀ, ਤੇਰਾ ਕੱਪੜਾ ਚੰਗਾ ਮਿਲ ਜਾਏ, ਅਤੇ ਇਹਦੇ ਜਿਹੜੇ ਨੇੜੇ ਲੋਕ ਨੇ ਉਹ ਚੰਗੇ ਕਿਰਦਾਰ ਵਾਲੇ ਹੋਣ। ਇੱਥੇ ਮਹਾਰਾਜ ਜੀ ਨੇ ਦੇਖੋ ਇੰਨੇ ਰੂਹਾਨੀ ਅਰਥ ਕੀਤੇ, ਕਹਿੰਦੇ ਪੁੱਤਰ ਤੇਰੇ 'ਤੇ ਸਤਿਗੁਰੂ ਸਦਾ ਦਿਆਲੂ ਰਹੇ, ਦੂਜੀ ਗੱਲ ਤੇਰੀ ਮੁਹੱਬਤ ਤੇਰਾ ਪਿਆਰ ਜਿਹੜਾ ਹੈ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੰਤ ਜਨਾਂ ਨਾਲ ਹੋਵੇ, ਅਤੇ ਤੀਸਰਾ ਬਚਨ ਕਹਿਣ ਲੱਗੇ ਆਮ ਤੌਰ 'ਤੇ ਬੱਚੇ ਤਨ 'ਤੇ ਕੱਪੜਾ ਪਾ ਕੇ ਤਨ ਦਾ ਨਗੇਜ ਢੱਕਿਆ ਜਾਂਦਾ ਹੈ, ਤੇਰੇ 'ਤੇ ਵਾਹਿਗੁਰੂ ਜੀ ਇੰਨੀ ਕਿਰਪਾ ਕਰਨ ਮੇਰੇ ਪੁੱਤਰ, ਪਰਮਾਤਮਾ ਤੈਨੂੰ ਪੱਤ ਦਾ ਕੱਪੜਾ ਬਖਸ਼ੇ, ਇੱਥੇ ਵੀ ਤੇਰੀ ਪੱਤ ਕਾਇਮ ਰਹੇ ਅਤੇ ਰੱਬ ਦੀ ਘਰ ਵਿੱਚ ਵੀ ਰਹੇ। ਫਿਰ ਦੇਖੋ ਸਤਿਗੁਰਾਂ ਨੇ ਸ਼ਬਦ ਵਰਤੇ, ਸਤਿਗੁਰੂ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਇਬਾਦਤ ਵਾਲਿਆਂ ਨਾਲ ਹੀ ਤੇਰੀ ਮੁਹੱਬਤ ਹੋਵੇ, ਕਾਪੜ ਪਤ ਪਰਮੇਸ਼ਰ ਰਾਖੀ, ਅਤੇ ਤੈਨੂੰ ਖੁਰਾਕ ਹੀ ਮਿਲੇ, ਭੋਜਨ ਕੀਰਤਨ ਨੀਤ, ਪਰਮਾਤਮਾ ਤੈਨੂੰ ਕੀਰਤਨ ਦਾ ਭੋਜਨ ਦੇਵੇ। ਫਿਰ ਅਰ ਸੁਣੋ, ਇਹ ਸਾਰੀ ਦੀ ਸਾਰਿਆ ਜਿਹੜਾ ਸ਼ਬਦ ਹੈ ਇਹ ਹੈ ਹੀ ਰੂਹਾਨੀਅਤ, ਅਤੇ ਇਹ ਹੈ ਹੀ ਰੂਹਾਨੀ ਜੀਵਨ ਦੀ ਅਸੀਸ, ਤੇਰਾ ਕੀਰਤਨ ਭੋਜਨ ਹੋ ਜਾਏ। ਅਤੇ ਮੈਨੂੰ ਯਾਦ ਆਉਂਦਾ ਸਾਡੇ ਅਤੀ ਸਨਮਾਨਯੋਗ ਗਿਆਨੀ ਮਾਨ ਸਿੰਘ ਜੀ ਝੌਰ ਉਹ ਇਹ ਗੱਲ ਕਹਿੰਦੇ ਹੁੰਦੇ ਸਨ, ਅਤੇ ਮੈਂ ਉਦੋਂ ਬੰਜੀ ਸਾਹਿਬ ਕਿਹਾ ਸੀ ਕਿ ਉਸ ਵਕਤ ਦੀ ਜਿਹੜਾ ਕਥਾ ਦਾ ਯੁੱਗ ਸੀ ਉਹ ਬੜਾ ਹੀ ਕਮਾਲ ਦਾ ਸੀ ਜੀ। ਉਹ ਖੁੱਲ੍ਹੀਆਂ ਗੱਲਾਂ ਕਰਦੇ ਸਨ, ਭਾਵਨਾ ਵਾਲੀ ਗੱਲ ਕਰਦੇ ਸਨ, ਪੜ੍ਹਾਈ ਬੜੀ ਸੀ ਉਹਨਾਂ ਲੋਕਾਂ ਦੀ। ਉਹਨਾਂ ਨੇ ਗੱਲ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ 'ਤੇ ਜਾਣ ਲੱਗੇ, ਅਤੇ ਇਹ ਉਹਨਾਂ ਦੀ ਗੱਲ ਹੈ, ਕਹਿੰਦੇ ਨੇ ਮਾਂ ਤ੍ਰਿਪਤਾ ਜੀ ਅਤੇ ਬੇਬੇ ਨਾਨਕੀ ਮਿਲਦੇ ਆ, ਉਂਝ ਪਹਿਲੀ ਉਦਾਸੀ ਵੇਲੇ ਮਾਂ ਬੇਬੇ ਹੀ ਤੁਰਦੇ ਨੇ, ਅਤੇ ਮਾਂ ਜੀ ਕਹਿੰਦੇ ਨੇ ਮਰਦਾਨਿਆਂ ਮੇਰੇ ਪੁੱਤ ਦਾ ਖਿਆਲ ਰੱਖੀ, ਆਲਸ ਨਾ ਕਰੀ, ਦੂਰ ਨਾ ਕਿਤੇ ਜਾਈ, ਅਤੇ ਜਦੋਂ ਮੇਰੇ ਪੁੱਤ ਨੂੰ ਭੁੱਖ ਲੱਗੇ, ਸਵੇਰੇ ਲੱਗੇ, ਸ਼ਾਮ ਲੱਗੇ, ਦਿਨੇ ਲੱਗੇ, ਰਾਤ ਲੱਗੇ, ਆਲਸ ਨਾ ਕਰੀ, ਮੇਰੇ ਪੁੱਤਰ ਦਾ ਭੋਜਨ ਤਿਆਰ ਕਰਨ ਵਾਸਤੇ ਉਸੇ ਵਕਤ ਨਾਲ ਬਹਿ ਜਾਈ। ਉਹ ਕਹਿੰਦਾ ਮਾਂ ਜੀ ਮੈਂ ਤਾਂ ਰੋਟੀ ਕਦੀ ਪਕਾਈ ਨਹੀਂ, ਮੈਂ ਤਾਂ ਭੋਜਨ ਕਦੀ ਬਣਾਇਆ ਨਹੀਂ, ਅਤੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਪੁੱਤ ਨੂੰ ਜਦੋਂ ਭੁੱਖ ਲੱਗੇ, ਜਦੋਂ ਚਿੱਤ ਕਰੇ, ਉਦੋਂ ਭੋਜਨ ਕਰ ਤਿਆਰ ਨਾਲ ਕਰਾ ਦੀ। ਮਾਂ ਮੈਂ ਸਿੱਖੇ ਨਹੀਂ, ਮੈਂ ਤਾਂ ਚੌਂਕੇ 'ਚ ਗਿਆ ਹੀ ਨਹੀਂ। ਕਹਿਣ ਲੱਗੀ ਵੇ ਮੇਰੇ ਪੁੱਤਰਾ, ਮੇਰੇ ਪੁੱਤ ਨੂੰ ਭੁੱਖ ਲੱਗਦਾ ਰੱਬ ਦੇ ਕੀਰਤਨ ਦਾ, ਆਲਸ ਨਾ ਕਰੀ, ਜਦੋਂ ਮੇਰਾ ਪੁੱਤਰ ਆਵਾਜ਼ ਮਾਰੇ ਉਦੋਂ ਤੂੰ ਕੀਰਤਨ ਦੇ ਭੋਜਨ ਤਿਆਰ ਕਰਨ ਲਈ ਨਾਲ ਰਬਾਬ ਛੇੜ ਦੇਵੀਂ। ਅਤੇ ਮੈਂ ਸੱਚ ਕਹਿੰਦਾ ਇਹ ਸ਼ਬਦ ਕੇਵਲ ਮਾਂ ਦੇ ਨਹੀਂ, ਗੁਰੂ ਨਾਨਕ ਪ੍ਰਕਾਸ਼ ਵੀ ਜਦੋਂ ਭਾਈ ਮਰਦਾਨਾ ਜੀ ਨੂੰ ਕੌਡਾ ਪਕੜ ਲੈਂਦਾ ਹੈ ਅਤੇ ਮਹਾਰਾਜ ਜੀ ਉਹ ਪੁਕਾਰਦਾ, ਅਤੇ ਮੈਂ ਇੱਕ ਵਾਰੀ ਇੱਥੇ ਕਿਹਾ ਸੀ ਗੁਰਮੁਖੋ ਅਸੀਂ ਮੈਂ ਆਪਣੀ ਗੱਲ ਕਰ ਰਿਹਾ, ਮੈਂ ਨਲਾਇਕ ਹੋ ਸਕਣਾ, ਮੈਂ ਗਲਤੀਆਂ ਕਰ ਸਕਣਾ,
ਪਰ ਸੱਚੀ ਇਹ ਵੀ ਜਿਹਨੂੰ ਮੈਂ ਆਪਣਾ ਗੁਰੂ ਮੰਨੀ ਬੈਠਾ ਨਾ, ਉਹ ਮੈਨੂੰ ਜ਼ਰੂਰ ਸਾਂਭੇਗਾ। ਇਹ ਮੇਰੀ ਬੇਨਤੀ, ਇੰਨਾ ਭਰੋਸਾ ਹੈ। ਭਗਤੀ ਨਾਨਕ ਜੇ ਹੋਏਗਾ ਤਾਂ ਖਸਮਾਂ ਨਾ ਉਹਨਾਂ ਜਾਈ। ਮੈਂ ਭਗਤੀ ਤੋਂ ਗਿਣਾ ਹੋ ਸਕਣਾ, ਪਰ ਜਿਹੜੇ ਖਸਮਾਂ ਤੇਰਾ ਨਾਮ ਮੇਰੇ ਨਾਲ ਜੁੜ ਗਿਆ, ਤੂੰ ਥੋੜ੍ਹਾ ਕਿਤੇ ਜਾ ਸਕਣਾ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਤਾਰੇ, ਸਮਝ ਗਏ ਨਾ, ਖਸਮ ਪੁਣੇ ਦੀ ਲਾਜ ਰੱਖਦਾ। ਹੁਣ ਭਾਈ ਮਰਦਾਨਾ ਜੀ ਨੂੰ ਕੌਡੇ ਨੇ ਪਕੜ ਲਿਆ, ਉਹਨੇ ਕੀਤਾ ਫਿਰ ਆਪਣੇ ਮੁਰਸ਼ਦ ਨੂੰ ਚੇਤੇ, ਬਾਬਾ ਜੀ ਨੂੰ ਯਾਦ ਕਰਦਾ, ਅਤੇ ਸਤਿਗੁਰੂ ਭਾਈ ਬਾਲਾ ਜੀ ਨੂੰ ਕਹਿੰਦੇ ਆ ਕਿ ਮਰਦਾਨਾ ਮੁਸੀਬਤ 'ਚ ਫਸ ਗਿਆ ਭਾਈ ਸਾਹਿਬ ਬਾਰੇ। ਭਾਈ ਮਰਦਾਨੇ ਨੂੰ ਮੁਸੀਬਤ ਨੇ ਘੇਰ ਲਿਆ, ਉਹ ਰਾਕਸ਼ਸ ਨੇ ਪਕੜ ਲਿਆ ਉਹਨੂੰ, ਅਤੇ ਉਹ ਸਾਨੂੰ ਯਾਦ ਪਿਆ ਕਰਦਾ, ਚੱਲ ਚੱਲੀਏ। ਭਾਈ ਬਾਲਾ ਜੀ ਅੱਗੇ ਕਹਿੰਦੇ, ਹੁਣ ਫਸਿਆ ਰਹਿਣ ਦਿਓ ਜੀ, ਇਹ ਵੀ ਰੋਜ਼ ਤੰਗ ਕਰਦਾ ਰਹਿੰਦਾ ਸੀ, ਥੋੜ੍ਹੀ ਜਿਹੀ ਗੱਲ ਹੁੰਦੀ ਸੀ, ਇਹਨੂੰ ਇਹਨੂੰ ਰਹਿਣ ਦਿਓ। ਅੱਗੇ ਮਹਾਰਾਜ ਜਿਹੜੇ ਸ਼ਬਦ ਕਹਿੰਦੇ ਆ ਭਾਈ ਬਾਲਾ ਜੀ ਨੂੰ, ਉਹ ਸੁਣਨ ਵਾਲੇ ਨੇ, ਕਹਿੰਦੇ ਨੇ, ਭਾਈ ਬਾਲਾ ਮੈਂ ਉਹਨੂੰ ਛੱਡ ਨਹੀਂ ਸਕਦਾ, ਉਹਦੇ ਤੋਂ ਬਿਨਾਂ ਮੇਰਾ ਸਰਨਾ ਵੀ ਕੋਈ ਨਹੀਂ। ਅਤੇ ਇਹ ਵੀ ਸੱਚ ਹੈ, ਭਾਈ ਮਰਦਾਨੇ ਜੀ ਦੇ ਸਰੀਰ ਛੱਡਣ ਤੋਂ ਬਾਅਦ ਬਾਬਾ ਜੀ ਬਾਹਰ ਉਦਾਸੀਆਂ 'ਤੇ ਵੀ ਨਹੀਂ ਗਏ। ਕਹਿਣ ਲੱਗੇ ਮੈਂ ਛੱਡ ਨਹੀਂ ਸਕਦਾ, ਕਿਉਂ ਜੀ? ਉਹ ਤਾਂ ਕਈ ਵਾਰੀ ਅੱਗੋਂ ਬੋਲ ਵੀ ਪੈਂਦੇ ਨੇ, ਭਾਈ ਸਾਹਿਬ ਪਿਆਰ ਕਰਦੇ ਸਨ, ਅਤੇ ਛੱਡੋ ਪਰਾਉਣ। ਅੱਗੋਂ ਬਾਬਾ ਜੀ ਦੇ ਨਾਲੇ ਉੱਠ ਪਏ ਸਤਿਗੁਰੂ, ਅਤੇ ਨਾਲੇ ਭਾਈ ਬਾਲਾ ਜੀ ਨੂੰ ਕਹਿੰਦੇ ਨੇ, ਭਾਈ ਬਾਲਾ ਜਿਹਦੇ ਮੈਂ ਇੱਕ ਵਾਰੀ ਬਾਂਹ ਪਕੜ ਲਵਾਂ, ਉਹ ਭਾਵੇਂ ਛੱਡ ਕੇ ਚਲਾ ਜਾਏ, ਨਾ ਮੈਂ ਇੱਥੇ ਬਾਂਹ ਛੱਡਣਾ, ਨਾ ਰੱਬ ਦੀ ਦਰਗਾਹ ਵਿੱਚ ਛੱਡਦਾ, ਮੈਂ ਉਹਦੀ ਬਾਂਹ ਪਕੜੀ ਹੈ। ਉੱਥੇ ਸ਼ਬਦ ਨੇ, ਬਾਲਾ ਭੁਜਾ ਗਹਿ ਕੀ ਲਾਜਾ, ਪੁਨ ਆਪਣਾ ਹੈ ਉਸ ਸੰਕਾਜਾ, ਨਿਤਾਂ ਪ੍ਰਤੀ ਰਬਾਂ ਵਜਾਵੇ, ਕਰ ਸੰਗੀਤ ਵੋ ਮੋਹਿ ਰਜਾਵੇ। ਉਹ ਸੰਗੀਤ ਕਰਦਾ ਅਤੇ ਤਾਂ ਮੈਂ ਰਜਣਾ ਵਾਂ, ਜੇ ਉਹ ਤਿਆਰ ਨਾ ਕਰੇ ਤਾਂ ਮੇਰੇ ਅੰਦਰ ਦੀ ਤ੍ਰਿਪਤੀ ਨਹੀਂ ਹੋ ਸਕਦੀ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਜੀ ਕਹਿ ਰਹੇ ਨੇ, ਪੁੱਤਰ ਲੋਕ ਰੋਟੀ ਖਾਂਦੇ ਆ, ਤੇਰੀ ਖੁਰਾਕ ਜਿਵੇਂ ਭੋਜਨ ਤੋਂ ਬਿਨਾਂ ਨਹੀਂ ਬੰਦਾ ਰਹਿੰਦਾ, ਤੂੰ ਕੀਰਤਨ ਤੋਂ ਬਿਨਾਂ ਨਾ ਰਹੀਂ। ਪੱਤ ਦਾ ਕੱਪੜਾ ਹੋਵੇ, ਪਰਮਾਤਮਾ ਦੇ ਨਾਮ ਦਾ ਕੀਰਤਨ ਭੋਜਨ ਹੋਵੇ, ਰੱਬ ਦੇ ਸੰਤਾਂ ਨਾਲ ਤੇਰੀ ਮੁਹੱਬਤ ਹੋਵੇ। ਫਿਰ ਬੇਨਤੀ, ਸਤਿਗੁਰੂ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਹੁਣ ਅਗਲਾ ਸ਼ਬਦ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਮੈਂ ਫਿਰ ਬੇਨਤੀ ਕਰਾਂਗਾ, ਸਦਾ ਚਿਰ ਜੀਵੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਤੂੰ ਇੱਕ ਘੜੀ ਨਹੀਂ, ਸਦੀਵ ਕਾਲ ਲਈ ਜਿਵੇਂ ਤੂੰ ਅੰਮ੍ਰਿਤ ਨੂੰ ਪੀ। ਇੱਥੇ ਮੈਂ ਆਪ ਨੂੰ ਹੁਣ ਬੇਨਤੀ ਕਰਨ ਲੱਗਾ, ਅਸੀਂ ਅੱਜ ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਉਹਦੇ ਉਹਨਾਂ ਦੇ ਜਨਮ ਦਿਹਾੜੇ 'ਤੇ ਇਕੱਠੇ ਹੋਏ ਹਾਂ। ਬਾਬਾ ਫਤਿਹ ਸਿੰਘ ਜੀ ਦਾ ਜਨਮ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਸਨਮਾਨਯੋਗ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਇਆ ਹੈ। ਬਾਬਾ ਫਤਿਹ ਸਿੰਘ ਜੀ, ਉਹਨਾਂ ਤੋਂ ਪਹਿਲਾਂ ਹਜ਼ੂਰ ਦੇ ਤਿੰਨ ਸਾਹਿਬਜ਼ਾਦੇ ਨੇ, ਆਪਾਂ ਸਾਰੇ ਜਾਣਦੇ। ਸਾਹਿਬਜ਼ਾਦੇ ਦਾ ਵੈਸੇ ਲਫ਼ਜ਼ੀ ਅਰਥ ਹੁੰਦਾ ਬਾਦਸ਼ਾਹ ਦਾ ਪੁੱਤਰ, ਬਾਦਸ਼ਾਹ ਦਾ ਬੇਟਾ। ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਪੌਂਟਾ ਸਾਹਿਬ ਦੀ ਧਰਤੀ 'ਤੇ ਹੋਇਆ। ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹਨਾਂ ਦਾ ਜਨਮ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਇਆ ਹੈ। ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੇ ਆ। ਮਾਤਾ ਜੀਤੋ ਜੀ, ਇਹਨਾਂ ਨੂੰ ਜਨਮ ਦੇਣ ਤੋਂ ਬਾਅਦ, ਅੰਮ੍ਰਿਤ ਸੰਚਾਰ ਤੋਂ ਬਾਅਦ, ਜੋ ਜੋ ਸਾਡੇ ਕੋਲ ਸਾਡੀ ਪਰੰਪਰਾ ਇਤਿਹਾਸ ਦੱਸਦਾ, ਉਹ ਅਕਾਲ ਚਲਾਣਾ ਕਰ ਜਾਂਦੇ ਆ। ਕੱਲ੍ਹ ਵੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਮਾਤਾ ਜੀ ਦੇ ਚਲਾਣੇ ਤੋਂ ਬਾਅਦ ਮਾਤ ਗੁਜਰੀ ਜੀ ਨੇ ਬਾਬਾ ਫਤਿਹ ਸਿੰਘ ਦੀ ਪਰਵਰਿਸ਼, ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਜ਼ਿਆਦਾ ਸਮਾਂ ਦਾਦੀ ਦੇ ਕੋਲ ਹੀ ਰਹੇ, ਅਤੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਜ਼ਿਆਦਾ ਪਿਤਾ ਜੀ ਦੇ ਨੇੜੇ ਰਹੇ। ਮਾਤਾ ਗੁਜਰੀ ਜੀ ਨੇ
ਇਸ ਬੱਚੇ ਦੀ ਪਰਵਰਿਸ਼ ਸ਼ੁਰੂ ਬਾਬਾ ਜੀ ਦੀ ਸ਼ੁਰੂ ਕਰ ਦਿੱਤੀ। ਹੁਣ ਜਿਹੜਾ ਅਸੀਂ ਲਫ਼ਜ਼ ਬਾਬਾ ਵਰਤਦੇ ਹਾਂ ਜੀ, ਅੱਜ ਮੈਂ ਸੱਚੀ ਲੱਭ ਰਿਹਾ ਸੀ ਵੀ ਉਂਝ ਵੈਸੇ ਪਰਸ਼ੀਅਨ ਦਾ ਸ਼ਬਦ ਹੈ ਬਾਬਾ, ਬਾਬਾ ਸਾਰੇ ਕਹਿੰਦੇ ਆ ਬਾਬਾ ਦਰਤ, ਦਾਦਾ ਬਾਬਾ ਦਰਤ, ਉਂਝ ਫਿਰ ਵੀ ਬੇਨਤੀ ਜੀ, ਇਹ ਅਸਲ 'ਚ ਲਫ਼ਜ਼ ਤੁਰਕੀ ਤੋਂ ਹੁੰਦਾ ਬਾਬਾ, ਬਾਬਾ ਦਰਤ ਦਾਦਾ, ਬਾਬਾ ਦਰਤ ਵੱਡਾ। ਜਦੋਂ ਅੰਮ੍ਰਿਤ ਸੰਚਾਰ ਹੋ ਗਿਆ ਨਾ, ਜਦੋਂ ਸਾਰੇ ਅੰਮ੍ਰਿਤ ਛਕ ਰਹੇ, 80,000 ਦਾ ਜ਼ਿਕਰ ਹੈ, ਉਸ ਵਕਤ ਇਹ ਮਾਤਾ ਸੁੰਦਰੀ ਜੀ ਅਤੇ ਮਾਤਾ ਗੁਜਰੀ ਜੀ, ਜੋ ਆਪ ਜੀ ਨੇ ਮਾਤਾ ਗੁਜਰ ਕੌਰ ਜੀ ਲਿਖੇ, ਇਹ ਲਿਖਤਾ ਡਾਕਟਰ ਨੇਕੀ ਸਾਹਿਬ ਦੀ, ਕਿੱਥੋਂ ਲਿਆ, ਉਹ ਕਹਿੰਦੇ ਨੇ ਬਾਬਾ ਜ਼ੋਰਾਵਰ ਸਿੰਘ ਜੀ ਛੋਟੇ ਨੇ ਅਤੇ ਮਾਤਾ ਗੁਜਰੀ ਜੀ ਕਹਿੰਦੇ ਪੁੱਤਰ ਤੂੰ ਅੰਮ੍ਰਿਤ ਛਕ ਲੈ। ਉਹ ਤਿਆਰ ਨੇ, 4 ਕੁ ਸਾਲ ਦੀ ਉਮਰ ਦੱਸਦੇ ਨੇ, 4-5 ਸਾਲ ਦੀ, 4 ਕੁ ਸਾਲ ਦੀ, 3, 3.5 ਇਸ ਤਰ੍ਹਾਂ ਵੀ ਤੂੰ ਅੰਮ੍ਰਿਤ ਛਕ ਲੈ, ਅਤੇ ਉਹ ਤਿਆਰ ਹੋ ਗਏ। ਮਾਤਾ ਸੁੰਦਰੀ ਜੀ ਕਹਿੰਦੇ ਆ ਕਿ ਮਾਂ ਜੀ ਇਹ ਤਾਂ ਜੇ ਛੋਟੇ ਨੇ, ਇਹ ਬੱਚੇ ਨੇ, ਅਤੇ ਅੱਗੋਂ ਮਾਤਾ ਗੁਜਰੀ ਜੀ ਉੱਤਰ ਦਿੰਦੇ ਆ ਨਹੀਂ ਪੁੱਤਰ ਇਹ ਛੋਟਾ ਨਹੀਂ, ਇਹ ਤਾਂ ਸਾਡਾ ਬਾਬਾ ਹੈ, ਇਹ ਬਜ਼ੁਰਗ ਹੈ, ਇਹ ਬਾਬਾ ਹੈ, ਇਹ ਆਤਮਕ ਅਵਸਥਾ ਵਾਲਾ ਬਹੁਤ ਉੱਚਾ ਮਹਾਂਪੁਰਖ ਹੈ। ਅਤੇ ਮੇਰੇ ਮਨ 'ਚ ਅੱਜ ਆਇਆ ਵੀ ਦੇਖੋ ਇਹ ਸ਼ਬਦ ਵੀ ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਹੀ ਦਿੱਤਾ ਹੈ। ਉਹਨਾਂ ਦੇ ਕਥਨ ਮੁਤਾਬਕ ਬਾਬਾ ਸ਼ਬਦ ਦਾ ਅਰਥ ਮੈਂ ਕੀਤਾ ਬਹੁਤ ਵੱਡਾ। ਬਾਬਾ ਫਤਿਹ ਸਿੰਘ ਜੀ, ਉਹਨਾਂ ਦੀ ਪਰਵਰਿਸ਼ ਆਨੰਦਪੁਰ ਹੋਈ, ਮਾਤਾ ਜੀ ਤੋਂ ਜੀ ਅਕਾਲ ਚਲਾਣਾ ਕਰ ਗਏ। ਹੁਣੇ ਜਿਹੜਾ ਜ਼ਿਕਰ ਭਾਈ ਸਾਹਿਬ ਵੀ ਇੱਥੋਂ ਦੇ ਕਰਕੇ ਗਏ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਬੈਠਦੇ ਨੇ ਸਾਹਿਬਜ਼ਾਦੇ, ਰਾਤ ਨੂੰ ਮਾਤਾ ਗੁਜਰੀ ਜੀ ਦੇ ਕੋਲ ਹੀ ਰਹਿੰਦੇ ਆ। ਇੱਕ ਦਿਨ ਕੀ ਹੋਇਆ, ਜਿਹੜੀ ਅਸੀਂ ਘਟਨਾ ਪੜ੍ਹ ਰਹੇ ਸਾਂ ਕਿ ਦਮਾਲਾ ਬੰਨ ਲਿਆ, ਅਸਲ 'ਚ ਇਹਦੀਆਂ 2 ਰਵਾਇਤਾਂ ਨੇ ਜੀ, ਨਿਹੰਗ ਸਿੰਘ ਬੈਠੇ ਹੋਏ ਆ। ਇੱਕ ਹੈ ਕਿ ਸਾਹਿਬਜ਼ਾਦੇ ਖੇਡਦੇ ਪਏ ਸਨ ਅਤੇ ਬਾਬਾ ਫਤਿਹ ਸਿੰਘ ਜੀ ਵਿੱਚ ਆ ਖੇਡਣ ਲੱਗ ਪਏ, ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਚੁੱਕੇ ਆ, ਮਾਤਾ ਗੁਜਰੀ ਜੀ ਦੀ ਨਿਗਰਾਨੀ 'ਚ ਰਹਿੰਦੇ ਆ। ਉਹ ਜਦੋਂ ਖੇਡਣ ਲੱਗੇ, ਉਹਨਾਂ ਨੇ ਚੁੱਕ ਕੇ ਕਿਹਾ ਨਹੀਂ ਜੀ ਤੁਸੀਂ ਛੋਟੇ ਹੋ, ਉਹ ਅੰਦਰ ਗਏ, ਉਹਨਾਂ ਨੇ ਦਮਾਲਾ ਸਜਾਉਣਾ ਸ਼ੁਰੂ ਕਰ ਦਿੱਤਾ, 1 ਸਜਾ, 2 ਸਜਾ, ਉਹ ਕਹਿੰਦੇ 3 ਸਜਾ ਦਿੱਤੇ, 3 ਸਜਾਏ, ਬਾਹਰ ਨਿਕਲੇ ਅਤੇ ਆਵਾਜ਼ ਦੇ ਕੇ ਕਹਿੰਦੇ ਆ ਦੇਖੋ ਮੇਰੇ ਸੀਸ 'ਤੇ ਸਜਿਆ ਹੋਇਆ ਦਮਾਲਾ ਸਭ ਤੋਂ ਵੱਡਾ ਹੈ, ਮੈਂ ਵੱਡਾ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆ ਗਏ, ਉਹਨਾਂ ਨੇ ਉਸੇ ਤਰ੍ਹਾਂ ਹੀ ਦਮਾਲਾ ਸਜਾਇਆ ਅਤੇ ਘੁੱਟ ਕੇ ਸੀਨੇ ਨਾਲ ਲਾ ਕੇ ਪੁੱਤ ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ, ਛੋਟਾ ਨਹੀਂ। ਗੁਰਮੁਖੋ ਉਸੇ ਤਰ੍ਹਾਂ ਉਹ ਨੀਲਾ ਬਾਣਾ ਪਾਇਆ, ਨੀਲਾ ਦਸਤਾਰਾ ਸਜਾਇਆ, ਫਿਰ ਭਾਈ ਉਦੈ ਸਿੰਘ, ਭਾਈ ਈਸ਼ਰ ਸਿੰਘ, ਭਾਈ ਦੇਵਾ ਸਿੰਘ, ਧਿਆਨ ਨਾਲ ਮੇਰੀ ਬੇਨਤੀ ਸੁਣੀ ਜਾਇਓ, ਭਾਈ ਉਦੈ ਸਿੰਘ, ਭਾਈ ਈਸ਼ਰ ਸਿੰਘ, ਭਾਈ ਦੇਵਾ ਸਿੰਘ, ਭਾਈ ਟਹਿਲ ਸਿੰਘ, ਭਾਈ ਸੁਲੱਖਣ ਸਿੰਘ, 5 ਸਿੰਘਾਂ ਨੂੰ ਨੀਲੇ ਬਸਤਰ ਬਣਾ ਪਾ ਕੇ ਕਹਿ ਦਿੱਤਾ ਬਾਬਾ ਫਤਿਹ ਸਿੰਘ ਬਾਰੇ ਇਹ ਮੇਰੇ ਪੁੱਤ ਦਾ ਇੱਕ ਨਿਹੰਗ ਸਿੰਘਾਂ ਦਾ ਪੰਥ ਹੈ। ਮੈਂ ਬੇਨਤੀ ਕਰਾਂ ਦੂਸਰੇ ਨਿਹੰਗ ਸਿੰਘ, ਇਹ ਰਵਾਇਤ ਹੈ ਕਿ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਜਦੋਂ ਹਜ਼ੂਰ ਉੱਚ ਦੇ ਪੀਰ ਬਣੇ ਅਤੇ ਉਹ ਨੀਲੇ ਕੱਪੜੇ ਸਾਰੇ ਛੱਟੀ ਗਏ, ਉਹ ਇੱਕ ਨੀਲ ਬਸਤਰ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਨੇ ਆਪਣੀ ਦਸਤਾਰ ਦੇ ਉੱਤੇ ਸਜਾ ਲਿਆ। ਉਂਝ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਨੇ ਜਦੋਂ ਬਾਬਾ ਜੀ ਬਾਰੇ ਲਿਖਿਆ ਹੈ, ਉਹਨਾਂ ਨੇ ਇਹ ਹੀ ਲਿਖਿਆ ਹੈ ਕਿ ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਜਿੱਦਣ ਉਹ ਉੱਚਾ ਦਮਾਲੜਾ ਸਜਾ ਕੇ ਆਏ ਅਤੇ ਸਤਿਗੁਰਾਂ ਨੇ ਪਿਆਰ ਕੀਤਾ ਅਤੇ ਉਸੇ ਵਕਤ ਉਹਨਾਂ ਦੇ ਸਾਹਮਣੇ 5 ਸਿੰਘ ਜਿਹੜੇ ਉਹਨਾਂ ਦੀ ਤਾਬਿਆ ਬਿਠਾ ਦਿੱਤੇ ਗਏ। ਮੈਂ ਬੇਨਤੀ ਕਰਾਂਗਾ ਬਾਬਾ ਫਤਿਹ ਸਿੰਘ ਜੀ, ਉਹਨਾਂ ਦਾ ਸ਼ੁਰੂਆਤ ਆਨੰਦਪੁਰ ਸਾਹਿਬ ਹੈ, 7 ਸਾਲ ਦੀ ਉਮਰ ਹੈ। ਮੈਂ ਕਿਹਾ ਵਧਾਈ ਤੁਹਾਨੂੰ ਸਭ ਨੂੰ, ਪਰ ਯਾਦ ਰੱਖਿਓ ਇੱਥੇ ਲੋਕ ਜੰਮਦੇ ਨੇ ਅਤੇ ਵਧਾਈਆਂ ਮਿਲਦੀਆਂ ਨੇ, ਤੁਰ ਜਾਂਦੇ ਨੇ ਅਤੇ ਸੋਗ ਪੈਂਦੇ ਆ। ਯਾਦ ਰੱਖਿਓ ਇਹ ਉਹ ਸੂਰਮੇ ਨੇ ਜਿਨ੍ਹਾਂ ਦਾ ਜਨਮ ਵੀ ਵਧਾਈ ਹੈ ਅਤੇ ਜਿਨ੍ਹਾਂ ਦੀ ਸ਼ਹਾਦਤ ਵੀ ਵਧਾਈ ਹੈ।
ਆਗਿਆ ਮਿਲੇ ਵਧਾਈ ਹੈ। ਬਾਬਾ ਫਤਿਹ ਸਿੰਘ ਜੀ 7 ਸਾਲ ਦੀ ਉਮਰ 'ਚ ਅਸੀਂ ਸਾਰੇ ਕਥਾ ਕਰ ਰਹੇ ਹਾਂ ਕਿ ਇਹਨੇ ਸ਼ਹਾਦਤ ਦਾ ਜਾਮ ਪੀਤਾ। ਹੁਣ ਮੈਂ ਜਿਹੜੀ ਬੇਨਤੀ ਆਪ ਨੂੰ ਕਰਨ ਲੱਗਾ ਵੀ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਉਹ ਸਦਾ ਚਿਰ ਜੀਵਨ ਕੀ ਹੈ? ਫਿਜ਼ੀਕਲ ਤੌਰ 'ਤੇ ਜਿਹਨਾਂ ਅੰਮ੍ਰਿਤ ਛਕਿਆ ਉਹ ਵੀ ਚਲੇ ਗਏ ਜੀ, ਅਸੀਂ ਸਾਹਿਬਜ਼ਾਦਿਆਂ ਦੀ ਨੀਹਾਂ ਦੇ। ਸਦਾ ਚਿਰ ਜੀਵੀ ਰੂਹਾਨੀ ਜੀਵਨ ਉਹ ਵੇ ਕਿ ਜਿੰਨੀ ਦੇਰ ਤੱਕ ਉਹ ਦੋਏ ਉਹ ਕਾਇਆ ਵਰਤਦੀ ਰਹੀ, ਉਸ ਕਾਇਆ ਨੇ ਜੋ ਕੁਝ ਇਸ ਸੰਸਾਰ ਥੋੜੇ ਸਮੇਂ 'ਚ ਕਾਰਨਾਮਾ ਕਰ ਦਿੱਤਾ, ਉਹ ਕੀਤਾ ਹੋਇਆ ਕਾਰਨਾਮਾ ਕੌਮ ਦੇ ਧੁਰ ਅੰਦਰ ਵਸ ਗਿਆ ਅਤੇ ਸੱਚ ਇਹ ਵੇ ਉਹ ਸਦੀਵ ਕਾਲ ਵਾਸਤੇ ਜੀਵਤ ਹੈ। ਇਹਨੂੰ ਫਿਰ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ, ਮੈਂ ਰਿਪੀਟ ਕਰਨ ਲੱਗਾ। ਸਦਾ ਚਿਰ ਜੀਵਤ ਦਾ ਅਰਥ ਇਹ ਨਹੀਂ ਕਿ ਕਿਸੇ ਦੀ ਯਾਦਗਾਰ ਬਣ ਗਈ ਵੀ ਇਹ ਸਦਾ ਲਈ ਜਿੰਦਾ ਹੋ ਗਿਆ ਜੀ, ਇਹ ਇਸ ਦੇ ਨਾਂ ਤਾਂ ਹਾਲ ਬਣ ਗਿਆ ਜਿੰਦਾ ਹੋ ਗਿਆ। ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦੇਣੀਆਂ ਸਿਰਫ, ਲਾਹੌਰ ਦੀ ਧਰਤੀ ਹੈ, ਦੋ ਵੀ ਘਟਨਾਵਾਂ ਲਾਹੌਰ ਦੀਆਂ ਨੇ। ਪਿਓ ਬਹੁਤ ਵਿਦਵਾਨ ਹੈ, ਬੜੇ ਵਿਦਵਾਨ ਨੇ ਭਾਈ ਸਾਹਿਬ ਭਾਈ ਸ਼ਬੇਕ ਸਿੰਘ ਜੀ, ਅੱਗੋਂ ਪੁੱਤਰ ਉਹਨਾਂ ਦਾ ਸ਼ਾਬਾਸ਼ ਸਿੰਘ ਵੀ ਬਹੁਤ ਵਿਦਵਾਨ ਹੈ। ਪਰ ਜਦੋਂ ਕਾਜ਼ੀ ਜਿਹੜਾ ਹੈ ਉਹ ਭਾਈ ਸ਼ਾਬਾਸ਼ ਸਿੰਘ ਜੀ ਦਾ ਸੁਆਪਣ ਦੇਖ ਕੇ, ਉਹਦੀ ਲਿਆਕਤ ਦੇਖ ਕੇ, ਉਹਦੀ ਵਿਧਵਤਾ ਦੇਖ ਕੇ ਅੰਦਰੋਂ ਬੇਈਮਾਨ ਹੋ ਗਿਆ। ਉਹਦੇ ਮਨ 'ਚ ਇਹ ਸੀ ਵੀ ਮੈਂ ਆਪਣੀ ਬੇਟੀ ਦਾ ਰਿਸ਼ਤਾ ਇਹਦੇ ਨਾਲ ਕਰਾਂ। ਉਹਨੇ ਮਨਾਉਣ ਦਾ ਯਤਨ ਕੀਤਾ, ਭਾਈ ਸਾਹਿਬ ਜੀ ਦੇ ਬੇਟੇ ਨੇ ਇਨਕਾਰ ਕਰ ਦਿੱਤਾ, ਉਹਨਾਂ ਨੇ ਊਂਜ ਲਾ ਦਿੱਤੀ ਵੀ ਇਹਨਾਂ ਨੇ ਇਸਲਾਮ ਬਾਰੇ ਮੁਹੰਮਦ ਸਾਹਿਬ ਜੀ ਬਾਰੇ ਜੋ ਕੁਝ ਕਿਹਾ ਇਹਨਾਂ ਗਲਤ ਕਿਹਾ ਹੈ। ਦੋਨੇ ਬਾਪ ਬੇਟੇ ਨੂੰ ਚਰਖੜੀ 'ਤੇ ਚਾੜਿਆ ਗਿਆ। ਮੈਂ ਆਪ ਨੂੰ ਬੇਨਤੀ ਜਿਹੜੀ ਕਰਨ ਲੱਗਾ, ਇਹ ਜੀਵਨ ਕੀ ਹੈ ਜਿਹੜਾ ਜਨਮ ਦਿਨ ਮਨਾਉਂਦੇ ਪਏ, ਇੱਕ ਚਿਣਗ ਹੈ ਪਿਆਰਿਓ। ਇਹ 7 ਸਾਲ ਦੀ ਉਮਰ ਤੱਕ ਮੈਂ ਕਥਾ ਕਰਕੇ ਕਹਾਂਗਾ ਸ਼ਹਾਦਤ ਹੋ ਗਈ, ਇੱਥੇ ਸੰਸਕਾਰ ਹੋਇਆ, ਨਹੀਂ ਪਿਆਰਿਓ। 7 ਸਾਲ ਤੋਂ ਬਾਅਦ, 9 ਸਾਲ ਤੋਂ ਬਾਅਦ ਉਸ ਜੀਵਨ ਦੇ ਵਿੱਚੋਂ ਜਿਸ ਜੀਵਨ ਦਾ ਪ੍ਰਵਾਹ ਚੱਲਿਆ, ਉਹ ਜੀਵਨ ਦਾ ਪ੍ਰਵਾਹ ਅੱਜ ਵੀ ਸਿੱਖ ਨੌਜਵਾਨੀ ਦੇ ਵਿੱਚ ਗਏ। ਦੋਨਾਂ ਨੂੰ ਚਰਖੜੀ 'ਤੇ ਚਾੜ ਦਿੱਤਾ। ਚਰਖੜੀ 'ਤੇ ਘੁਮਾਉਣ ਤੋਂ ਬਾਅਦ ਭਾਈ ਸ਼ਬੇਕ ਸਿੰਘ ਜੀ ਨੂੰ ਇੱਕ ਪਾਸੇ ਕਰਕੇ ਕਹਿੰਦੇ ਤੁਸੀਂ ਸਿਆਣੇ ਹੋ ਪਿਆਰਿਓ, ਉਹ ਮਿਲਵਰਤਨੀਏ ਸਿੱਖ ਸਨ ਭਾਈ ਸਾਹਿਬ ਭਾਈ ਸ਼ਬੇਕ ਸਿੰਘ ਜੀ, ਮਿਲਵਰਤਨੀਏ ਤੁਹਾਨੂੰ ਪਤਾ ਹੋਣਾ, ਅੱਜ ਨਹੀਂ ਇਹ ਸਾਡੇ ਕੋਲ ਮਾਦਾ ਹੀ ਨਹੀਂ ਜੀ ਹੈਗਾ, ਛੱਡ ਦਿਓ ਆਪਾਂ ਗੱਲਾਂ ਹੀ ਕਰ ਰਹੇ ਹਾਂ, ਲੰਮੀ ਨਜ਼ਰ ਨਹੀਂ ਖਾਏਗੀ। ਉਹ ਸਿੰਘਾਂ ਨੂੰ ਵੀ ਮਿਲਦੇ ਸਨ ਅਤੇ ਹਕੂਮਤ ਵਿੱਚ ਵੀ ਠੇਕੇਦਾਰੀ ਕਰਦੇ ਸਨ ਭਾਈ ਸਾਹਿਬ ਭਾਈ ਸ਼ਬੇਕ ਸਿੰਘ ਜੀ, ਉਹ ਹੀ ਨਵਾਬੀ ਲੈ ਕੇ ਆਏ ਸਨ। ਉਹਨੂੰ ਪਹਿਲਾਂ ਤਨਖਾਹ ਲਾਈ, ਰਤਨ ਸਿੰਘ ਭੰਗੂ ਕਹਿੰਦਾ ਪਹਿਲਾਂ ਤਨਖਾਹ ਲਾਈ ਉਹਨਾਂ ਨੂੰ। ਉਹਨਾਂ ਕਿਹਾ ਮੈਨੂੰ ਤਨਖਾਹ 'ਤੇ ਬੇਸ਼ੱਕ ਲਾ ਲਓ। ਉਹਨਾਂ ਕਿਹਾ ਜੀ ਅਸੀਂ ਪਾਤਸ਼ਾਹੀ ਦਾਵਾ ਰੱਖਦੇ ਹਾਂ। ਉਹ ਕਹਿੰਦਾ ਦਾਵਾ ਪਾਤਸ਼ਾਹੀ ਰੱਖਿਆ ਜੇ, ਮੈਂ ਤੁਹਾਨੂੰ ਕਹਿੰਦਾ ਪਾਤਸ਼ਾਹੀ ਬਣਿਆ ਜੇ, ਪਰ ਜਿਹੜੀ ਨਵਾਬੀ ਮਿਲੀ ਹੈ ਕੁਝ ਖਿੱਤੇ 'ਤੇ ਕਰਕੇ ਦਿਖਾਓ ਸਿੱਖਾਂ ਦੀ ਪਾਤਸ਼ਾਹੀ ਕਿਹੋ ਜਿਹੀ ਹੋਵੇਗੀ। ਉਹਨਾਂ ਨੂੰ ਚਾੜ ਦਿੱਤਾ ਗਿਆ ਜਦੋਂ ਚਰਖੜੀ 'ਤੇ ਘੁਮਾਇਆ। ਬਾਅਦ 'ਚ ਉੱਤਰ ਕੇ ਕਹਿੰਦੇ ਆ ਕਿ ਤੁਸੀਂ ਸਿਆਣੇ ਹੋ, ਇੱਕੋ ਇੱਕ ਤੇਰਾ ਪੁੱਤਰ ਹੈ, ਤੂੰ ਆਪਣੇ ਪੁੱਤ ਨੂੰ ਬਚਾ ਨਹੀਂ ਸਕਦਾ, ਤੂੰ ਇਸ ਨੂੰ ਬਚਾ ਲੈ, ਤੇਰੀ ਅੰਸ ਅੱਗੇ ਚੱਲੇਗੀ। ਉੱਥੇ ਯਾਦ ਰੱਖਿਓ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੀਹਾਂ 'ਚ ਖਲੋਤੇ ਚੇਤੇ ਆਏ, ਵਾਪਰੀ ਘਟਨਾ ਸਰਹੰਦ ਹੈ। ਉੱਥੇ ਭਾਈ ਸਾਹਿਬ ਭਾਈ ਸ਼ਬੇਕ ਸਿੰਘ ਆਪਣਾ ਪੁੱਤਰ ਚਰਖੜੀ 'ਤੇ ਚੜਿਆ, ਸੱਚੀ ਮੁੱਚੀ ਅੱਧ ਬੇਹੋਸ਼ ਹੋਇਆ ਅਤੇ ਭਾਈ ਸ਼ਬੇਕ ਸਿੰਘ ਇੱਕੋ ਦਮ ਆਵਾਜ਼ ਦੇ ਕੇ ਕਹਿੰਦਾ ਤੈਨੂੰ ਪਤਾ ਨਹੀਂ ਸਿੱਖਣ ਕਾਜ ਗੁਰੂ ਹਮਾਰੇ, ਇਹ ਸ਼ਬਦ ਵਰਦੇ ਨੇ, ਸੀਸ ਗਵਾਏ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਟ ਚੜਾਏ, ਹਮਰੇ ਕਾਰਨ ਗੁਲ ਕੁਲੇ ਗਵਾਈ, ਹਮ ਕੁਲ ਰਾਖੈ ਕਵਨ ਵਡਾਈ, ਕਿਹਦਾ ਦਿਲ ਨਹੀਂ ਕਰਦਾ ਆਪਣੀ ਕੁਲ ਬਚਾਵੇ ਕਾਜ਼ੀ, ਸਾਡੇ ਗੁਰੂ ਨੇ ਸਾਡੀ ਕੁਲ ਬਚਾਉਣ ਦੇ ਲਈ ਆਪਣੀ ਨਾਦੀ ਪੁੱਤਰਾਂ ਦੀ ਕੁਲ ਖਤਮ ਕਰ ਦਿੱਤੀ, ਉਹਨਾਂ 'ਤੇ ਚਾਰਾਂ ਵਿੱਚੋਂ ਇੱਕ ਨਹੀਂ ਰੱਖਿਆ, ਅਤੇ ਮੈਂ ਇੱਕ ਦੀ ਖਾਤਰ ਧਰਮ ਤੋਂ ਕਿਵੇਂ ਡੋਲ ਜਾਵਾਂ? ਮੇਰੀ ਯਾਦ ਬੇਨਤੀ ਫਿਰ ਸੁਣਿਓ, ਇਹ ਸਪਿਰਿਟ ਹੈ ਅੱਜ ਇਹ ਮੋਗੀ 'ਚ ਕਿਤੇ, ਮੈਂ ਪਿਛਲੇ ਦਿਨ ਵੀ ਕਿਹਾ ਸੀ ਇਹਨੂੰ ਬਿਲਕੁਲ ਵੀ ਆਪਾਂ ਢੇਰੀ ਢਾਹ ਕੇ ਬਹਿ ਜਾਂਦੇ ਹਾਂ, ਨਹੀਂ ਜੀ ਖਤਮ ਕਹਾਣੀ। ਉੱਥੇ ਦੇਖੋ ਉਹ ਬੜੀ ਜ਼ੁਰਤ ਨਾਲ ਕਹਿ ਰਹੇ ਆ
ਕਿ ਸਤਿਗੁਰੂ ਨੇ ਸਾਡੀ ਖਾਤਰ ਆਪਣਾ ਆਪ ਸਭ ਕੋਈ ਕੁਰਬਾਨ ਕਰ ਦਿੱਤਾ। ਮੇਰੀ ਫਿਰ ਬੇਨਤੀ ਹੈ ਕਿ ਦੂਸਰੀ ਘਟਨਾ ਰਤਨ ਸਿੰਘ ਭੰਗੂ ਨੇ ਲਿਖੀ ਹੈ, ਬਾਬਾ ਜੀ ਦੀ ਥਾਂ ਤਾਂ ਇੱਥੇ ਵੀ ਨਾ, ਇੱਕ ਤੁਹਾਨੂੰ ਪਤਾ ਹੋਣਾ ਬਿਹਾਰ 'ਚ ਪਟਨੇ ਦੇ ਨੇੜੇ ਵੀ ਇੱਕ ਫਤਿਹਗੜ੍ਹ ਜੇ, ਮੈਂ ਫਿਰ ਕਦੀ ਸਮਾਂ ਮਿਲਿਆ ਗੱਲ ਕਰਾਂਗਾ, ਉਹਨੂੰ ਦੂਜਾ ਫਤਿਹਗੜ੍ਹ ਕਹਿੰਦੇ ਆ, ਹੈ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹੀ ਉਹ। ਹੁਣ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦਿੱਤੀ, ਚਲੋ ਇਤਿਹਾਸ ਵਿੱਚ ਕਿਹਾ ਜਾਂਦਾ 22 ਦਿਨ ਜ਼ਿਕਰ ਕੀਤਾ ਜਾਂਦਾ ਖੋਪਰੀ ਤੋਂ ਬਿਨਾਂ ਭਾਈ ਸਾਹਿਬ ਰਹੇ। ਬਸ ਇੰਨੀ ਗੱਲ ਅਸੀਂ ਲੁਕਾ ਜਾਂਦੇ ਹਾਂ ਜੀ, ਜਦੋਂ ਜਦੋਂ ਭਾਈ ਸਾਹਿਬ ਨੂੰ ਉਹਨੇ ਸ਼ਬਦ ਕਹੇ, ਜ਼ਕਰੀਏ ਨੇ ਕਿਹਾ ਵੀ ਮੈਂ ਤੇਰੇ ਕੇਸ ਜਿਹੜੇ ਨੇ, ਜਦੋਂ ਵਾਰ ਵਾਰ ਤੂੰ ਕਹਿ ਰਿਹਾ ਮੇਰੀ ਕਿਸੇ ਸਿੱਖੀ ਕੇਸਾਂ ਨਾਲ ਲਿਵੇ ਕੇਸਾਂ ਨਾਲ ਲਿਵੇ, ਮੈਂ ਛਿੱਤਰ ਮਾਰ ਕੇ ਜੁੱਤੀ ਮਾਰ ਕੇ ਕਿਹਾ ਸੀ ਨਾ ਭਾਈ ਸਾਹਿਬ ਜੀ ਦੇ ਕੇਸਾਂ ਲਈ ਸ਼ਬਦ ਵਰਤੇ, ਜੁੱਤੀ ਮਾਰ ਕੇ ਉਡਾਵਾਂਗਾ। ਬਸ ਯਾਦ ਰੱਖਿਓ ਉਹ ਕਿਰਤੀ ਸਿੱਖ ਸੀ, ਬੰਦਗੀ ਵਾਲਾ ਸਿੱਖ ਸੀ, ਸਿੱਖਾਂ ਦੀ ਸੇਵਾ ਲੰਗਰ ਨਾਲ ਕਰਦਾ ਸੀ। ਉਹਨਾਂ ਨੇ ਇੱਕੋ ਗੱਲ ਕਹੀ, ਉਹ ਕੇਸਗੜ੍ਹ ਗੁਰੂ ਗੋਬਿੰਦ ਸਿੰਘ ਜੀ ਦੀ ਮੋਰਖ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦਾਤ ਇਹਦੇ ਲਈ ਜੁੱਤੀ ਦੀ ਗੱਲ ਕਰਨਾ। ਯਾਦ ਰੱਖੀ ਤੂੰ ਮੇਰੀ ਖੋਪੜੀ ਲਾਈ ਹੈ, ਇਸ ਕਰਕੇ ਲਾਹਣ ਲੱਗਿਆ ਮੇਰੀ ਮੌਤ ਹੋ ਜਾਏ, ਪਰ ਮੈਂ ਤੈਨੂੰ ਚੈਲੰਜ ਕਰਨਾ, ਮੈਂ ਉਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਜੁੱਤੀ ਅੱਗੇ ਤੈਨੂੰ ਲਾ ਕੇ ਨਹੀਂ ਜਾਂਦਾ। ਸਾਡਾ ਇਤਿਹਾਸ ਇਹੀ ਹੈ ਨਾ ਜੀ, ਮੈਂ ਕਿਹਾ ਕਥਾਵਾਚਕ ਨਹੀਂ ਸੁਣਾਉਂਦੇ ਕਿਉਂਕਿ ਨਹੀਂ, ਮੰਜੀ ਸਾਹਿਬ ਡਰਦੇ ਆ ਕਿਉਂਕਿ ਜਵਾਬ ਕੀ ਦਿਆਂਗੇ। ਯਾਦ ਰੱਖਿਓ ਇਹ ਮੇਰੀ ਤੁਹਾਡੀ ਕਹਾਣੀ ਨਹੀਂ, ਇਹ ਉਸ ਦੀ ਹੈ ਜਿਹੜਾ ਖੋਪੜੀ ਤੋਂ ਬਿਨਾਂ ਬੈਠਾ ਹੋਇਆ, ਉਸ ਦੀ ਤੁਲਨਾ ਆਪਣੇ ਨਾਲ ਨਾ ਕਰੀਏ। ਉਹਨਾਂ ਕਿਹਾ ਮੈਂ ਤੈਨੂੰ ਆਪਣੇ ਅੱਗੇ ਲਾ ਕੇ ਲਿਜਾਊਂਗਾ। ਸੱਚਮੁੱਚ ਸਾਡਾ ਇਤਿਹਾਸ ਕਹਿੰਦਾ ਕਿ ਜ਼ਕਰੀਏ ਨੂੰ ਪਿਆ ਹੋਇਆ ਬੰਨ ਪਿਸ਼ਾਬ ਦਾ, ਭਾਈ ਸਾਹਿਬ ਦੀ ਜੁੱਤੀ ਸਿਰ 'ਤੇ ਵੱਜਦੀ ਸੀ। ਰਤਨ ਸਿੰਘ ਭੰਗੂ ਨੇ ਤੇ ਹੋਰ ਵੀ ਕਿਹਾ ਕਿ ਉਹ ਜੁੱਤੀ ਗਵਾਚ ਗਈ, ਦੁਬਾਰਾ ਜੁੱਤੀ ਲਿਆਂਦੀ, ਜੁੱਤੀ ਪੈਰਾਂ 'ਚ ਪਾ ਕੇ ਫਿਰ ਮਾਰੀ, ਉਹਦੀ ਮੌਤ ਹੋਈ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਨੇ ਜਦੋਂ ਚਲਾਣਾ ਕੀਤਾ, ਜਿੱਦਣ ਸ਼ਹੀਦ ਹੋਏ, ਉਹਨਾਂ ਨੇ ਇੱਕ ਸ਼ਬਦ ਕਿਹਾ ਸੀ, ਬੜੇ ਬੈਰਾਗਮੀ ਸ਼ਬਦ ਨੇ, ਮੈਂ ਹੁਣ ਜਾਣ ਲੱਗਾ ਪਰ ਮੈਂ ਇਸ਼ਨਾਨ ਕਰਨਾ ਹੈ, ਸੁਧਾ ਸਰ ਦਾ ਜਲ ਲਿਆ ਦਿਓ। ਅੰਮ੍ਰਿਤਸਰ ਦਾ ਜਲ ਲਿਆ ਕੇ ਭਾਈ ਸਾਹਿਬ ਨੂੰ ਇਸ਼ਨਾਨ ਕਰਾਇਆ ਗਿਆ, ਜਪਜੀ ਸਾਹਿਬ ਦਾ ਪਾਠ ਕੀਤਾ, ਪੰਜ ਸਿੰਘਾਂ ਨੇ ਅਰਦਾਸ ਕੀਤੀ। ਜਦੋਂ ਅਰਦਾਸ ਕਰਕੇ ਮੱਥਾ ਟੇਕਿਆ, ਭਾਈ ਸਾਹਿਬ ਸ਼ਹਾਦਤ ਦਾ ਜਾਮ ਪੀ ਗਏ। ਕਵੀ ਰਤਨ ਸਿੰਘ ਭੰਗੂ ਕਹਿੰਦਾ ਇਹ ਤੇਰੇ ਭਾਈ ਸਾਹਿਬ ਜੀ ਦਾ ਸਰੀਰ ਦਾ ਸੰਸਕਾਰ ਹੋ ਰਿਹਾ ਸੀ, ਅੰਦਰ ਵਾਲਾ ਅਡੋਲ ਭਾਈ ਤਾਰੂ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰ ਬਾਬਾ ਫਤਿਹ ਸਿੰਘ ਦਾ ਪਹਿਰੇਦਾਰ ਬਣਾ ਦਿੱਤਾ। ਦੇਖੋ ਉਸ ਬੰਦੇ ਦੀ ਉਡਾਰੀ, ਕਹਿੰਦਾ ਭਾਈ ਤਾਰੂ ਸਿੰਘ ਜੀ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਬਾਬਾ ਫਤਿਹ ਸਿੰਘ ਜੀ ਦਾ ਉਹਨਾਂ ਡਿਊੜੀਦਾਰ ਬਣਾ ਦਿੱਤਾ। ਮੈਂ ਤਾਂ ਬੇਨਤੀ ਕੀਤੀ ਕਿ ਬਾਬਾ ਫਤਿਹ ਸਿੰਘ ਜੀ ਇਸ ਨੀਆਂ 'ਚ ਜਿਹੜਾ ਚਿਣਕ ਨਿਕਲੀ, ਮਹਾਰਾਜ ਨੇ ਐਵੇਂ ਸ਼ਬਦ ਨਹੀਂ ਵਰਤਿਆ, ਮੈਂ ਕੱਲ੍ਹ ਵੀ ਕਿਹਾ ਸੀ ਕਿ ਆਤਿਸ਼ ਦਮਾਰਾ ਫਰੋਜ਼ਾ ਕੁਨੀ, ਉਹ ਚੰਗਿਆੜੀ ਸ਼ਬਦ ਵਰਤਿਆ ਹੈ, ਪਰ ਨਾਲ ਇੱਕ ਕਹਿ ਦਿੱਤਾ ਚੰਗਿਆੜੀ ਤੂੰ ਬੁਝਾਉਣ ਦਾ ਯਤਨ ਕੀਤਾ, ਭਾਂਬੜ ਬੋਲ ਗਿਆ। ਇਹਨਾਂ ਦਾ ਜੀਵਨ ਪਿਆਰੋ ਚੰਗਿਆੜੀ ਸੀ ਜਿਹੜਾ ਅੱਜ ਵੀ ਭਾਂਬੜ ਬਣਦਾ ਹੈ। ਫਿਰ ਅਰਜ ਗਏ ਇੱਥੇ ਸ਼ਬਦ ਅੰਮ੍ਰਿਤ ਪੀਵੋ, ਮੈਂ ਚਲੋ ਇਸ ਵਿਸ਼ੇ ਸੰਬੰਧੀ ਨਹੀਂ ਕਹਾਂਗਾ, ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਦਾਤ ਹੈ। ਅੱਜ ਇਹ ਵੀ ਕਿਹਾ ਗਿਆ ਵੀ ਜ਼ਰੂਰ ਜ਼ਿਕਰ ਕਰਿਆ ਜੇ ਕਿ ਧਰਮ ਕਨਵਰਟ ਕਰਨ ਦਾ ਬੜਾ ਚੱਲ ਰਿਹਾ ਜੀ, ਸਾਰੇ ਲੋਕ ਘਰਾਂ 'ਚ ਬੈਠੇ ਸੁਣਦੇ ਆ। ਇੱਕ ਮੈਂ ਤੁਹਾਨੂੰ ਬੇਨਤੀ ਕਰਦੇ ਹਾਂ, ਜਿਹੜਾ ਬੰਦਾ ਪੈਸੇ ਪਿੱਛੇ ਧਰਮ ਕਨਵਰਟ ਕਰ ਰਿਹਾ ਨਾ, ਉਹ ਧਰਮੀ ਨਹੀਂ ਹੋ ਸਕਦਾ। ਜਿਹੜੀ ਚੀਜ਼ ਨੂੰ ਪੈਸਾ ਖਿੱਚ ਕੇ ਲੈ ਜਾਓ, ਰੂਹਾਨੀਅਤ ਨਹੀਂ ਹੋ ਸਕਦੀ। ਦੂਜੀ ਗੱਲ, ਜਦੋਂ ਕਿਸੇ ਅੰਦਰ ਧਰਮ ਦੀ ਚਿਣਗ ਪੈਦਾ ਹੁੰਦੀ ਹੈ, ਦੁਨੀਆਂ ਭਰ ਦੇ ਡਰਾਵੇ ਅਤੇ ਦੁਨੀਆਂ ਭਰ ਦੀ ਦੌਲਤ ਉਹਨੂੰ ਕਦੀ ਪ੍ਰਭਾਵਿਤ ਨਹੀਂ ਕਰ ਸਕਦੀ। ਮੈਂ ਆਪ ਜੀ ਨੂੰ ਇੱਕ ਬੇਨਤੀ ਕੀਤੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਅਸੀਂ ਸਾਰੇ ਕਲਬ ਵੀ ਵਰਤਨੇ,
ਕਿ ਇਕੱਲੀ ਸਾਡੀ ਸਮੱਸਿਆ ਨਹੀਂ, ਪੂਰੇ ਇਸ ਵਰਲਡ ਪਲੈਨਟ 'ਤੇ ਕਿਸੇ ਧਰਮ ਧਰਮ ਉੱਤੇ ਸਿਆਸਤ ਆ ਵੀ ਹੋਗੀ, ਧਰਮ ਉੱਤੇ ਸਿਆਸਤ ਆ ਵੀ ਹੋਗੀ, ਨਹੀਂ ਪਿਆਰਿਓ ਝੂਠ ਹੈ। ਸਿਸਟਮ ਉੱਤੇ ਸਿਆਸਤ ਹਾਵੀ ਹੋ ਜਾਂਦੀ ਹੈ, ਧਰਮ ਉੱਤੇ ਕਦੀ ਸਿਆਸਤ ਨਹੀਂ ਹਾਵੀ ਹੁੰਦੀ। ਫਿਰ ਲਫ਼ਜ਼ ਸੁਣਿਓ, ਧਰਮ ਉੱਤੇ ਸਿਆਸਤ ਹਾਵੀ ਹੋ ਜੂਗੀ, ਸਿਸਟਮ 'ਤੇ ਹੋ ਸਕਦੀ ਹੈ, ਪ੍ਰਬੰਧ 'ਤੇ ਹੋ ਸਕਦੀ ਹੈ। ਫਿਰ ਅਰ ਸੁਣੋ, ਇੱਥੇ ਸਿਆਸਤ ਹੋਈ ਹੈ, ਇਸ ਕਿਲੇ ਦੇ ਵਿੱਚ ਰਾਜਨੀਤੀ ਖੇਡੀ ਗਈ। ਠੰਡੇ ਬੁਰਜ ਤੋਂ ਸਾਹਿਬਜ਼ਾਦੇ ਆਉਂਦੇ ਪਏ ਆ, ਸਿਆਸਤ ਇਹ ਖੇਡੀ ਗਈ, ਵੱਡਾ ਦਰਵਾਜ਼ਾ ਬੰਦ ਕਰ ਦਿੱਤਾ, ਛੋਟੀ ਖਿੜਕੀ ਖੋਲ੍ਹ ਦਿੱਤੀ, ਆਖਿਰ ਤਾਂ ਨੀਤੀ ਸੀ ਨਾ। ਸਿਆਸਤ ਖੇਡੀ ਵੀ ਬੱਚਿਆਂ ਦੇ ਬਾਬਿਆਂ ਦੇ ਸਿਰ ਝੁੱਕ ਜਾਣਗੇ। ਯਾਦ ਰੱਖਿਓ, ਉੱਥੇ ਧਰਮ ਜਿੱਤ ਗਿਆ ਅਤੇ ਉਹ ਜਿਹੜੀ ਰਾਜਨੀਤੀ ਕਰੂਰਤਾ ਵਾਲੀ ਸੀ ਉਹ ਹਾਰ ਗਈ। ਸਾਹਿਬਜ਼ਾਦਿਆਂ ਨੇ ਸ਼ੀਸ਼ ਨਹੀਂ ਝੁਕਾਇਆ। ਦੂਜੀ ਬੇਨਤੀ, ਚਾਂਦਨੀ ਚੌਂਕ ਹੈ, ਉੱਥੇ ਸਿਆਸਤੀ ਹੈ ਨਾ ਜੀ, ਸਿਆਸਤੀ ਤਾਂ ਹਾਵੀ ਹੋਣ ਲਈ ਕਹਿ ਰਹੀ ਹੈ ਵੀ ਤੁਹਾਨੂੰ ਆਹ ਕੁਝ ਦਿਆਂਗੇ, ਆਹ ਕੁਝ ਜਾਵਾਂਗੇ, ਜਿਹੜਾ ਦਿਨ ਆ ਰਿਹਾ। ਮੇਰੀ ਫਿਰ ਬੇਨਤੀ ਹੈ ਪਿਆਰਿਓ, ਉਸ ਚਾਂਦਨੀ ਚੌਂਕ ਵਿੱਚ ਸਿਆਸਤ ਨੇ ਡਰਾਵੇ ਵੀ ਦਿੱਤੇ, ਲਾਲਚ ਵੀ ਦਿੱਤੇ, ਪਰ ਜਿਹਦੇ ਅੰਦਰ ਧਰਮ ਸੀ ਨਾ, ਉੱਥੇ ਸਿਆਸਤ ਖਤਮ ਹੋ ਗਈ, ਧਰਮ ਜਿੱਤ ਗਿਆ ਹੈ। ਮੇਰੀ ਸ਼ਾਇਦ ਇਸ ਗੱਲ ਤੋਂ ਤੁਸੀਂ ਬੁਰਾ ਨਾ ਮਨਾਇਓ, ਧਰਮੀ ਬੰਦਾ ਇੱਕ ਵੀ ਪੈਦਾ ਹੋ ਜਾਏ, ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜ਼ਿਕਰ ਕਰਨੇ ਆ ਨਾ ਜੀ, ਪਰ ਯਾਦ ਰੱਖਿਓ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਕੌਮ ਵਿੱਚ ਪੈਦਾ ਹੋਈਆਂ ਸ਼ਖਸੀਅਤਾਂ ਹੀ ਕੌਮ ਨੂੰ ਬਦਲ ਕੇ ਜਾਂਦੀਆਂ ਹੁੰਦੀਆਂ ਨੇ। ਜੇ ਕਿਸੇ ਅੰਦਰ ਧਰਮ ਪੈਦਾ ਹੋ ਗਿਆ, ਸੱਚਮੁੱਚ ਉਹ ਬਦਲ ਦਿੰਦਾ ਹੈ। ਮਹਾਰਾਜ ਜੀ ਨੇ ਕਿਹਾ, ਮਾਤਾ ਨੇ ਕਿਹਾ, ਪੁੱਤਰ ਤੂੰ ਅੰਮ੍ਰਿਤ ਪੀ ਅਤੇ ਅੰਮ੍ਰਿਤ ਪੀ ਕੇ ਸਦਾ ਕਾਲ ਵਾਸਤੇ ਜੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਪਿਆਰਿਓ ਮੈਂ ਕੱਲ੍ਹ ਵੀ ਕਿਹਾ, ਅੰਮ੍ਰਿਤ ਛਕਣ ਵਾਲਿਆਂ ਵਿੱਚ ਉਦੋਂ ਕਿ ਬਾਬਾ ਜੀ ਦਾ ਜਨਮ ਬਿਲਕੁਲ ਛੋਟੇ ਸਨ ਬਾਬਾ ਫਤਿਹ ਸਿੰਘ ਜੀ। ਚਲੋ ਮੈਂ ਡੇਟ ਦਾ ਜ਼ਿਕਰ ਤਾਂ ਨਹੀਂ ਕਰ ਰਿਹਾ, ਮੈਨੂੰ ਪਤਾ ਤੁਹਾਨੂੰ ਸਭ ਨੂੰ ਪਤਾ ਇਸ ਡੇਟ ਸੰਬੰਧੀ, ਪਰ ਸਭ ਤੋਂ ਛੋਟੇ ਨੇ ਅੰਮ੍ਰਿਤ ਛਕਣ ਵਾਲੇ। ਗੁਰੂ ਸਾਹਿਬ ਜੀ ਨੇ ਗੱਲ ਕਹੀ, ਜਿਹੜੇ ਆਪਾਂ ਕਹਿੰਦੇ ਹਾਂ ਜੀ ਮੇਰੀਆਂ ਬਾਕੀ ਸਾਰੀਆਂ ਰਹਿਤਾਂ ਹੈਗੀਆਂ ਨੇ, ਮੈਂ ਝੂਠ ਨਹੀਂ ਬੋਲਦਾ, ਕੁਝ ਖਾਂਦਾ ਪੀਂਦਾ ਨਹੀਂ, ਉਂਝ ਕਕਾਰ ਨਹੀਂ ਪਾਇਆ, ਅੰਮ੍ਰਿਤ ਨਹੀਂ ਛਕਿਆ, ਬਾਕੀ ਸਾਰੀਆਂ ਰਹਿਤਾਂ ਨੇ, ਚੇਤੇ ਰੱਖਿਓ, ਪਹਿਲੀ ਰਹਿਤ ਹੀ ਅੰਮ੍ਰਿਤ ਛਕਣਾ ਹੈ। ਪ੍ਰਥਮ ਰਹਿਤ ਇਹ ਯਾਨ, ਉਹ ਥੋੜ੍ਹਾ ਕਿਹਾ ਵੀ ਕੇਸ ਰੱਖ ਲਈ, ਅਤੇ ਜੇ ਕੇਸ ਅੰਮ੍ਰਿਤ ਤੋਂ ਬਿਨਾਂ ਰੱਖੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਕਹੇ, ਧਰੇ ਕੇਸ ਪੌਲ ਬਿਨਾਂ ਭੇਖੀ ਮੂੜਾ ਸਿੱਖ, ਇਹ ਮੂਰਖ ਸ਼ਬਦ ਸਿੱਖ ਵਰਤਿਆ। ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਛਕੈ, ਉਹ ਮੇਰਾ ਸਿੱਖ ਜਿਹੜਾ ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਦਾ, ਖੰਡੇ ਦੀ ਪੌਲ ਲੈਂਦਾ ਹੈ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ, ਪੁੱਤਰ ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ। ਮੈਂ ਫਿਰ ਬੇਨਤੀ ਥੋੜ੍ਹੇ ਅਰਥ ਕਰਕੇ, ਸਮਾਂ ਤੁਹਾਡਾ ਕਾਫੀ ਜ਼ਿਆਦਾ ਲੈ ਲਿਆ, ਤੁਸੀਂ ਟਿਕਾਅ ਬਣਾਇਆ, ਸਦਾ ਚਿਰ ਜੀਵੋ ਕੀ ਹੈ, ਥੋੜ੍ਹਾ ਸਮਾਂ ਵਿਸਤਾਰ ਕਰਦਾ। ਹੁਣ ਬਾਬਾ ਜੀ ਸਿਰਫ 7 ਸਾਲ ਦੀ ਉਮਰ ਹੈ, ਮੈਂ ਸੋਚ ਰਿਹਾ ਸਾਂ ਗੁਰੂ ਹਰਕ੍ਰਿਸ਼ਨ ਸਾਹਿਬ 8 ਸਾਲ ਦੀ ਉਮਰ, ਬਸ ਇੰਨੀ ਹੈ ਜੀ। ਬਾਬਾ ਜੀ 7 ਸਾਲ ਦੀ ਉਮਰ, ਬਾਬਾ ਜ਼ੋਰਾਵਰ ਸਿੰਘ ਜੀ 9 ਸਾਲ ਦੀ ਉਮਰ, ਸਾਡੇ ਕਥਾ ਵਾਲਿਆਂ ਵਾਸਤੇ 7 ਸਾਲ ਹੈ। ਮੈਂ ਅਰਜ਼ ਕੀਤੀ, ਉਸ ਥੋੜ੍ਹੀ ਜੀ ਇਸ ਮ੍ਰਿਤ ਮੰਡਲ ਦੀ ਜ਼ਿੰਦਗੀ ਵਿੱਚੋਂ ਜਿਹੜੀ ਰੂਹਾਨੀ ਜ਼ਿੰਦਗੀ ਨਿਕਲੀ ਹੈ, ਉਸ ਦਾ ਪਾਰਾਵਾਰ ਕੋਈ ਨਹੀਂ। ਇੱਕ ਤੁਕਾ ਆਪਣਾ ਸਾਂਝੀ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ 'ਚ 2 ਤੁਕਾਂ ਨੇ, ਏਕ ਨਿਮਖ ਜੋ ਸਿਮਰਨ ਮੈਂ ਜੀਆ, ਤੁਸੀਂ ਪੜ੍ਹਿਆ ਨਾ, ਨਿਮਖ ਨਾ ਬਿਸਰੋ ਤੁਮ ਕੁਹਾਰਰ, ਏਕ ਨਿਮਕ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਥਿਰ ਥੀਆ। ਲਫ਼ਜ਼ ਨੂੰ ਕੋਟ ਲਾਖ ਸਦਾ, ਕਹਿਣ ਲੱਗੇ ਜਿਹੜਾ ਇੱਕ ਘੜੀ ਵੀ ਇੱਕ ਨਿਮਕ ਸਿਮਰਨ ਜੀ ਗਿਆ, ਉਸ ਜੀਵਨ ਵਿੱਚੋਂ ਉਹੋ ਜਿਹਾ ਜੀਵਨ ਨਿਕਲਦਾ ਹੈ ਜਿਸ ਜੀਵਨ ਦਾ ਮੁਕਾਬਲਾ ਲੱਖਾਂ ਸਾਲਾਂ ਦੀ ਉਮਰ ਵੀ ਨਹੀਂ ਕਰ ਸਕਦੀ। ਉਹ ਨਿਮਕ ਜ਼ਿੰਦਗੀ ਹੈ, ਜਿਹਨੂੰ ਆਪ ਜੀ ਸੁਖਮਨੀ ਸਾਹਿਬ 'ਚ ਪੜ੍ਹਦੇ ਹੋ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਉਂਝ ਵੈਸੇ ਅਸੀਂ ਸਾਰੇ ਕਿਣਕੇ ਦਾ ਅਰਥ ਥੋੜ੍ਹਾ ਕਰਨੇ ਹਾਂ ਜੀ, ਮੈਂ ਬੇਨਤੀ ਕਰ ਰਿਹਾ ਕਿਣਕੇ ਦਾ ਅਰਥ ਥੋੜ੍ਹਾ ਨਹੀਂ,
ਕਿਣਕੇ ਦਰਦ ਥੋੜ੍ਹਾ ਕਿਵੇਂ ਹੋ ਗਿਆ ਜੀ? ਆਪਾਂ ਕਹਿੰਦੇ ਕਿਣਕਾ ਮੁੱਕ ਗਿਆ, ਨਹੀਂ ਨਹੀਂ ਨਹੀਂ, ਅਸੀਂ ਜਿੰਨੇ ਬੈਠੇ ਹਾਂ ਸਾਰਾ ਇੱਕ ਕਤਰਾ ਹੀ ਹਾਂ। ਫਿਰ ਸੁਣਿਓ ਧਿਆਨ ਨਾਲ, ਕਿਣਕਾ ਇੱਕ ਜੀ ਜੀਭ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ ਦਾ ਅਰਥ ਹੈ, ਜਿੰਨੀ ਕੁ ਮੈਨੂੰ ਸਮਝ ਪਈ ਇਹਦਾ ਅਰਥ ਹੈ ਥੋੜ੍ਹਾ ਜੀ, ਇੱਕ ਅੱਧਾ ਕੁ ਸਕਿੰਟ ਵਾਹਿਗੁਰੂ ਕਿਹਾ, ਬਾਹਰ ਨਿਕਲ ਕੇ ਜੋ ਮਰਜ਼ੀ ਕਰੀ ਜਾਏ ਅਤੇ ਨਾਲ ਹੀ ਕਹੀ ਜਾਏ ਮਹਾਰਾਜ ਕਹਿ ਕੇ ਗਏ, ਕਿਣਕਾ ਇੱਕ ਜੀ ਜੀਭ ਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਉਹ ਨਹੀਂ ਪਿਆਰਿਓ, ਜਿਸ ਦਿਨ ਮੈਂ ਬੜੀ ਧੀਆਂ ਭੈਣਾਂ ਬੈਠੀਆਂ ਨੇ, ਜਿਸ ਦਿਨ ਸਾਡਾ ਜਨਮ ਹੋਇਆ ਉਸ ਤੋਂ ਪਹਿਲਾਂ ਸਿਰਫ ਇੱਕ ਕਤਰਾ ਹੈ, ਇੱਕ ਕਿਣਕਾ ਹੈ, ਉਸ ਕਿਣਕੇ ਨੂੰ ਬਿਲਕੁਲ ਛੋਟਾ ਨਾ ਸਮਝੋ, ਉਸ ਕਿਣਕੇ ਵਿੱਚੋਂ ਵਿਸਤਾਰ ਹੁੰਦਾ ਹੈ ਅਤੇ ਬੰਦਾ 70 ਸਾਲ ਤੱਕ ਜੀ ਕੇ ਜਾਂਦਾ। ਸਿਰਫ ਦੁਨਿਆਵੀ ਉਦਾਹਰਣ ਹੈ, ਬੋੜ ਦਾ ਬੀਜ ਇੱਕ ਕਿਣਕਾ ਹੈ, ਨਿੱਕਾ ਜਿਹਾ ਨਾ, ਉਸ ਨਿੱਕੇ ਜਿਹੇ ਬੀਜ ਨੂੰ ਜਿਹੜਾ ਖਸਖਸ ਦੇ ਦਾਣੇ ਨਾਲ ਵੀ, ਖਸਖਸ ਦੇ ਦਾਣੇ ਨਾਲੋਂ ਵੀ ਬਰੀਕ ਹੈ, ਵੇਖਣ ਵਾਲਾ ਕਹਿੰਦਾ ਇਹ ਨਿੱਕਾ ਜਿਹਾ ਹੋਏ, ਉਹਨੂੰ ਪਤਾ ਨਹੀਂ ਜਦੋਂ ਧਰਤੀ ਵਿੱਚ ਇਹਨੇ ਅੰਕੁਰ ਬਣਿਆ ਨਾ, ਇਹ ਹਜ਼ਾਰਾਂ ਸਾਲ ਤੱਕ ਲੋਕਾਂ ਨੂੰ ਛਾਂ ਦਏਗਾ। ਮੇਰੀ ਬੇਨਤੀ ਹੈ ਬਾਬਿਆਂ ਨੂੰ ਥੋੜ੍ਹੇ ਜੀਵਨ ਵਾਲੇ ਮਤ ਕਹੋ, ਇਹ ਉਹ ਕਿਣਕਾਂ ਅਤੇ ਉਹ ਚਿੰਗਿਆੜੀਆਂ ਨੇ ਜਿਹਨਾਂ ਰਹਿੰਦੀ ਦੁਨੀਆ ਤੱਕ ਇਹਨਾਂ ਸਿੱਖਾਂ ਬੱਚਿਆਂ ਦੇ ਵਿੱਚ ਆਪਣੀ ਅਲਖ ਜਗਾ ਕੇ ਰੱਖਣੀ ਹੈ। ਉਹ ਥੋੜ੍ਹੇ ਨਹੀਂ, ਉਹ ਸਦਾ ਚਿਰ ਜੀਓ। ਮੈਂ ਤਾਂ ਕਿਹਾ ਜੀ, ਮੈਂ ਵੇਖੋ ਇੱਕ ਨਿਮਕ, ਮੈਂ ਜਦੋਂ ਤੁਕ ਮੇਰੇ ਸਾਹਮਣੇ ਆਉਣ ਆਈ, ਇੱਕ ਨਿਮਕ ਜੋ ਸਿਮਰਨ ਮੈਂ ਜੀਆ, ਅਤੇ ਹੁਣੇ ਮੈਂ ਪ੍ਰਮਾਣ ਦਿੱਤਾ ਸਿਮਰਨ ਤੋਂ ਬਿਨਾਂ ਜੇਜ ਵਿਚਾਰੇ ਆਰ ਜਾ। ਇੱਕ ਨਿਮਕ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਕ ਸਦਾ ਥਿਰਥੀਆ, ਉਹ ਸਦਾ ਲਈ ਜਿਉਂਦਾ ਹੋ ਗਿਆ। ਅਤੇ ਕਿਹਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਅਤੇ ਸਿਮਰਨ ਪਤਾ ਕਿਹਦਾ ਕਰਨਾ? ਹਰ ਸਿਮਰਤ ਆਨੰਦ ਅਨੰਤਾ, ਉਸ ਪਰਮਾਤਮਾ ਦਾ ਸਿਮਰਨ ਕਰੀ ਜਿਹੜਾ ਅਨੰਤ ਹੈ, ਜਿਹਦਾ ਅੰਤ ਨਹੀਂ ਪੈ ਸਕਦਾ, ਜੋ ਆਨੰਦ ਦੇਣ ਵਾਲੇ ਨੇ। ਹਰ ਸਿਮਰਤ ਆਨੰਦ ਅਨੰਦਾ ਅਨੰਤਾ, ਅੱਗੇ ਰੰਗ ਤਮਾਸ਼ਾ, ਹੁਣੇ ਮੈਂ ਪਾਠ ਕਰਿਆ ਕੌਤਕ ਕੋੜ ਤਮਾਸ਼ਿਆਂ, ਇੱਥੇ ਰੰਗ ਤਮਾਸ਼ਾ। ਕਹਿਣ ਲੱਗੇ ਮੇਰੇ ਬੱਚਿਆ, ਨਿਆਣਿਆਂ ਦਾ ਧਿਆਨ ਤਮਾਸ਼ਿਆਂ ਵੱਲ ਜਾਂਦਾ, ਖੇਡਾਂ ਵੱਲ ਜਾਂਦਾ, ਉਹ ਤਮਾਸ਼ਿਆਂ 'ਚ ਮਗਨ ਰਹਿੰਦੇ ਨੇ। ਅੱਜ ਵੀ ਇਸ ਤਰ੍ਹਾਂ ਦੀ ਨਿੱਕੇ ਨਿੱਕੇ ਬੱਚੇ, ਹੁਣ ਗੁੱਲੀ ਡੰਡਾ ਤਾਂ ਹੈ ਕੋਈ ਨਹੀਂ, ਹਾਂਜੀ, ਨਾ ਕਿ ਉਹ ਗੇਂਦਾਂ ਨਾਲ ਕੋਈ ਖੇਡਦਾ, ਨਾ ਕੋਈ ਘੋੜਾ ਕਬੱਡੀ ਖੇਡਦਾ, ਨਾ ਕੋਈ ਹੋਰ, ਅੱਜ ਤਾਂ ਸਿਰਫ ਆ ਗੇਮਾਂ ਹੀ ਨੇ ਨਾ, ਇਹੀ ਤਮਾਸ਼ੇ ਨੇ। ਗੁਰੂ ਸਾਹਿਬ ਨੇ ਕਿਹਾ ਰੰਗ ਤਮਾਸ਼ਾ ਪੂਰਨ ਆਸਾ। ਫਿਰ ਸੁਣਿਓ ਅਰਥ ਬਹੁਤ ਕਮਾਲ ਦੇ ਨੇ ਇੱਥੇ। ਰੰਗ ਦਾ ਇੱਕ ਅਰਥ ਹੁੰਦਾ ਹੈ ਕਾਲਾ ਪੀਲਾ, ਲਾਲ ਰੰਗ ਤਿਸਕੋ ਲੱਗਾ, ਉਹ ਰੰਗ ਦਾ ਅਰਥ ਦੂਸਰਾ। ਇੱਥੇ ਰੰਗ ਤਮਾਸ਼ਾ, ਰੰਗ ਦਾ ਅਰਥ ਪ੍ਰੇਮ। ਮੇਰੇ ਬੱਚਿਆਂ, ਜਿਹੜਾ ਬੱਚਿਆਂ ਨੂੰ ਤਮਾਸ਼ੇ ਵੇਖ ਕੇ ਆਨੰਦ ਆਉਂਦਾ ਹੈ, ਤੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਪ੍ਰੇਮ ਪੈਦਾ ਹੋ ਜਾਏ, ਇਦੂ ਵੱਡਾ ਤਮਾਸ਼ਾ ਕੋਈ। ਰੰਗ ਤਮਾਸ਼ਾ, ਜਦੋਂ ਇਹ ਰੰਗ ਲੱਗ ਜਾਏ ਪੂਰਨ ਆਸਾ, ਤੇਰੀ ਹਰ ਆਸ ਪੂਰੀ ਹੋਵੇ। ਮਹਾਰਾਜ ਕਹਿ ਰਹੇ ਨੇ ਕਬੈ ਨਾ ਵਿਆਪੈ ਚਿੰਤਾ ਤੈਨੂੰ, ਜ਼ਿੰਦਗੀ ਵਿੱਚ ਕਦੇ ਵੀ ਚਿੰਤਾ ਨਾ ਵਿਆਪੇ। ਹੁਣ ਅਖੀਰਲੀਆਂ ਤੁਕਾਂ ਜਿਹੜੀਆਂ ਭਾਈ ਸਾਹਿਬ ਨੇ ਪੜ੍ਹੀਆਂ, ਮੇਰਾ ਖਿਆਲ, ਮੈਂ ਕਿਸੇ ਦੀ ਗੱਲ ਨਹੀਂ, ਆਪਾਂ ਮੈਂ ਫਿਰ ਬੇਨਤੀ ਕਰਾਂਗਾ, ਇੱਕ ਜ਼ਿੰਦਗੀ 'ਚ ਚੇਤੇ ਰੱਖੋ, ਜਿਹੜੀ ਗੱਲ ਜਿਹੜੀ ਸਤਿਗੁਰਾਂ ਨੇ ਸਾਨੂੰ ਕਹੀ ਨਾ, ਸੱਚੀ ਮੁੱਚੀ ਅਸੀਂ ਬਿਲਕੁਲ ਨਹੀਂ ਕਮਾਉਂਦੇ। ਅਰਦਾਸ ਵਿੱਚ ਕਿਤੇ ਤੁਸੀਂ ਪੜ੍ਹਿਆ ਵੀ ਜਿਹਨੇ ਸਾਰੀ ਜ਼ਿੰਦਗੀ ਨਿੰਦਿਆ ਕੀਤੀ ਉਹਦਾ ਧਿਆਨ ਧਰੋ, ਕਿਤੇ ਆਉਂਦਾ ਜੀ? ਅਰਦਾਸ 'ਚ ਆਉਂਦਾ ਹੈ ਜਿਸ ਬੰਦੇ ਨੇ ਦੇਖ ਕੇ ਆਡਿਟ ਕੀਤਾ ਉਹਨਾਂ ਦੀ ਕਮਾਈ ਦਾ ਧਿਆਨ ਧਰੋ। ਬੱਚਾ ਕਿਸੇ ਦਾ ਵੀ ਹੋਵੇ, ਮੇਰੀ ਬੇਨਤੀ ਹੈ, ਪੁੱਤਰ ਹੋਵੇ ਧੀ ਹੋਵੇ, ਕਿਸੇ ਦੇ ਤਿਲਕੇ ਹੋਏ ਬੱਚੇ ਨੂੰ ਵੇਖ ਕੇ ਕਦੀ ਮਜ਼ਾਕ ਨਾ ਉਡਾਓ, ਮੇਰੀ ਫਿਰ ਬੇਨਤੀ ਹੈ। ਕਿਉਂਕਿ ਅਗਲੀਆਂ ਜਿਹੜੀਆਂ ਤੁਕਾਂ ਨੇ ਉਹ ਬੜੀਆਂ, ਉਹ ਤਾਂ ਅੱਜ ਦੇ ਬੱਚਿਆਂ ਲਈ ਜਿਹੜਾ ਆਹ ਗਿਆਨ ਨੇ, ਅਗਲੀਆਂ ਤੁਕਾਂ ਆਪਾਂ ਅੱਜ ਮਜ਼ਾਕ ਉਡਾਉਂਦੇ ਹਾਂ। ਅਤੇ ਇੱਕ ਗੱਲ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ, ਹਰ ਕੰਮ ਦਾ, ਹਰ ਕਰਮ ਦਾ ਪ੍ਰਤੀਕਰਮ ਹੈ ਜੀ।
ਅੱਜ ਮੈਂ ਕਰਨਾ ਪਿਆ ਨਾ, ਦਿਨ ਕੁਝ ਪੈਣੇ ਨੇ ਬਸ ਆਉਣ ਵਾਲਾ ਮੇਰੇ ਕੋਲ। ਜੋ ਕਰਮ ਅਸੀਂ ਕਰ ਰਹੇ ਹਾਂ ਹਰ ਕਰਮ ਦਾ ਪ੍ਰਤੀਕਰਮ ਹੈ। ਅੱਜ ਕਿ ਨਹੀਂ ਨਹੀਂ ਜੀ, ਕੋਈ ਗੱਲ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ 'ਚ ਕਿਹਾ, ਚੇਤੇ ਰੱਖੀ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ, ਜਾਂ ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾਂ ਆਪਣਿਆਂ। ਇਹ ਪ੍ਰਤੀਕਰਮ ਨਹੀਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਸ਼ਾਇਦ ਮੈਂ ਇੱਥੇ ਇਹ ਸੁਣਾਈ ਸਿਆ, ਚਲੋ ਖੁਸ਼ੀ ਦਾ ਮਾਹੌਲ ਵੀ ਹੈ ਨਾ ਜੀ। ਮੈਂ ਸੌਖੀ ਸੌਖੀ ਜੀ ਇੱਕ ਕਹਾਣੀ ਹੈ, ਜੇ ਸੁਣਾਈ ਹੋਵੇ ਖਿਮਾ ਕਰਦੇ ਆ ਜੇ। ਵੀ ਇੱਕ ਆਦਮੀ ਕੰਮ ਕਰ ਰਿਹਾ, ਦਫ਼ਤਰ ਵਿੱਚ ਉਹਦੇ ਬੌਸ ਨੇ ਉਹਨੂੰ ਝਿੜਕ ਦਿੱਤਾ, ਮਾੜਾ ਵੀ ਬੋਲਿਆ ਅਤੇ ਥੱਪੜ ਮਾਰ ਦਿੱਤਾ। ਉਹ ਸਾਹਮਣੇ ਤਾਂ ਕੁਝ ਨਹੀਂ ਕਰ ਸਕਿਆ, ਉਹ ਚੁੱਪ ਕਰਕੇ ਵਾਪਸ ਆਇਆ। ਉਹਨੇ ਆਉਂਦਿਆਂ ਸਾਰ, ਉਹ ਕਰਮ ਸੀ ਨਾ ਉਹਨੇ ਮਾਲਕ ਨੇ ਕੀਤਾ, ਉਹਨੇ ਆਉਂਦਿਆਂ ਸਾਰ ਆਪਣੇ ਘਰੋਂ ਬੀਬੀ ਉਹਦੇ ਉੱਤੇ ਹੱਥ ਚੁੱਕ ਲਿਆ। ਹੁਣ ਉਹ ਵਿਚਾਰੀ ਅੱਗੋਂ ਕੀ ਬੋਲਣਾ ਸੀ, ਉਹ ਵੱਡਾ ਮੁੰਡਾ ਘਰ ਆਇਆ, ਉਹਨੇ ਵੱਡੇ ਮੁੰਡੇ ਨੂੰ ਕੁੱਟ ਕੱਢਿਆ। ਉਹ ਵੱਡੇ ਦਾ ਮਾਂ ਅੱਗੇ ਕੀ ਪੇਸ਼ ਚੱਲਣਾ ਸੀ, ਉਹ ਨਿੱਕਾ ਬਾਹਰੋਂ ਆਇਆ, ਉਹਨੇ ਨਿੱਕੇ ਨੂੰ ਚਪੇੜ ਮਾਰਤੀ। ਹੁਣ ਨਿੱਕਾ ਵਹਿੰਦਾ ਵੀ ਸਾਰੇ ਤਾਂ ਵੱਡੇ ਨੇ, ਉਹ ਨਿੱਕੇ ਨੂੰ ਚਪੇੜ ਵੱਜੀ, ਉਹ ਰੀ ਕਰਦਾ ਨਾ ਰੋਂਦਾ, ਇੱਕੋ ਦਮ ਗਲੀ 'ਚ ਬਾਹਰ ਨਿਕਲ ਗਿਆ। ਬਾਹਰ ਸੁੱਤਾ ਸੀ ਕੁੱਤਾ, ਉਹਦੀ ਹੋਰ ਕੁਝ ਨਹੀਂ ਪੇਸ਼ ਗਈ, ਉਹਨੇ ਸੁੱਤੇ ਕੁੱਤੇ ਦੇ ਢੇਡੂ 'ਤੇ ਲੱਤ ਜਾ ਮਾਰੀ। ਜਦੋਂ ਕੁੱਤੇ ਨੂੰ ਲੱਤ ਮਾਰੀ, ਕੁੱਤਾ ਉੱਠਿਆ। ਇੰਨੀ ਦੇਰ ਨੂੰ ਗਲੇ 'ਚ ਗਲੀ 'ਚ ਬੰਦਾ ਲੰਘਿਆ ਜਾਂਦਾ ਸੀ, ਕੁੱਤਾ ਉੱਠਿਆ, ਉਹਨੇ ਲੰਘਦੇ ਹੋਏ ਬੰਦੇ ਨੂੰ ਚੱਕ 'ਚਾ ਮਾਰਿਆ, ਉਹਦੀ ਲੱਤ ਵਾਲੀ, ਲੱਤ ਵੱਢ ਦਿੱਤੀ। ਉਹ ਬੰਦਾ ਪਤਾ ਕੌਣ ਸੀ? ਉਹੀ ਸੀ ਜਿਹਨੇ ਸਵੇਰੇ ਚਪੇੜ ਮਾਰੀ ਸੀ, ਯਾਦ ਰੱਖਿਓ, ਉਹੀ ਸੀ ਜਿਹਨੇ ਸਵੇਰੇ ਚਪੇੜ ਮਾਰੀ, ਜਿਹੜਾ ਕਰਮ ਉਹਨੇ ਕੀਤਾ। ਸਿਰਫ ਕਹਾਣੀ ਹੈ, ਇਹ ਪ੍ਰਤੀਕਰਮ ਬਣੇਗਾ ਬਣੇਗਾ। ਇੱਥੇ ਸਤਿਗੁਰਾਂ ਨੇ ਅਗਲੀ ਸ਼ਬਦ ਕਿਹਾ, ਮੇਰੇ ਪੁੱਤਰ ਕਮਲ ਦਾ ਫੋਲੀ ਸੁਗੰਧੀ ਇਹਦੇ ਕੋਲ ਬਲੀ ਆ, ਤੂੰ ਇੱਕ ਕੰਮ ਕਰੀ, ਤੂੰ ਡੱਡੂ ਬਿਰਤੀ ਵਾਲਾ ਔਗਣ ਨਾ ਇਕੱਠਾ ਕਰੀ, ਰੱਬ ਮੇਰ ਕਰੀ ਤੂੰ ਭਵਰੇ ਵਰਗਾ ਬਣੀ। ਦੇਖੋ ਸ਼ਬਦ ਕਹੇ ਭਵਰ ਤੁਮਾਰਾ, ਇਹ ਮਨ ਹੋਵੋ, ਤੇਰਾ ਮਨ ਜਿਹੜਾ ਭਵਰੇ ਦੀ ਤਰ੍ਹਾਂ ਹੋਵੇ। ਹਰ ਚਰਨਾ ਹੋ ਕੌਲਾਂ, ਪਰਮਾਤਮਾ ਦੇ ਚਰਨ ਜਿਹੜੇ ਨੇ ਕਮਲ ਦਾ ਫੁੱਲ ਹੋਣ, ਤੇਰਾ ਜਿਹੜਾ ਮਨ ਹੈ ਉਹ ਭਵਰੇ ਦੀ ਤਰ੍ਹਾਂ ਹੋਵੇ। ਥੋੜ੍ਹੀ ਜਿਹੀ ਬੇਨਤੀ, ਗੁਰਮੁਖੋ ਧਿਆਨ ਨਾਲ ਸੁਣਿਓ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇਹ ਪਾਣੀ। ਥੋੜ੍ਹੀ ਆਵਾਜ਼ ਘਟਾ ਹੋਏ, ਹੋਏ ਕਿਰਸਾਨ ਇਮਾਨ ਜੰਮਾਇ ਲੈ, ਭੀਸ਼ਤ ਦੋਜਕ ਮੂੜੇ ਬਿਜਾਣੀ। ਉਹਦੇ ਵਿੱਚ ਹਜ਼ੂਰ ਦੀ ਇੱਕ ਤੁਕ ਹੈ, ਉਹ ਹੈ ਐਬ ਤਨ ਚੀਕੜੋ, ਇਹ ਮਨ ਮੀਂਡ ਕੋ, ਕਮਲ ਕੀ ਸਾਰ ਨੇ ਮੂਲ ਪਾਈ। ਫਿਰ ਸੁਣਿਓ ਥੋੜ੍ਹੀ ਜਿਹੀ, ਐਬ ਤਨ ਚੀਕੜੋ, ਇਹ ਮਨ ਮੀਂਡ ਕੋ, ਕਮਲ ਕੀ ਸਾਰ ਨੇ ਮੂਲ ਪਾਈ, ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਪੂਜੈ ਜਾਂ ਨਹਿ ਬੁਝਾਈ। ਇਹ ਤੁਕਾ ਪੜ੍ਹਨੇ ਆ ਨਾ ਆਪਾਂ, ਅਰਥ ਬੜੇ ਸੌਖੇ ਨੇ ਜੀ, ਬਾਰਮੁਖੀ ਬੜੇ ਸੌਖੇ ਲੱਗਣਗੇ। ਐਬ ਤਨ ਚੀਕੜੋ, ਜਿਵੇਂ ਚਿੱਕੜ ਦੇ ਵਿੱਚ ਚਿੱਕੜ ਹੈ, ਉਹਦੇ ਵਿੱਚ ਡੱਡੂ ਹੈ। ਕਹਿਣ ਲੱਗੇ ਮੇਰਾ ਸਰੀਰ ਇਹਦੇ ਵਿੱਚ ਐਬਾਂ ਦਾ, ਵਕਾਰਾਂ ਦਾ ਚਿੱਕੜ ਪਿਆ, ਅਤੇ ਇਹ ਨਿਕੰਮਾ ਮਨ ਜਿਹੜਾ ਡੱਡੂ ਬਣ ਕੇ ਚਿੱਕੜ ਦਾ ਜਾਲਾ ਹੀ ਖਾਈ ਜਾਂਦਾ ਹੈ। ਹੁਣ ਉਸੇ ਚਿੱਕੜ ਵਿੱਚ ਮੇਰੀ ਬੇਨਤੀ ਸੁਣਿਓ, ਜਿਹਨੂੰ ਆਪਾਂ ਔਗਣ ਕਹਿੰਦੇ ਹਾਂ ਨਾ ਜੀ, ਬੰਦੇ ਦੀ ਬਿਰਤੀ ਹੋਵੇ, ਔਗਣਾਂ ਵਿੱਚੋਂ ਵੀ ਬੰਦਾ ਗੁਣ ਕੱਢ ਲੈਂਦਾ, ਉਸ ਚਿੱਕੜ ਦੇ ਵਿੱਚੋਂ ਕਮਲ ਦਾ ਫੁੱਲ ਨਿਕਲਿਆ, ਕਮਲ ਦੇ ਫੁੱਲ ਦੀ ਜੜ੍ਹ ਵਿੱਚ ਡੱਡੂ ਬੈਠਾ, ਡੱਡੂ ਚਿੱਕੜ ਖਾ ਰਿਹਾ, ਭਵਰਾ ਦੂਰੋਂ ਆਇਆ, ਉਹ ਸੁਗੰਧੀ ਲੈਂਦਾ, ਉਹ ਮਹਿਕ ਲੈ ਰਿਹਾ, ਅਤੇ ਭਵਰੇ ਦਾ ਇੱਕ ਸੁਭਾਅ ਜੇ, ਇਹਦਾ ਉਹ ਪੱਖ ਨਹੀਂ ਲੈਣਾ ਨੱਕ ਦੀ ਵਾਸ਼ ਨਾਲ,
ਇਹਦੀ ਪ੍ਰੀਤ ਦਾ ਭਵਰੇ ਨੇ ਸੁਗੰਧੀ ਲਈ ਅਤੇ ਸੁਗੰਧੀ ਲੈਣ ਤੋਂ ਬਾਅਦ ਕਦੀ ਤੁਸੀਂ ਦੇਖਿਓ ਭਵਰਾ ਫੁੱਲ ਉੱਤੇ ਪਰਿਕਰਮਾ ਕਰਕੇ ਗੁੰਜਾਰ ਪਾਉਣ ਲੱਗ ਪੈਂਦਾ, ਗੂੰਜਾ ਪਾਉਂਦਾ ਹੈ ਨਾ। ਗੁਰੂ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਭਵਰੇ ਤੂੰ ਸੁਗੰਧੀ ਲਈ ਰਸ ਤੂੰ ਮਾਣਿਆ ਅਤੇ ਰਸ ਮਾਨਣ ਵਾਲੇ ਤਾਂ ਚੁੱਪ ਕਰ ਜਾਂਦੇ, ਤੂੰ ਰੌਲਾ ਪਾਈ ਜਾਂਦਾ, ਇਹ ਗੂੰਜ ਕਿਉਂ ਪਾਉਂਦਾ ਪਿਆ? ਉਹ ਕਹਿੰਦਾ ਮੈਂ ਇਸ ਕਰਕੇ ਪਾਉਂਦਾ ਪਿਆ ਵਾਂ ਕਿ ਇਸ ਫੁੱਲ ਦੀਆਂ ਜੜ੍ਹਾਂ 'ਚ ਡੱਡੂ ਬੈਠਾ ਹੈ ਅਤੇ ਮੈਂ ਰਸ ਲੈ ਕੇ ਰੌਲਾ ਪਾ ਕੇ ਕਹਿੰਦਾ ਨਿਕੰਮਿਆਂ ਸਾਰੀ ਜ਼ਿੰਦਗੀ ਚਿੱਕੜ ਹੀ ਖਾਈ ਜਾਏਗਾ। ਉਹ ਤਾਂ ਉੱਠੋਏ ਜਿਹਦੀ ਜੜ੍ਹ 'ਚ ਚਿੱਕੜ ਖਾਣਾ ਪਿਆ ਉਹਦੇ ਸ਼ਿਖਰ ਦੇ ਉੱਤੇ ਰਸ ਭਰਿਆ ਹੋਇਆ ਹੈ। ਮਹਾਰਾਜ ਕਹਿੰਦੇ ਰੱਬ ਮਿਹਰ ਕਰੇ ਕਿ ਮੇਰੇ ਪੁੱਤਰ ਤੂੰ ਭਵਰੇ ਵਰਗਾ ਬਣੀ, ਤੂੰ ਡੱਡੂ ਵਰਗਾ ਨਹੀਂ ਬਣਨਾ। ਭਵਰ ਤੁਮਾਰਾ ਇਹ ਮਨ ਹੋਵੋ ਅਤੇ ਚਰਨ ਕਮਲ ਪਰਮਾਤਮਾ ਦੇ ਕਮਲ ਦਾ ਫੁੱਲ ਹੋਣ, ਹਰ ਚਰਨਾ ਹੋ ਕੌਲਾ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦਾ ਹੈ ਚਾਤ੍ਰਿਕ ਮੌਲਾ। ਕਹਿੰਦੇ ਨੇ ਮੈਂ ਪ੍ਰਭੂ ਦੇ ਚਰਨਾਂ 'ਚ ਇਸ ਤਰ੍ਹਾਂ ਲਿਪਟਿਆ ਹੋਇਆ, ਲਪਟਾਇਓ ਮੈਂ ਲਿਪਟਿਆ ਹੋਇਆ ਜਿਵੇਂ ਇੱਕ ਚਾਤ੍ਰਿਕ ਸਵੰਤੀ ਬੂੰਦ ਨੂੰ ਪਿਆਰ ਕਰਦਾ ਹੈ। ਮੇਰੀ ਬੇਨਤੀ ਹੈ ਜੀ, ਅੱਜ ਸ਼ਬਦ ਅਸੀਂ ਕੋਈ ਸ਼ਹਾਦਤ ਦਾ ਨਹੀਂ ਜ਼ਿਕਰ ਕੀਤਾ ਜ਼ਿਆਦਾ, ਕਿਉਂਕਿ ਤੁਸੀਂ ਇਲਾਕੇ ਨਿਵਾਸੀਆਂ ਨੇ ਕਿਹਾ ਸੀ ਵੀ ਜਨਮ ਦਿਨ ਹੈ ਅਤੇ ਮੈਂ ਜਨਮ ਦਿਨ ਦੀ ਗੱਲ ਕੀਤੀ ਹੈ। ਦੂਸਰੀ ਮੈਂ ਬੇਨਤੀ ਕੀਤੀ ਜੀ, ਮੈਂ ਫਿਰ ਗੱਲ ਮੁਕਾਵਾਂਗਾ। ਯਾਦ ਰੱਖਿਓ ਕੁਝ ਸ਼ਖਸੀਅਤਾਂ ਮਰਨ ਲੱਗਿਆਂ ਏਡਾ ਵੱਡਾ ਕਾਰਨਾਮਾ ਕਰ ਜਾਂਦੀਆਂ ਨੇ, ਉਹਨਾਂ ਦੀ ਜ਼ਿੰਦਗੀ ਦੀ ਵਿਆਖਿਆ ਕਿਸੇ ਵੀ ਪੜਾਅ 'ਤੇ ਕਰੋ, ਤੁਸੀਂ ਉਹਨਾਂ ਦੇ ਮਰਨ ਦੀ ਗੱਲ ਤੋਂ ਬਿਨਾਂ ਰਹਿ ਨਹੀਂ ਸਕਦੇ। ਇਲਾਕੇ ਨਿਵਾਸੀ ਮੇਰੀ ਬੇਨਤੀ ਹੈ ਥੋੜ੍ਹਾ ਖੁੱਲ੍ਹ ਦਿਲੇ ਨਾਲ, ਬਾਬਾ ਦੀਪ ਸਿੰਘ ਜੀ ਨੇ ਚਾਰ ਸਵਰੂਪ ਲਿਖੇ ਮਹਾਰਾਜ ਜੀ ਦੇ ਗੁਰਮੁਖੀ 'ਚ, ਅਰਬੀ ਫਾਰਸੀ ਲਿਖਿਆ। ਸ਼ਹੀਦਾਂ ਜਿੱਦਣ ਜਨਮਦਿਨ ਮਨਾਇਆ ਜਾਏਗਾ ਮੈਂ ਕਥਾ ਕਰਾਂ, ਸਿੰਘ ਸਾਹਿਬ ਕਥਾ ਕਰਨ, ਜਿਹੜਾ ਵੀ ਕਥਾ ਕਰੇਗਾ ਨਾ ਉਹ ਚਾਰ ਸਰੂਪਾਂ ਦੀ ਕਥਾ ਤਾਂ ਕਰ ਜੂਗਾ 2 ਸਕਿੰਟਾਂ 'ਚ, ਅਤੇ ਚੇਤੇ ਰੱਖੋ ਸਿਰ ਤਲੀ 'ਤੇ ਰੱਖਣ ਵਾਲੀ ਕਥਾ ਜਿਹੜੀ ਉਹ ਪੂਰੀ ਡਿਟੇਲ ਨਾਲ ਕਰੇਗਾ। ਭਾਈ ਮਨੀ ਸਿੰਘ ਜੀ ਨੇ ਸਵਰੂਪ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਇਆ। ਭਾਈ ਮਨੀ ਸਿੰਘ ਆਪ ਮਹਾਨ ਵਿਦਵਾਨ ਨੇ, ਉਹਨਾਂ ਦੀ ਜਨਮ ਸਾਖੀ, ਉਹਨਾਂ ਦੀ ਸਿੱਖਾਂ ਦੀ ਭਗਤਮਾਲ, ਉਹਨਾਂ ਦੇ ਸ਼ਬਦਾਂ ਦੇ ਅਰਥ। ਪਰ ਯਾਦ ਰੱਖਿਓ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ, ਲੋਕਾਂ ਨੂੰ ਬਹੁਤ ਘੱਟ ਪਤਾ ਉਹਨਾਂ ਦੀ ਵਿਦਵਤਾ ਕੀ ਸੀ, ਉਹਨਾਂ ਦੀਆਂ ਰਚਨਾਵਾਂ ਕਿਹੜੀਆਂ ਨੇ। ਜਿੰਨੇ ਤੁਸੀਂ ਬੈਠੇ ਹੋ, ਮੈਂ ਭਾਈ ਮਨੀ ਸਿੰਘ ਦਾ ਨਾਂ ਲਾਂਗਾ ਤੁਹਾਨੂੰ ਸਭ ਨੂੰ ਬੰਦ ਬੰਦ ਕੱਟਣਾ ਚੇਤੇ ਆ ਜਾਣਾ। ਹਾਲਾਂਕਿ ਉਹਨਾਂ ਬਾਰੇ ਇੱਕ ਕਵਿਤ ਹੈ ਜੀ, ਇਹ ਸ਼ਹੀਦ ਬਿਲਾਸ ਉਹਨਾਂ ਦੀ ਪੜ੍ਹਨ ਵਾਲੀ ਪੁਸਤਕ ਜੀ, ਜਿਹੜੇ ਸ਼ੌਕ ਰੱਖਦੇ ਆ ਮੈਂ ਉਹਨਾਂ ਲਈ ਕਿਤਾਬਾਂ ਕਹਿੰਦਾ। ਉਹ ਕਹਿੰਦੇ ਸੇਵਾ ਸੀ ਕਰੰਤ ਤੇ ਰਹੰਤ ਗੁਰਾ ਪਾ, ਸਦਾ ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਏ, ਪੜ੍ਹਦਾ ਪੜ੍ਹਾਉਂਦਾ ਤੇ ਜਿਤਾਉਂਦਾ ਨਹੀਂ ਆਪ ਤੀ ਤਾਈਂ, ਮਨ ਨੀਵਾਂ ਮਤ ਉੱਚੀ ਇਹ ਦਿਲ ਧਾਰ ਹੈ, ਹਤੀ ਜਪੀ ਤਪੀ ਸਿੱਖੀ ਸਿਦਕ ਦਾ ਪੁਤਲਾ ਸੀ, ਸਾਖੀਆਂ ਸਿਦਕ ਦੀਆਂ ਕਰਦਾ ਤਿਆਰ ਏ, ਸੇਵਾ ਹਰੀ ਇਵੇਂ ਕਿਵੇਂ ਬਰ ਬੀਤ ਗਏ ਬਰਖ ਕਈ, ਜੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ ਏ। ਕਿੱਡੀ ਗੱਲ ਕਹਿ ਦਿੱਤੀ ਜੀ, ਜਪੀ ਤਪੀ ਹਠੀ ਪੋਥੀਆਂ ਦਾ ਲਿਖਾਰੀ। ਅਤੇ ਪਿਆਰਿਓ ਇੱਥੋਂ ਜਿਹੜੀ ਚਿਨਗ ਉੱਠੀ ਨਾ, ਇਹ ਫਿਰ ਲਾਹੌਰ ਉੱਥੇ ਗਈ। ਮੈਂ ਸਿਰਫ ਥੋੜ੍ਹੀ ਜਿਹੀ ਬੇਨਤੀ ਕੀਤੀ, ਭਾਈ ਤਾਰੂ ਸਿੰਘ ਸ਼ਹੀਦ ਹੁੰਦੇ ਨੇ, ਬਾਬਾ ਫਤਿਹ ਸਿੰਘ ਜੀ ਸਾਹਮਣੇ ਨੇ, ਬਾਬਾ ਜ਼ੋਰਾਵਰ ਸਿੰਘ ਜੀ ਸਾਹਮਣੇ ਨੇ, ਭਾਈ ਸ਼ਬੇਕ ਸਿੰਘ ਦੇ ਸਾਹਮਣੇ ਚਾਰੇ ਸਾਹਿਬਜ਼ਾ ਦੇਖ ਲਓ ਉੱਤੇ ਆ। ਪਿਆਰਿਓ ਯਾਦ ਰੱਖਿਓ, ਭਾਈ ਮਨੀ ਸਿੰਘ ਜਦੋਂ ਸ਼ਹੀਦ ਹੋਣ ਲੱਗਦੇ ਆ, ਮੈਂ ਸਮਾਪਤੀ ਕਰਨ ਲੱਗਾ ਕਿ ਜਿਹੜਾ ਇਹ ਕਹਿ ਦੇਣਾ ਜੀ ਮੈਂ ਕਿਸੇ ਦੇ ਧਰਮ ਦੀ ਕੋਈ, ਮੈਂ ਮੇਰਾ ਸੁਭਾਅ ਹੈ ਜੀ ਕਿਸੇ ਦੇ ਪੋਤੜੇ ਫੋਲਣ ਦੀ ਥਾਂ ਆਪਣੇ ਗੁਰੂ ਦੀਆਂ ਇੰਨੀਆਂ ਸਿਫਤਾਂ ਕਰੋ ਅਗਲਾ ਚੇਤੇ ਵਿੱਚੋਂ ਵਿਸਰ ਜਾਏ। ਕਈ ਮੇਰੀ ਗੱਲ, ਤੁਸੀਂ ਆਗੂ ਬੈਠੇ ਹੋ, ਮੈਨੂੰ ਇਹ ਗੱਲ ਦੱਸੋ, ਸਿਆਸੀ ਤੌਰ 'ਤੇ ਲੈ ਲਓ, ਇਹਨੂੰ ਛੱਡੋ ਪਰਮਾਰ ਦੇ, ਕਿਸੇ ਪਾਰਟੀ ਨੇ ਲਾਈ ਹੋਵੇ ਸਟੇਜ ਲਾਈ ਹੋਵੇ, ਪੈਸੇ ਉਹਨੇ ਖਰਚੇ ਹੋਣ, ਸਾਊਂਡ ਉਹਦਾ ਲੱਗਾ ਹੋਵੇ, ਲਾਈਟ ਉਹਦੀ ਲੱਗੀ ਹੋਵੇ, ਅਤੇ ਪ੍ਰਚਾਰ ਦੂਜੇ ਦਾ ਕਰਜ਼ਾ ਆਪਾਂ ਕਹਾਂਗੇ ਉਹ ਫੜੋ ਇਹ ਬੰਦੇ ਨੂੰ,
ਸਾਡੇ ਵਿਰੋਧੀ ਦਾ ਪ੍ਰਚਾਰ ਕਰ ਗਿਆ। ਸਿੱਖ ਗੁਰਦੁਆਰੇ ਦਾ ਪੈਸਾ ਸਟੇਜ ਗੁਰਦੁਆਰੇ ਦੀ ਕਥਾ 15 ਮਿੰਟ, ਗੁਰੂ ਗ੍ਰੰਥ ਸਾਹਿਬ ਦੀ 45 ਮਿੰਟ ਪਖੰਡੀ ਤੇ ਬੋਲੀ ਜਾਂਦੇ। ਜਿਹਨੂੰ ਨਹੀਂ ਪਤਾ ਉਹਨੂੰ ਪਤਾ ਲੱਗ ਜਾਏ। ਗੁੱਸਾ ਨਾ ਕਰਿਓ, ਸੋ ਮੂਵਾ ਜਿਸ ਮਨੋਂ ਵਿਸਾਰੇ, ਜਿਹਨੂੰ ਮਨ ਚੋਂ ਵਿਸਾਰ ਦਿਓ ਮਰ ਜਾਂਦਾ। ਲਾਈਟਾਂ ਸਾਡੀਆਂ, ਲੰਗਰ ਸਾਡਾ, ਕੜਾਹ ਪ੍ਰਸ਼ਾਦ ਸਾਡਾ, ਤੇ ਪ੍ਰਚਾਰ ਸਰਸੇ ਵਾਲੇ ਦਾ ਹੈ ਯਾਰ। ਸਾਨੂੰ ਵੇਖ ਕੇ, ਮੈਂ ਯਾਰ ਸ਼ਬਦ ਵਰਤਿਆ ਮਾੜਾ ਨਹੀਂ ਹੈਗਾ, ਕੋਈ ਵੇਖ ਕੇ ਕਹੇਗਾ ਦੱਸੋ ਇਹਨਾਂ ਦੀ ਸਟ੍ਰੈਟਜੀ ਕੀ ਹੈ, ਇਹਨਾਂ ਦੀ ਕੀ ਸਟ੍ਰੈਟਜੀ ਹੈ। ਉਹ ਨਹੀਂ ਪਿਆਰਿਓ, ਯਾਦ ਰੱਖਿਓ ਆਪਣੇ ਗੁਰੂ ਦੀਆਂ ਇੰਨੀਆਂ ਕੁ ਸਿਫਤਾਂ ਕਰੋ, ਦੂਜਾ ਉਂਝ ਵਿਸਰ ਜਾਏ। ਜਦੋਂ ਹਿਰਦੇ ਵਿੱਚ ਗੁਰੂ ਵੱਸ ਜਾਏਗਾ, ਦੂਜਾ ਵਿਸਰੇਗਾ। ਭਾਈ ਸਾਹਿਬ, ਭਾਈ ਮਨੀ ਸਿੰਘ ਜੀ, ਮੈਂ ਬੇਨਤੀ ਕਰਾਂਗਾ, ਕਿਹੜੀ ਚੀਜ਼ ਉਹਦਾ ਸਾਹਮਣੇ ਨਹੀਂ ਆਈ? ਸਮਾਪਤੀ ਤਾਂ ਹੈ ਜੀ, ਕਿਉਂਕਿ ਅੱਜ ਮੈਂ ਇਹ ਅਰਥ ਕੀਤੇ ਨੇ ਵੀ ਜਿਹੜਾ ਇੱਥੇ ਜੀਵਨ ਜੀਆ ਗਿਆ ਉਹ ਮੁੱਕਿਆ ਨਹੀਂ, ਉਹ ਖਤਮ ਨਹੀਂ ਹੋਇਆ। ਜਨਮ ਆਨੰਦਪੁਰ ਸਾਹਿਬ ਹੋਇਆ, ਇੱਥੇ ਲਾਟ ਬਲ ਗਈ ਜੀਵਨ ਦੀ। ਇਸੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੋਤੀ ਸਰੂਪ ਨਾਂ ਰਖਾਇਆ। ਯਾਦ ਰੱਖਿਓ, ਉਹਨੂੰ ਮੜੀਆਂ ਤੇ ਸਮਾਧਾਂ ਨਹੀਂ ਕਿਹਾ। ਜੋਤੀ ਸਰੂਪ ਕਿਉਂ ਹੈ? ਜੋਤ ਕੱਲੀ ਬੁੱਝ ਜਾਂਦੀ, ਜੋਤੀ ਸਰੂਪ ਨੇ ਕਦੀ ਬੁੱਝਣਾ ਨਹੀਂ। ਉੱਥੇ ਦੋ ਚੀਜ਼ਾਂ ਨੇ, ਇੱਕ ਜੋਤ ਹੈ ਜੋ ਦਾ ਸਰੂਪ ਹੈ। ਭਾਈ ਸਾਹਿਬ, ਭਾਈ ਮਨੀ ਸਿੰਘ ਬਜ਼ੁਰਗ ਨੇ, ਬੰਦ ਬੰਦ ਕੱਟਣ ਲੱਗੇ ਆ। ਅੱਜ ਕੱਲ੍ਹ ਤਾਂ ਸੂਰਮ ਗਤੀ ਦੇ ਵੀ ਅਰਥ ਬਹੁਤ ਹੋ ਗਏ ਸਿੱਖਾਂ 'ਚ ਜੀ। ਉਸ 11ਵਾਂ ਭਰਾ ਸ਼ਹੀਦ ਹੋਣ ਲੱਗਾ ਲਾਹੌਰ, ਭਾਈ ਮਨੀ ਸਿੰਘ ਜੀ। ਅਤੇ ਮੈਂ ਸ਼ਬਦ ਉਦਣ ਕਿਹਾ ਸੀ ਚਮਕੌਰ ਸਾਹਿਬ, ਭਾਈ ਉਦੈ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਰਸਤੇ ਸ਼ਹੀਦ ਹੁੰਦੇ ਪਏ, ਭਾਈ ਅਜਬ ਸਿੰਘ ਜੀ, ਭਾਈ ਅਜੈਬ ਸਿੰਘ ਜੀ, ਭਾਈ ਅਨਕ ਸਿੰਘ ਜੀ, ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਲੱਗੇ। ਬਜ਼ੁਰਗ ਨੇ ਨਾ, ਐਂ ਦਾੜਾ ਚਿੱਟਾ, ਦਗਦਗ ਕਰਦਾ ਚਿਹਰਾ, ਗੁਰੂ ਹਰਿਰਾਏ ਸਾਹਿਬ ਦੇ ਵੇਲੇ ਦੇ ਸਿੱਖ ਨੇ, ਗੁਰੂ ਹਰਿਰਾਏ ਸਾਹਿਬ ਦੇ ਵੇਲੇ ਜਲਾਦ ਟੋਕਾ ਤਿੱਖਾ ਕਰਕੇ ਲਿਆਇਆ। ਉੱਥੇ ਕਾਜੀ ਨੇ ਬੈਠੇ ਗੱਲ ਕਹੀ, ਕਹਿੰਦਾ ਬਜ਼ੁਰਗਾ ਤੂੰ ਸਿਆਣਾ ਖੈਂ, ਸੂਝਵਾਨ ਖੈਂ, ਲਤੀਫ ਅਕਲ ਵਾਲਾ ਹੈ, ਆਹ ਦੇਈ ਨਹੀਂ ਮਿਲਣੀ ਦੁਬਾਰਾ। ਸੁਣਿਓ, ਇਹ ਦੇਈ ਦੁਬਾਰਾ ਨਹੀਂ ਮਿਲਣੀ, ਕਿਉਂਕਿ ਇਸਲਾਮ ਦਾ ਕੰਸੈਪਟ ਇਹੀ ਹੈ ਨਾ ਵੀ ਆਇਆ ਅਤੇ ਕਿਆਮਤ ਵਾਲਾ ਦਿਨ, ਇਹ ਦੇਹ ਦੁਬਾਰਾ ਨਹੀਂ ਮਿਲਣੀ। ਅਤੇ ਭਾਈ ਮਨੀ ਸਿੰਘ ਅੱਗੋਂ ਮੁਸਕਰਾ ਕੇ ਕਹਿੰਦੇ ਫਿਰ, ਕਹਿੰਦਾ ਇਹ ਇੱਕ ਵਾਰੀ ਮਿਲੀ ਏ, ਇਹ ਛੱਡ ਪਰਾਂ ਸਿੱਖੀ ਨੂੰ, ਦੇਈ ਵਿਚਾਲਾ। ਕਹਿੰਦਾ ਗੱਲ ਸੁਣ, ਇਹ ਤੇਰੀ ਫਿਲੋਸਫੀ ਏ, ਪਰ ਮੇਰੀ ਫਿਲੋਸਫੀ, ਮੇਰਾ ਦਰਸ਼ਨ ਇਹ ਕਹਿੰਦਾ ਹੈ ਕਿ ਦੇਹ ਕਈ ਵਾਰੀ ਕਈ ਜਨਮ ਮਿਲੀ, ਸਿੱਖੀ ਕਈ ਜਨਮਾਂ ਤੋਂ ਬਾਅਦ ਮਿਲਦੀ ਏ, ਕਈ ਜਨਮਾਂ ਤੋਂ ਬਾਅਦ ਮਿਲਦੀ ਏ। ਉੱਥੇ ਉਹਨਾਂ ਸ਼ਬਦ ਕਹੇ ਸਨ ਕਿ ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲਿਆ ਕਬ ਕੋਏ। ਉੱਥੇ ਫਿਰ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਦੇ ਸ਼ਬਦ, ਜੀਵਨ ਕੀ ਹੈ, ਮੈਂ ਇੱਥੋਂ ਗੱਲ ਸ਼ੁਰੂ ਕੀਤੀ ਸੀ ਜੀ। 3-4 ਪੰਜਾਬੀ ਦੀਆਂ ਸਤਰਾਂ ਨੇ ਜੀ, ਸਾਰੇ ਲੋਕ ਇਕੱਠੇ ਨੇ, ਕੋਈ ਨਹੀਂ ਤੁਹਾਡਾ ਆਵਾਜ਼, ਸਾਰੇ ਇਕੱਠੇ ਨੇ। ਅਤੇ ਭਾਈ ਸਾਹਿਬ ਇਹੀ ਗੱਲ ਕਹਿੰਦੇ ਆ, ਅੰਗ ਅੰਗ ਤੇ ਮੇਰੇ ਤੂੰ ਕਾ, ਅੰਗ ਅੰਗ ਤੇ ਮੇਰੇ ਤੂੰ ਖੰਜਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ, ਅਜਬ ਤਮਾਸ਼ਾ ਲਾਵਾਂਗੇ। ਉਹ ਕਹਿੰਦਾ ਵੀ ਇਹ ਤੂੰ ਖੁਸ਼ ਬੜਾ ਲੱਗ ਰਿਹਾ ਵੀ ਬੰਦ ਬੰਦ ਕੱਟਿਆ ਜਾਣਾ, ਇਹ ਤੈਨੂੰ ਮਰਨ ਤੋਂ ਬਾਅਦ ਕਿਤੇ ਕੋਈ ਬੇਸ਼ਤ ਮਿਲਣਾ ਵੱਖਰੀ ਥਾਂ? ਕਹਿਣ ਲੱਗੇ ਨਹੀਂ, ਸੂਲ ਸੁਰਾਈ ਖੰਜਰ ਪਿਆਲਾ ਜਿਸਨੇ ਆਖ ਸੁਣਾਇਆ ਏ, ਬਿੰਗ ਕਸਾਈਆਂ ਦਾ ਸਹਿਣਾ ਜਿਨੇ ਸਦ ਇਸ਼ਕ ਦਾ ਲਾਇਆ ਏ, ਉਸ ਮੁਰਸ਼ਦ ਦੇ ਚੇਲੇ ਆ, ਇਹ ਸਾਬਤ ਕਰ ਦਿਖਲਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਉਹ ਸਵਾਲ ਤੇ ਸਵਾਲ ਕਰ ਰਿਹਾ, ਭਾਈ ਸਾਹਿਬ
ਅਖੀਰ ਵਾਲੀ ਗੱਲ ਪੁੱਛਦੇ ਆ, ਕਹਿੰਦੇ ਮੈਨੂੰ ਤੂੰ ਪੁੱਛੀ ਜਾਣਾ ਤੇ ਤੈਨੂੰ ਬੰਦਾ ਵੱਢਣਾ ਐਡਾ ਵੱਡਾ ਪੱਥਰ ਦਿਲ ਹੋਵੇ ਤਾਂ ਤੈਨੂੰ ਕੀ ਮਿਲਣਾ? ਕਹਿੰਦਾ ਤੇਰੇ ਟੁਕੜੇ ਕਰਨ ਤੋਂ ਬਾਅਦ ਮੈਨੂੰ ਰੋਟੀ ਮਿਲੇਗੀ। ਭਾਈ ਸਾਹਿਬ ਕਹਿੰਦੇ ਨੇ ਮੇਰੇ ਸਰੀਰ ਦਾ ਮਾਸ ਟੋਕਰੀ ਵਿੱਚ ਹੋਵੇਗਾ, ਤੇ ਚੇਤੇ ਰੱਖੀ ਮੈਂ ਜੀਵਨ ਮੁਕਤ ਹੋ ਕੇ ਆਪਣੇ ਗੁਰੂ ਦੇ ਚਰਨਾਂ 'ਚ ਬੈਠਾ ਹੋਵਾਂ। ਤੇਰਾ ਮੇਰਾ ਫਰਕ ਹੈ, ਤੂੰ ਆਖੇ ਟੁਕੜੇ ਦਾ ਨੌਕਰ, ਮਾਲਕ ਹੁਕਮ ਮਨਾਉਣਾ ਵਾਂ, ਮੈਂ ਜੀਵਨ ਦਾ ਮੰਗ ਜਿਸ ਦਾ ਤਿਸ ਨੂੰ ਪਿਆਰ ਰਝਾਉਂਦਾ ਵਾਂ, ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ। ਫਿਰ ਧਿਆਨ ਨਾਲ ਸੁਣੋ, ਮੈਂ ਸ਼ੁਰੂ ਕੀਤਾ ਸੀ ਕਿ ਜੀਵਨ 7 ਸਾਲ ਦਾ ਨਾਮ ਨਹੀਂ, ਇਹ ਸਾਡੀ ਦ੍ਰਿਸ਼ਟਮਾਨ ਦੀ ਵਿਆਖਿਆ ਹੈ। ਯਾਦ ਰੱਖਿਓ, ਬੋਹੜ ਦੇ ਬੀਜ ਦੀ ਉਦਾਹਰਣ ਲਈ, ਉਹਦੇ ਵਿੱਚੋਂ ਨਿਕਲਦਾ ਹੋਇਆ ਰੁੱਖ ਹਜ਼ਾਰਾਂ ਸਾਲ ਤੱਕ ਰਹਿੰਦਾ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹ ਬੀਜ ਬੀਜ ਗਿਆ ਜਿਸ ਰੁੱਖ ਨੇ ਕਦੀ ਦੁਨੀਆਂ 'ਚੋਂ ਖਤਮ ਹੀ ਨਹੀਂ ਹੋਣਾ। ਕਹਿੰਦੇ ਨੇ ਭਾਈ ਸੱਜਣਾ ਚੇਤੇ ਰੱਖੀ ਆਪਾਂ ਜੀਵਨ ਪਦਵੀ ਪਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਉਸ ਮਹਾਨ ਬਾਬਾ ਫਤਿਹ ਸਿੰਘ ਜੀ ਦਾ ਤੁਸੀਂ ਜਨਮ ਦਿਹਾੜਾ ਮਨਾਇਆ ਜੀ, ਆਪ ਸਭ ਦਾ ਧੰਨਵਾਦ। ਅਤੇ ਜੋ ਆਪ ਸੰਗਤ ਨੇ, ਮੈਨੇਜਰ ਸਾਹਿਬ ਭਾਈ ਗੁਰਦੀਪ ਸਿੰਘ ਜੀ, ਕੰਗ ਜੀ, ਤੁਹਾਡਾ ਬਹੁਤ ਧੰਨਵਾਦ ਜੀ, ਕਿਉਂਕਿ ਹਾਂਜੀ ਹਾਂ ਇਹਨਾਂ ਦਾ ਬਹੁਤ ਧੰਨ। ਇੱਕ ਦੋ ਬੇਨਤੀਆਂ ਕਰਨੀਆਂ ਨੇ ਭਾਈ ਸਾਹਿਬ, ਇਹ ਇੱਕ ਤਾਂ ਬੇਨਤੀ ਮੇਰੀ ਸੁਣ ਜਿਓ ਸੰਗਤ ਜੀ, ਮੈਨੂੰ ਵਿਸਰਨ ਜਾਏ 21 ਦਸੰਬਰ ਚੇਤੇ ਰੱਖਿਓ, ਪਿਛਲੇ ਸਾਲ ਕੀਤਾ ਸੀ। ਮੇਰੀ ਬੇਨਤੀ ਹੈ ਕਿ ਸਿੰਘੋ ਖਾਲਸਾ ਜੀ, ਤੁਹਾਨੂੰ ਦੂਜੀ ਥਾਂ ਕਿਤੇ ਇੱਟ ਲਾਉਣ ਦੀ ਲੋੜ ਨਹੀਂ, ਜਿੱਥੇ ਜਿੱਥੇ ਤੁਹਾਡੇ ਮੁਰਸ਼ਦ ਦੇ ਚਰਨ ਪੈ ਗਏ ਨਾ, ਉੱਥੇ ਬਰਕਤਾਂ ਇੰਨੀਆਂ ਨੇ, ਉੱਥੇ ਭਾਵਨਾ ਨਾਲ ਜਾਣਾ ਸ਼ੁਰੂ ਕਰ ਦਿਓ, ਉੱਥੇ ਰੰਗ ਲੱਗ ਜਾਣੇ। ਸੁਣਿਓ, ਅਸੀਂ ਮੈਂ ਭਾਈ ਸਾਹਿਬ ਨਹੀਂ ਜਾਣਾ, ਅਸੀਂ ਸੀਸਗੰਜ ਜਾ ਕੇ ਕਥਾ ਕਰਨੀ। ਅਤੇ ਇੱਕ ਗੱਲ ਹੋਰ, ਇਹ ਨਹੀਂ ਕਿ ਕਿਸੇ ਪ੍ਰੋਗਰਾਮ ਦੀ ਖਾਤਰ ਪ੍ਰੋਗਰਾਮ ਅੱਗੇ ਪਿੱਛੇ ਕਰ ਦਿੱਤਾ, ਕਿਉਂਕਿ ਬੰਦੇ ਦਾ ਕਈ ਵਾਰ ਹੁੰਦਾ ਨਾ ਸ਼ਾਇਦ ਉਸ ਥਾਂ ਚੱਲੇ ਹੋਣਗੇ, ਕਿਤੇ ਪ੍ਰੋਗਰਾਮ ਨਿਕਲ ਜਾਏ। ਸਿਰਫ ਇੱਕੋ ਮਨ 'ਚ ਦਾਤਾ, ਅਸੀਂ ਐਡੀ ਵੱਡੀ ਕੁਰਬਾਨੀ ਕਰਨ ਦੀ ਸਾਡੇ 'ਤੇ ਸਮਰੱਥਾ ਤਾਂ ਨਹੀਂ, ਪਰ ਜਿੰਨੀ ਕੁਰਬਾਨੀ ਤੁਸੀਂ ਕੀਤੀ ਹੈ ਤੇਰੇ ਸੋਹਲੇ ਅਸੀਂ ਜ਼ਿੰਦਗੀ ਪਰ ਗਾ ਸਕੀਏ। ਭਾਈ ਸਾਹਿਬ ਭਾਈ ਜੈਤਾ ਜੀ, ਗੁਰਮੁਖ ਪਿਆਰੇ ਬਾਬਾ ਜੀਵਨ ਸਿੰਘ ਜੀ ਅੰਮ੍ਰਿਤ ਛੱਕ ਕੇ ਸੀਸ ਚੁੱਕ ਕੇ ਤੁਰਦੇ ਆ, ਉਹ ਬਾਗਪਟ, ਤਰਾਵੜੀ, ਅੰਬਾਲਾ, ਨਾਭਾ ਸਾਹਿਬ, ਕੀਰਤਪੁਰ ਸਾਹਿਬ, ਫਿਰ ਅਨੰਦਪੁਰ ਸਾਹਿਬ ਪਹੁੰਚਦੇ ਆ। ਕੱਲ੍ਹ ਵੀ ਆਪ ਨੂੰ ਬੇਨਤੀ ਕੀਤੀ ਸੀ, ਖਾਲਸਾ ਜੀ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਇਹ ਸਭਾ ਜਿਹੜੀਆਂ ਹੁਣ ਲੱਗਦੀਆਂ ਨੇ, ਗੁਰੂ ਕਾਲ ਵੇਲੇ ਤਾਂ ਨਹੀਂ ਸਨ ਨਾ, ਗਿਆਨੀ ਠਾਕੁਰ ਸਿੰਘ ਉਹਨਾਂ ਨੇ ਸ਼ੁਰੂ ਕੀਤੀਆਂ ਇਹ ਸਭਾ ਜਿਹੜੀਆਂ ਨੇ, ਹਿਸਟਰੀ ਇਹ ਬੋਲਦੀ ਹੈ, ਤੁਹਾਨੂੰ ਪਤਾ ਹੋਣਾ ਇਲਾਕੇ ਵਾਲਿਆਂ ਨੂੰ। ਮੇਰੇ ਮਨ 'ਚ ਆਇਆ ਭਾਈ ਅਮਰਜੀਤ ਸਿੰਘ ਬੈਠੇ ਨੇ, ਪਰਮਜੀਤ ਸਿੰਘ ਜੀ ਨੇ, ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਤੁਸੀਂ, ਖੇੜਾ ਸਾਹਿਬ, ਐਡੀ ਵੱਡੀ ਘਟਨਾ ਵਾਪਰੀ ਹੋਵੇ ਜਿਹੜੀ ਦੁਨੀਆਂ ਵਿੱਚ ਕਿਤੇ ਨਹੀਂ ਵਾਪਰੀ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਹਨੂੰ ਆਣ, ਕਹਿੰਦੇ ਕਿਸੇ ਨਹੀਂ ਕੀਤੀ, ਕਿਉਂਕਿ ਉਹਨਾਂ ਨੇ ਵੱਡਾ ਸਾਕਾ ਕੀਤਾ। ਅਤੇ ਜਿੱਦਣ ਸਤਿਗੁਰਾਂ ਦੇ ਸੰਸਕਾਰ ਹੋਏ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਉਦਣ ਸਿੱਖਾਂ ਦੀ ਗਿਣਤੀ 15-20 ਹੁੰਦੀ, ਉਹ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ। ਇਸ ਤਰ੍ਹਾਂ ਨਾ ਜੀ, ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ, ਜ਼ਰੂਰ 21 ਨੂੰ ਉੱਥੇ ਦੁਪਹਿਰੇ ਪਹੁੰਚਿਓ। 21 ਤਰੀਕ ਨੂੰ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਹੈ, ਜਿਸ ਦਿਨ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ, ਹਰ ਸਿੱਖ, ਹੁਣ ਭਾਈ ਸਾਹਿਬ ਬੋਲ ਰਹੇ ਸਨ ਵੀ ਆਪ ਨੀਆਂ 'ਚ ਖਲੋਤੇ ਸਾਨੂੰ ਘਰ ਦੇ ਗਏ, ਯਾਦ ਰੱਖਿਓ ਆਹ ਵੀ ਸਿਰ ਨਹੀਂ ਸੀ ਦਸਤਾਰਾਂ ਵਾਲੇ ਲੱਭਣੇ, ਜੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਜੈਤਾ ਨਾਲ ਲੈ ਕੇ ਆਉਂਦਾ ਤਾਂ, ਇਹ ਉਹਨਾਂ ਦੀ ਰਹਿਮਤ ਹੈ। ਉਹ 21 ਤਰੀਕ ਨੂੰ ਆਪ